ਪੰਜਾਬ ਕਬੱਡੀ ਕਲੱਬ ਐਡਮਿੰਟਨ ਘੱਲ-ਘੱਲ ਇਹ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਕਿਰਪਾ ਕਰਕੇ। ਵਾਂਦਰ ਤੇ ਮਾਲਾ ਕਲ ਇਹ ਵੀ ਟੀਮਾਂ ਗਰਾਊਂਡ 'ਚ ਆ ਜਾਣ। ਮੇਰੀ ਬੇਨਤੀ ਆ ਵੀ ਪ੍ਰਬੰਧਕ ਕਮੇਟੀ ਵੱਲੋਂ ਫੈਸਲਾ ਵੀ ਘੱਲ-ਘੱਲ ਸ਼ਹੀਦ ਆਜ਼ਾਦ ਕਲੱਬ ਐਡਮਿੰਟਨ ਘੱਲ-ਘੱਲ ਇਹ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ। ਵਾਂਦਰ ਡੋਡ ਤੇ ਮਾਲਾ ਕਲ, ਕਿਉਂਕਿ ਲੋਪੋ ਦੀ ਟੀਮ ਜਿਹੜੀ ਉਹ ਲਾਸਟ ਮੈਚ ਖੇਡ ਕੇ ਗਈ ਸੀ, ਪ੍ਰਬੰਧਕ ਵੀਰਾਂ ਨੇ ਜਿਹੜਾ ਦੱਸਿਆ ਵੀ ਉਹਨਾਂ ਦਾ ਜ਼ੋਰ ਲੱਗਾ ਟੀਮਾਂ ਦਾ, ਲੋਪੋ ਦੀ ਟੀਮ ਹੁਣੇ ਮੈਚ ਖੇਡ ਕੇ ਗਈ ਹੈ, ਇਸੇ ਕਰਕੇ ਜਿਹੜਾ ਮੈਚ ਪਿੱਛੇ ਕੀਤਾ ਸੀ। ਸਾਡੀ ਬੇਨਤੀ ਹੈ ਖਿਡਾਰੀ ਕਿਰਪਾ ਕਰਕੇ ਧਿਆਨ ਦੇਣ। ਘੱਲ-ਘੱਲ ਸੀ ਤੇ ਆਜ਼ਾਦ ਕਬੱਡੀ ਕਲੱਬ ਐਡਮਿੰਟਨ ਘੱਲ-ਘੱਲ ਇਹਨਾਂ ਟੀਮਾਂ ਨੂੰ ਸਾਡੀ ਬੇਨਤੀ ਹੈ। ਵਾਂਦਰ ਡੋਰ ਤੇ ਮਾਲਾ ਕਲ, ਵਾਂਦਰ ਡੋਰ ਤੇ ਮਾਲਾ ਕਲ ਇਹਨਾਂ ਟੀਮਾਂ ਨੂੰ ਬੇਨਤੀ ਹੈ ਵੀ ਟੀਮਾਂ ਜਲਦੀ ਖੇਡ ਦੇ ਮੈਦਾਨ ਦੇ ਵਿੱਚ ਆ ਜਾਣ। ਘੱਲ-ਘੱਲ ਸੀ ਤੇ ਆਜ਼ਾਦ ਕਬੱਡੀ ਕਲੱਬ ਐਡਮਿੰਟਨ ਘੱਲ-ਘੱਲ ਵਾਂਦਰ ਡੋਰ ਤੇ ਮਾਲਾ ਕਲ, ਵਾਂਦਰ ਡੋਰ ਤੇ ਮਾਲਾ ਕਲਾਂ ਦੀਆਂ ਟੀਮਾਂ ਨੂੰ ਵਾਰ ਵਾਰ ਬੇਨਤੀ ਕਰਦੇ ਹੈ। ਨਾਲ ਹੀ ਘੱਲ-ਘੱਲ ਸੀ ਤੇ ਆਜ਼ਾਦ ਕਬੱਡੀ ਕਲੱਬ ਐਡਮਿੰਟਨ ਘੱਲ-ਘੱਲ ਵਾਂਦਰ ਡੋਰ ਤੇ ਮਾਲਾ ਕਲ, ਵਾਂਦਰ ਡੋਰ ਤੇ ਮਾਲਾ ਕਲ ਇਹ ਟੀਮਾਂ ਜਲਦੀ ਖੇਡ ਦੇ ਮੈਦਾਨ ਦੇ ਵਿੱਚ ਆ ਜਾਣ। ਵਾਂਦਰ ਡੋਰ ਤੇ ਮਾਲਾ ਕਲ, ਘੱਲ-ਘੱਲ ਸੀ ਤੇ ਆਜ਼ਾਦ ਕਬੱਡੀ ਕਲੱਬ ਐਡਮਿੰਟਨ ਘੱਲ-ਘੱਲ ਵਾਂਦਰ ਡੋਰ ਤੇ ਮਾਲਾ ਕਲ, ਘੱਲ-ਘੱਲ ਸੀ ਤੇ ਆਜ਼ਾਦ ਕਬੱਡੀ ਕਲੱਬ ਐਡਮਿੰਟਨ ਘੱਲ-ਘੱਲ ਦੀ ਇਹ ਟੀਮਾਂ ਨੂੰ ਮੇਰੀ ਬੇਨਤੀ ਹੈ। ਮਾਲੇ ਦੀ ਟੀਮ ਆ ਗਈ ਹੈ, ਵਾਂਦਰ ਦੀ ਟੀਮ ਜਲਦੀ ਆ ਜਾਵੇ। ਨਾਲ ਹੀ ਘੱਲ-ਘੱਲ ਸੀ ਤੇ ਆਜ਼ਾਦ ਕਬੱਡੀ ਕਲੱਬ ਐਡਮਿੰਟਨ ਘੱਲ-ਘੱਲ। ਹਾਂਜੀ, ਇੱਕ ਬਹੁਤ ਜ਼ਰੂਰੀ ਸੂਚਨਾ ਹੈ, ਸਾਰੇ ਇਲਾਕਾ ਨਿਵਾਸੀਆਂ ਨੂੰ ਇਹ ਸੂਚਨਾ ਦਿੱਤੀ ਜਾਂਦੀ ਹੈ ਕਿ ਕੱਲ੍ਹ ਨੂੰ ਪੰਜਾਬ ਸਰਕਾਰ ਵੱਲੋਂ ਇੱਥੇ ਘੱਲ-ਘੱਲ ਦੇ ਵਿੱਚ ਸੰਗਤ ਦਰਸ਼ਨ ਰੱਖਿਆ ਗਿਆ ਹੈ, ਜਿਸ ਦੇ ਵਿੱਚ ਮੁੱਖ ਮੰਤਰੀ ਪੰਜਾਬ ਅਤੇ ਉਪ ਮੁੱਖ ਮੰਤਰੀ ਪੰਜਾਬ, ਉਹਨਾਂ ਦੇ ਨਾਲ ਹੋਰ ਸਮੁੱਚੀ ਲੀਡਰਸ਼ਿਪ ਅਕਾਲੀ ਦਲ ਦੀ, ਜਿੰਨੇ ਵੀ MLA ਅਤੇ ਸਾਰੇ ਮਹਿਕਮਿਆਂ ਦੇ ਮੰਤਰੀ ਇੱਥੇ ਪਹੁੰਚ ਰਹੇ ਹੈ। ਇਸ ਕਰਕੇ ਉਹਨਾਂ ਨੇ ਸਵੇਰੇ 10 ਵਜੇ ਦਾ ਇੱਥੇ ਟਾਈਮ ਸਟੇਡੀਅਮ ਦੇ ਵਿੱਚ ਹੀ ਰੱਖਿਆ ਹੈ ਅਤੇ ਕਿਸੇ ਵੀ ਸੱਜਣ ਨੂੰ ਆਪਣੀ ਕੋਈ ਦੁੱਖ ਤਕਲੀਫ ਹੋਵੇ ਜਾਂ ਜੋ ਵੀ ਆਪਣੀ ਉਹ ਮੰਗ ਰੱਖਣੀ ਚਾਹੁੰਦਾ ਹੈ ਅਤੇ ਉਹ ਲਿਖਤੀ ਪੱਤਰ ਦੇ ਕੇ ਸਵੇਰੇ ਬਾਦ ਸਾਹਿਬ ਨੂੰ ਇੱਥੇ ਮਿਲ ਕੇ ਆਪਣਾ ਮੰਗ ਪੱਤਰ ਦੇ ਸਕਦਾ। ਇੱਥੇ ਇੱਧਰਲੇ ਪਾਸੇ ਆਪਣੇ ਘੱਲ-ਘੱਲ ਦੇ ਦੰਦੂਪਤੀ ਦਾ ਇਕੱਠ ਸਟੇਡੀਅਮ ਦੇ ਵਿੱਚ ਰੱਖਿਆ ਗਿਆ। ਸਾਰੇ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਠੀਕ 10 ਵਜੇ ਵੀ ਜਿਨ੍ਹਾਂ ਨੂੰ ਵੀ ਸੱਜਣਾਂ ਨੂੰ ਕੋਈ ਦੁੱਖ ਤਕਲੀਫ ਹੋਵੇ ਜਾਂ ਵੈਸੇ ਵੀ ਪਤਵੰਤ ਸੱਜਣਾਂ ਨੂੰ ਸਾਰੇ ਇੱਥੇ ਸੱਦਾ ਦਿੱਤਾ ਜਾਂਦਾ ਕਿ 10 ਵਜੇ ਸਟੇਡੀਅਮ ਦੇ ਵਿੱਚ ਜ਼ਰੂਰ ਪਹੁੰਚਣ। ਇੱਥੇ ਸਮੁੱਚੀ ਪੰਜਾਬ ਸਰਕਾਰ ਵੱਲੋਂ ਸੰਗਤ ਦਰਸ਼ਨ ਰੱਖਿਆ ਗਿਆ, ਜਿੱਥੇ ਹਰ ਇੱਕ ਤਰ੍ਹਾਂ ਦੀਆਂ ਲੋਕਾਂ ਦੀਆਂ ਦੁੱਖ ਤਕਲੀਫਾਂ ਸਿੱਧੇ ਤੌਰ 'ਤੇ ਆਪ ਮਿਲ ਕੇ ਉਹ CM ਸਾਹਿਬ ਨੂੰ ਦੱਸ ਸਕਦੇ ਆ ਅਤੇ ਉਹਨਾਂ ਦਾ ਜੋ ਵੀ ਹੱਲ ਹੈਗਾ ਉਹ ਮੌਕੇ 'ਤੇ ਕਰਨ ਦੀ ਕੋਸ਼ਿਸ਼ ਕਰਨਗੇ, ਕਿਉਂਕਿ ਸਾਰੇ ਮਹਿਕਮਿਆਂ ਦੇ ਜਿਹੜੇ ਮੰਤਰੀ ਹੈ ਅਤੇ ਸਾਰੇ ਮਹਿਕਮਿਆਂ ਦੇ ਅਫਸਰ ਸਾਹਿਬਾਨ ਉਹਨਾਂ ਦੇ ਨਾਲ ਹੋਣਗੇ ਅਤੇ ਮੌਕੇ 'ਤੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਵੀ ਕਿਸੇ ਦਾ ਇਹੋ ਜਿਹਾ ਕੰਮ ਹੈ ਉਹ ਕਿਉਂ ਨਹੀਂ ਹੋ ਰਿਹਾ ਗਾ ਜਾਂ ਇਹ ਕੰਮ ਜਿਹੜਾ ਹੈ ਕਿਸ ਢੰਗ ਦੇ ਨਾਲ ਹੋਣਾ। ਜੋ ਪਿੰਡ ਦੀ ਸਮੁੱਚੀ ਮੰਗ ਹੈਗੀ ਹੈ ਉਹ ਵੀ ਪੰਚਾਇਤ ਵੱਲੋਂ ਉਹਨਾਂ ਨੂੰ ਮੰਗ ਪੱਤਰ ਦਿੱਤਾ ਜਾਊਗਾ ਕਿ ਸਾਡੇ ਪਿੰਡ ਦੇ ਵਿੱਚ ਆਹ ਘਾਟਾਂ ਹੈਗੀਆਂ ਅਤੇ ਹੋਰ ਵੀ ਕਿਸੇ ਸੱਜਣ ਮਿੱਤਰ ਨੇ ਸਲਾਹ ਦੇਣੀ ਹੋਵੇ ਤਾਂ ਇੱਥੇ ਆਪਣੇ ਜਿਹੜੇ ਹੈਗੇ ਆ ਸ਼ਾਮ ਨੂੰ ਵੀ ਇਕੱਠੇ ਹੋਣੇ ਆ, ਆਪਣੇ ਸੱਜਣ ਮਿੱਤਰ ਸਾਰੇ ਜਿਹੜੇ ਪਤਵੰਤੇ ਸੱਜਣ ਆ ਇਕੱਠੇ ਹੋਣੇ ਆ, ਉਹ ਆਪਸ ਵਿੱਚ ਸਲਾਹ ਕਰਕੇ ਜਿਹੜੀਆਂ ਵੀ ਮੰਗਾਂ ਆਪਾਂ ਰੱਖਣੀਆਂ ਉਹਨਾਂ ਦੇ ਅੱਗੇ ਉਹਦੇ ਬਾਰੇ ਵਿਚਾਰ ਵਟਾਂਦਰਾ ਕਰ ਲੈਣ। ਸਵੇਰੇ 10 ਵਜੇ ਦਾ ਟਾਈਮ ਇਹ ਸੰਗਤ ਦਰਸ਼ਨ ਦਾ ਇੱਥੇ ਸਟੇਡੀਅਮ ਦੇ ਵਿੱਚ ਹੀ ਰੱਖਿਆ ਗਿਆ। ਅਤੇ ਹੈਲੋ, ਹਾਂਜੀ, ਦੂਸਰੇ ਪਾਸੇ
ਜਿਹੜਾ ਹੈਗਾ ਮਿਹਰਪੱਤੀ ਦਾ ਸੰਗਤ ਦਰਸ਼ਨ ਦਾ ਇਕੱਠ ਬਾਬਾ ਭੂਖ ਜੀ ਦੇ ਸਥਾਨ ਦੇ ਉੱਤੇ ਹੈਗਾ ਅਤੇ ਉਹਨਾਂ ਦਾ ਟਾਈਮ ਇੱਥੋਂ ਬਾਅਦ ਮੇਰਾ ਖਿਆਲ ਆ ਉਹਨਾਂ ਨੇ ਉੱਥੇ ਆਪਣੇ ਬਾਬਾ ਭੂਖ ਜੀ ਦੀ ਜਗ੍ਹਾ 'ਤੇ ਚਲੇ ਜਾਣਾ ਅਤੇ ਉਹਨਾਂ ਨੇ ਅੱਛਾ ਪਹਿਲਾਂ ਦੱਸਦਾ ਜੀ ਇੱਥੋਂ ਤਾਂ ਦੱਸਿਆ ਉਹਨਾਂ ਨੇ ਇੱਕ ਮਿੰਟ ਹਰਮਨ ਸਿੰਘ ਜੀ ਇੱਕ ਮਿੰਟ ਲਵਾਂਗੇ ਤੁਹਾਡਾ ਅਸੀਂ ਮਾਫੀ ਚਾਹੁੰਦੇ ਹਾਂ ਟੀਮਾਂ ਗਰਾਊਂਡ ਦੇ ਵਿੱਚ ਨਹੀਂ ਆ ਰਹੀਆਂ ਮਾਲੇ ਦੀ ਟੀਮ ਆ ਗਈ ਹੈ ਤੇ ਬਾਬਰ ਰੋਡ ਦੀ ਟੀਮ ਨੂੰ ਬੇਨਤੀ ਵੀ ਉਹ ਗਰਾਊਂਡ ਦੇ ਵਿੱਚ ਆ ਜਾਵੇ ਮਾਲੇ ਵਾਲੇ ਕਹਿੰਦੇ ਵੀ ਅਸੀਂ ਜਿਹੜਾ ਸਾਡਾ ਪਹਿਲਾ ਮੈਚ ਨਿਕਲਿਆ ਸੀ ਅਸੀਂ ਪਹਿਲਾ ਮੈਚ ਹੀ ਖੇਡਾਂਗੇ ਅਸੀਂ ਦੂਜਾ ਮੈਚ ਨਹੀਂ ਖੇਡਣਾ ਅਸੀਂ ਪਹਿਲਾ ਮੈਚ ਹੀ ਖੇਡਾਂਗੇ ਮਾਲੇ ਦੀ ਟੀਮ ਦਾ ਆਖਣਾ ਹੈ ਮੇਰੀ ਬੇਨਤੀ ਹੈ ਵੀ ਬਾਂਦਰ ਡੋਰ ਦੀ ਟੀਮ ਜਲਦੀ ਗਰਾਊਂਡ ਦੇ ਵਿੱਚ ਆ ਜਾਵੇ ਬਾਂਦਰ ਡੋਰ ਦੀ ਟੀਮ ਜਲਦੀ ਗਰਾਊਂਡ ਦੇ ਵਿੱਚ ਆ ਜਾਵੇ ਸਾਡੀ ਹੱਥ ਬੰਨ ਕੇ ਬੇਨਤੀ ਹੈ ਬਾਂਦਰ ਡੋਰ ਦੀ ਟੀਮ ਗਰਾਊਂਡ 'ਚ ਆ ਜਾਵੇ ਨਾਲ ਹੀ ਟੀਮ ਆ ਜਾਵੇ ਕਿਰਪਾ ਕਰਕੇ ਘੱਲ ਕਲਾਂ ਸੀ ਅਤੇ ਆਜ਼ਾਦ ਕਬੱਡੀ ਕਲੱਬ ਐਡਮਿੰਟਨ ਘੱਲ ਕਲਾਂ ਘੱਲ ਕਲਾਂ ਸੀ ਅਤੇ ਆਜ਼ਾਦ ਕਬੱਡੀ ਕਲੱਬ ਐਡਮਿੰਟਨ ਘੱਲ ਕਲਾਂ ਇਹ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਕਿਰਪਾ ਕਰਕੇ ਸਾਡੀ ਬੇਨਤੀ ਹੈ ਗੱਲ ਠੀਕ ਹੈ ਬੇਨਤੀ ਹੈ ਸਾਡੀ ਹੱਥ ਬੰਨ ਕੇ ਕਿਰਪਾ ਕਰਕੇ ਜਿਹੜੀ ਬਾਂਦਰ ਡੋਰ ਦੀ ਟੀਮ ਉਹ ਵੀ ਆ ਜਾਵੇ ਨਾਲ ਘੱਲ ਕਲਾਂ ਸੀ ਅਤੇ ਆਜ਼ਾਦ ਕਬੱਡੀ ਕਲੱਬ ਐਡਮਿੰਟਨ ਘੱਲ ਕਲਾਂ ਇਹ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਆਜ਼ਾਦ ਕਬੱਡੀ ਕਲੱਬ ਐਡਮਿੰਟਨ ਘੱਲ ਕਲਾਂ ਅਤੇ ਘੱਲ ਕਲਾਂ ਸੀ ਇਹਨਾਂ ਟੀਮਾਂ ਨੂੰ ਬੇਨਤੀ ਹੈ ਟੀਮਾਂ ਜਲਦੀ ਖੇਡ ਦੇ ਮੈਦਾਨ ਵਿੱਚ ਆ ਜਾਣ ਕਿਰਪਾ ਕਰਕੇ ਕਾਫੀ ਸਮੇਂ ਤੋਂ ਆਵਾਜ਼ਾਂ ਦਿੱਤੀਆਂ ਜਾ ਰਹੀਆਂ ਨੇ ਇਹ ਸਾਡੀ ਬੇਨਤੀ ਹੈ ਹੱਥ ਬੰਨ ਕੇ ਘੱਲ ਕਲਾਂ ਸੀ ਅਤੇ ਆਜ਼ਾਦ ਕਬੱਡੀ ਕਲੱਬ ਐਡਮਿੰਟਨ ਘੱਲ ਕਲਾਂ ਬਾਂਦਰ ਡੋਰ ਦੀ ਟੀਮ ਜਲਦੀ ਆ ਜਾਵੇ ਗਰਾਊਂਡ ਦੇ ਵਿੱਚ ਬਾਂਦਰ ਡੋਰ ਦੀ ਟੀਮ ਨੂੰ ਬੇਨਤੀ ਹੈ ਆਪਾਂ ਬੇਨਤੀ ਕਰਦੇ ਵੀ ਕਿਰਪਾ ਕਰਕੇ ਘੱਲ ਕਲਾਂ ਸੀ ਅਤੇ ਆਜ਼ਾਦ ਕਬੱਡੀ ਕਲੱਬ ਐਡਮਿੰਟਨ ਘੱਲ ਕਲਾਂ ਦੀਆਂ ਟੀਮਾਂ ਖੇਡ ਮੈਦਾਨ ਦੇ ਵਿੱਚ ਆ ਜਾਣ ਹੈਲੋ ਹਾਂਜੀ ਜਿਹੜੀ ਹੁਣੇ ਹੁਣੇ ਸੰਗਤ ਦਰਸ਼ਨ ਦੀ ਸੂਚਨਾ ਦਿੱਤੀ ਗਈ ਸੀ ਉਹਦੇ 'ਚ ਟਾਈਮ ਵੱਲ ਖਾਸ ਖਿਆਲ ਦੇਣ ਪਹਿਲਾਂ 10 ਵਜੇ ਦਾ ਟਾਈਮ ਇੱਥੇ ਸਟੇਡੀਅਮ ਦਾ ਰੱਖਿਆ ਗਿਆ ਇੱਥੇ ਉਹਨਾਂ ਨੇ ਆਪਾਂ ਨੂੰ ਸਾਰੇ ਪਿੰਡ ਨੂੰ ਸਮੁੱਚਾ ਟਾਈਮ ਉਹਨਾਂ ਨੇ ਦੋਨਾਂ ਪਾਸਿਆਂ ਦੇ 1.5 ਘੰਟਾ ਲਾਉਣਾ ਤਕਰੀਬਨ ਇੱਥੇ 1.25 ਘੰਟਾ ਲਾ ਕੇ ਉਸ ਤੋਂ ਬਾਅਦ 10:30 ਦੇ ਅੰਦਾਜ਼ੇ ਦੇ ਵਿੱਚ 10:30 ਜਾਂ 11:45 ਨੂੰ ਉਹਨਾਂ ਨੇ ਬਾਬਾ ਭੂਖ ਜੀ ਦੇ ਸਥਾਨ 'ਤੇ ਚਲੇ ਜਾਣਾ ਉੱਥੇ ਮਿਹਰਪੱਤੀ ਦਾ ਇਕੱਠ ਰੱਖਿਆ ਗਿਆ ਸਾਰੇ ਵੀਰ ਇਸ ਗੱਲ ਨੂੰ ਨੋਟ ਕਰ ਲੈਣ ਅਤੇ ਜਿਨ੍ਹਾਂ ਦੀਆਂ ਵੀ ਕੋਈ ਦੁੱਖ ਤਕਲੀਫਾਂ ਉਹਨਾਂ ਦੇ ਕੋਲ ਆ ਕੇ ਲਿਖਤੀ ਰੂਪ ਦੇ ਵਿੱਚ ਦੇ ਕੇ ਉਹਨਾਂ ਦਾ ਹੱਲ ਕਰਵਾ ਸਕਦੇ ਆ ਸਾਡੀ ਬੇਨਤੀ ਹੈ ਮਾਲੇ ਦੀ ਟੀਮ ਗਰਾਊਂਡ ਦੇ ਵਿੱਚ ਹੈ ਬੇਨਤੀ ਹੈ ਕਿਰਪਾ ਕਰਕੇ ਵੀ ਬਾਂਦਰ ਡੋਰ ਦੀ ਟੀਮ ਆ ਜਾਵੇ ਜਲਦੀ ਨਾਲ ਹੀ ਘੱਲ ਕਲਾਂ ਸੀ ਅਤੇ ਆਜ਼ਾਦ ਕਬੱਡੀ ਕਲੱਬ ਐਡਮਿੰਟਨ ਘੱਲ ਕਲਾਂ ਸੀ ਅਤੇ ਆਜ਼ਾਦ ਕਬੱਡੀ ਕਲੱਬ ਐਡਮਿੰਟਨ ਘੱਲ ਕਲਾਂ ਇਹ ਟੀਮਾਂ ਖੇਡ ਦੇ ਮੈਦਾਨ ਦੇ ਵਿੱਚ ਪੁੱਜਣ ਕਿਰਪਾ ਕਰਕੇ ਨਾਲ ਹੀ ਸਾਪੂਵਾਲਾ ਦੇ ਹਿੰਮਤਪੁਰਾ ਲੋਪੋ ਦੇ ਦੱਦਾਹੂਰ ਦੀ ਇਹ ਟੀਮ ਨੂੰ ਬੇਨਤੀ ਹੈ ਵੀ ਟੀਮਾਂ ਤਿਆਰੀਆਂ ਰੱਖਣ ਕਿਰਪਾ ਕਰਕੇ ਬਾਂਦਰ ਡੋਰ ਦੀ ਟੀਮ ਦਾ ਇੰਤਜ਼ਾਰ ਹੋ ਰਿਹਾ ਖੇਡ ਮੈਦਾਨ ਦੇ ਵਿੱਚ ਬਾਂਦਰ ਡੋਰ ਘੱਲ ਕਲਾਂ ਸੀ ਤੇ ਆਜ਼ਾਦ ਕਬੱਡੀ ਕਲੱਬ ਐਡਮਿੰਟਨ ਘੱਲ ਕਲਾਂ ਬਾਂਦਰ ਡੋਰ ਦੀ ਟੀਮ ਜਲਦੀ ਆ ਜਾਵੇ ਖੇਡ ਮੈਦਾਨ ਦੇ ਵਿੱਚ ਬਾਂਦਰ ਡੋਰ ਦੀ ਟੀਮ ਨੂੰ ਬੇਨਤੀ ਹੈ ਆਜ਼ਾਦ ਕਬੱਡੀ ਕਲੱਬ ਐਡਮਿੰਟਨ ਘੱਲ ਕਲਾਂ ਦੀ ਟੀਮ ਆ ਗਈ ਹੈ ਘੱਲ ਕਲਾਂ ਸੀ ਨੂੰ ਬੇਨਤੀ ਹੈ ਨਾਲ ਇੱਕ ਬੱਚਾ ਜਿਹੜਾ ਉਹ ਕਰਤਵ ਕਰ ਰਿਹਾ ਸਾਡੀ ਬੇਨਤੀ ਹੈ ਕਿਰਪਾ ਕਰਕੇ ਆਜ਼ਾਦ ਕਬੱਡੀ ਕਲੱਬ ਐਡਮਿੰਟਨ ਘੱਲ ਕਲਾਂ ਦੀ ਟੀਮ ਆ ਗਈ ਹੈ ਘੱਲ ਕਲਾਂ ਸੀ ਦੀ ਟੀਮ ਨੂੰ ਬੇਨਤੀ ਹੈ ਵੀ ਉਹ ਟੀਮ ਗਰਾਊਂਡ 'ਚ ਆ ਜਾਵੇ ਘੱਲ ਕਲਾਂ ਸੀ ਦੀ ਟੀਮ ਨੂੰ ਬੇਨਤੀ ਹੈ ਘੱਲ ਕਲਾਂ ਸੀ ਦੀ ਟੀਮ ਜਲਦੀ ਖੇਡ ਮੈਦਾਨ ਦੇ ਵਿੱਚ ਆ ਜਾਵੇ
ਆਜ਼ਾਦ ਕਬੱਡੀ ਕਲੱਬ ਐਡਮਿੰਟਨ ਘੱਲ ਕਲਾਂ ਦੀ ਟੀਮ ਗਰਾਊਂਡ ਦੇ ਵਿੱਚ ਹੈ। ਵਾਂਦਰ ਡੋਰ ਦੀ ਟੀਮ ਨੂੰ ਵੀ 2 ਮਿੰਟ ਦਾ ਸਮਾਂ ਹੈ, ਜੇਕਰ 2 ਮਿੰਟ ਦੇ ਵਿੱਚ ਨਹੀਂ ਆਉਂਦੀ ਤੇ ਪ੍ਰਬੰਧਕ ਵੀਰ ਕਹਿੰਦੇ ਵੀ ਘੱਗਾ ਰਾਰਾ ਘਰ ਤੇ ਚੱਚਾ ਲਾਲਾ ਚੱਲ ਕਰ ਦੇਣੀ ਹੈ ਜੇ ਵਾਂਦਰ ਡੋਰ ਦੀ ਟੀਮ 2 ਮਿੰਟ ਦੇ ਵਿੱਚ ਨਹੀਂ ਆਉਂਦੀ। ਵਾਂਦਰ ਡੋਰ ਦੀ ਟੀਮ ਨੂੰ 2 ਮਿੰਟ ਦਾ ਸਮਾਂ ਘੱਲਾਂ ਦੀ ਹੈ, ਦੋਨੇ ਟੀਮਾਂ ਆ ਗਈਆਂ ਨੇ ਤੇ ਮੈਚ ਸ਼ੁਰੂ ਕਰਵਾ ਦਿਓ ਔਰ ਬੇਨਤੀ ਆ ਵੀ 2 ਮਿੰਟ ਦਾ ਸਮਾਂ ਵਾਂਦਰ ਡੋਰ ਦੀ ਟੀਮ ਨੂੰ ਹੈ। ਵਾਂਦਰ ਡੋਰ ਦੀ ਟੀਮ ਨੂੰ ਨਾਲ ਇੱਕ ਬੱਚਾ ਕਹਿੰਦੇ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਰਿਹਾ ਹੈ। ਬੇਨਤੀ ਆ ਵੀ ਘੱਲਾਂ ਦੀਆਂ ਦੋਨੇ ਟੀਮਾਂ ਆ ਗਈਆਂ ਨੇ, ਇਹਨਾਂ ਦਾ ਮੈਚ ਜਿਹੜਾ ਸ਼ੁਰੂ ਕਰਵਾ ਦਿੱਤਾ ਜਾਵੇ। ਮਾਲੇ ਦੀ ਟੀਮ ਨੂੰ ਬੇਨਤੀ ਆ ਵੀ ਤੁਸੀਂ ਕੰਤ ਵੀਰ 1 ਮਿੰਟ ਬੈਠ ਜਾਓ, ਕਿਉਂਕਿ ਪ੍ਰਬੰਧਕ ਵੀਰ ਕਹਿੰਦੇ ਵੀ ਪਾਲ ਵੀਰੇ ਤੁਸੀਂ 1 ਮਿੰਟ ਬੈਠ ਜਾਓ, ਸਿਆਣੇ ਹੋ ਪਲੇਅਰ, ਕਿਰਪਾ ਕਰਕੇ ਸਾਡੀ ਬੇਨਤੀ ਆ, ਹੱਥ ਬੰਨ ਕੇ ਮੈਚ ਸ਼ੁਰੂ ਕਰਵਾ ਦਿਓ ਜੀ ਕਿਰਪਾ ਕਰਕੇ। ਇੱਕ ਪਾਸੇ ਜਿਹੜੀ ਟੀਮ ਆਜ਼ਾਦ ਕਬੱਡੀ ਕਲੱਬ ਐਡਮਿੰਟਨ ਘੱਲ ਕਲਾਂ ਔਰ ਦੂਜੇ ਪਾਸੇ ਜਿਹੜੀ ਟੀਮ ਉਹ ਘੱਲ ਕਲਾਂ ਸੀ ਦੀ ਟੀਮ ਹੈ। ਕਹਿੰਦੇ ਵੀ ਦੋਨੇ ਟੀਮਾਂ ਦੇ ਪਲੇਅਰ ਐਸੇ ਨਗਰ ਦੀਆਂ ਗਲੀਆਂ ਦੇ ਵਿੱਚ ਖੇਡ ਖੇਡ ਕੇ ਜਵਾਨ ਹੋਏ ਨੇ ਤੇ ਹੁਣ ਕਹਿੰਦੇ ਵੀ ਇੱਕ ਸਥਿਤੀ ਇਹੋ ਜਿਹੀ ਪੈਦਾ ਹੋ ਗਈ ਆ ਵੀ ਖੇਡ ਮੈਦਾਨ ਦੇ ਵਿੱਚ ਇੱਕ ਦੂਜੇ ਦੇ ਆਪੋਜਿਟ ਹੋਣ ਗਈਆਂ ਦੋਨੇ ਟੀਮਾਂ। ਸਵਾਦ ਆਵੇਗਾ ਹੁਣ ਦੇਖਾਂਗੇ ਵੀ ਕਿਹਦੀਆਂ ਬਾਹਾਂ ਦੇ ਵਿੱਚ ਦਮਖਮ ਹੈ, ਕੌਣ ਕਹਿੰਦੇ ਵੀ ਕੱਲਾਂ ਦੀ ਧਰਤੀ ਦਾ ਉਹ ਸੋਨੇ ਰੰਗਾ ਕੱਪ ਚੁੰਮ ਕੇ ਲਿਜਾਵੇਗਾ, ਕਿਹਦੇ ਘਰ ਦਾ ਸ਼ਿੰਗਾਰ ਬਣੇਗਾ ਉਹ ਸੋਨੇ ਰੰਗਾ ਕੱਪ, ਇਹਦਾ ਸਮੇਂ ਨੇ ਦੱਸਣਾ। ਕਿਉਂਕਿ ਕਹਿੰਦੇ ਜਿਹੜੀ ਕਬੱਡੀ ਉਹ ਸਮੇਂ ਦੀ ਮੁਥਾਜ ਹੈ, ਜੇ ਜਿਗਰੇ ਹੈਣੀ ਤਾਂ ਕੀ ਕਰਨੇ ਜਿਸਮ ਹੱਟੇ ਤੇ ਕੱਟੇ, ਉਹ ਕਾਮਯਾਬ ਨਹੀਂ ਹੁੰਦੇ ਜਿਹੜੇ ਲਾਉਂਦੇ ਰੱਤੇ, ਕਾਗਜ਼ ਵੀ ਆਪ ਨਹੀਂ ਫੜਦੇ ਲਿਖ ਲਿਖ ਕੇ, ਉਹਨਾਂ ਨੂੰ ਫਾੜਨਾ ਪੈਂਦਾ ਏ। ਜੇ ਜ਼ਿੰਦਗੀ ਵਿੱਚ ਕੁਝ ਕਰਨਾ ਹੋਵੇ ਤੇ ਮਨ ਨੂੰ ਮਾਰਨਾ ਪੈਂਦਾ ਏ, ਜੇ ਜ਼ਿੰਦਗੀ ਵਿੱਚ ਕੁਝ ਕਰਨਾ ਹੋਵੇ ਤੇ ਮਨ ਨੂੰ ਮਾਰਨਾ ਪੈਂਦਾ ਏ। ਅੱਜ ਕਹਿੰਦੇ ਵੀ ਟੌਪ ਦੇ ਪਲੇਅਰ ਅੰਬੂ ਵਰਗੇ, ਨੌਜਵਾਨ ਕਹਿੰਦੇ ਵੀ ਲੱਖੇ ਵਰਗੇ, ਮੰਗਲ ਵਰਗੇ ਕਹਿੰਦੇ ਵੀ ਸੋਨੇ ਨੇ, ਰਿਜਮੰਡ ਦੀ ਟੀਮ ਵੱਲੋਂ ਖੇਡਣਾ ਐਤਕੀ ਦੇ ਵਰੇ ਤੇ ਸਾਡੇ ਸੁੱਖ ਘਾਲੀ ਜੀ ਕਹਿੰਦੇ ਵੀ ਸ਼ਾਮ ਤੱਕ ਅਨਾਊਂਸ ਕਰ ਦੇਣਾ ਵੀ ਨੌਜਵਾਨ ਲੱਖੇ ਵਰਗੇ, ਅੰਬੂ ਵਰਗੇ ਤੇ ਮੰਗਲ ਵਰਗੇ ਕਿਹੜੀ ਟੀਮ ਵੱਲੋਂ ਖੇਡਣਗੇ, ਕਿਉਂਕਿ ਲੱਖੇ ਦੀ ਚੋਣ ਹੋ ਚੁੱਕੀ ਹੈ, ਗੁਰਪ੍ਰੀਤ ਸਰੀ ਦੇ ਵਿੱਚ ਬੈਠਾ। ਸਾਡਾ ਵੀਰ ਕਹਿੰਦੇ ਵੀ ਰਿਜਮੰਡ ਵੱਲੋਂ ਖੇਡਣਾ ਨੌਜਵਾਨ, ਘੱਲਾਂ ਵਾਲੇ ਸੋਨੇ ਨੇ ਔਰ ਜਿਹੜੀਆਂ ਸਭ ਗੱਲਾਂ ਉਹ ਸ਼ਾਮ ਤੱਕ ਕਲੀਅਰ ਹੋ ਜਾਣੀ ਹੈ ਵੀ ਅੰਬੂ ਨੇ ਕਿਹੜੀ ਟੀਮ ਵੱਲੋਂ ਖੇਡਣਾ ਤੇ ਨਾਲ ਕਹਿੰਦੇ ਵੀ ਲੱਖੇ ਨੇ ਕਿਹੜੀ ਟੀਮ ਵੱਲੋਂ ਖੇਡਣਾ ਤੇ ਮੰਗਲ ਨੇ ਕਿਹੜੀ ਟੀਮ ਵੱਲੋਂ ਖੇਡਣਾ ਤੇ ਕਹਿੰਦੇ ਵੀ ਸੋਨੇ ਦੀ ਚੋਣ ਕੀਤੀ ਹੈ ਰਿਚਮੰਡ ਵਾਲਿਆਂ ਨੇ ਔਰ ਨੌਜਵਾਨ ਕਹਿੰਦੇ ਵੀ ਟੌਪ ਦੇ ਜਫੇ ਲਾਵੇਗਾ ਮੈਚ, ਆ ਵੀ ਕਹਿੰਦੇ ਟੌਪ ਦਾ ਖੇਡਿਆ ਜਾਣਾ। ਇੱਕ ਪਾਸੇ ਕਹਿੰਦੇ ਵੀ ਹਿੰਦੇ ਵਰਗੇ ਆ ਸਾਡੇ ਵੀਰ, ਟੌਪ ਦੇ ਪਲੇਅਰ ਹੈ, ਘੱਲ ਕਲਾਂ ਸੀ ਦੀ ਟੀਮ ਹੈ, ਆਜ਼ਾਦ ਕਬੱਡੀ ਕਲੱਬ ਐਡਮਿੰਟਨ ਘੱਲ ਕਲਾਂ ਦੀ ਟੀਮ ਸਕੂਲ ਦੀ ਬਿਲਡਿੰਗ ਵਾਲੇ ਪਾਸੇ ਆਪਣੇ ਨਗਰ ਵਾਲੇ ਪਾਸੇ ਹੈ, ਘੱਲ ਕਲਾਂ ਸੀ ਦੀ ਟੀਮ ਜਿਹੜੀ ਉਹ ਖੇਤਾਂ ਵਾਲੇ ਪਾਸੇ ਹੈ। ਲਓ ਸਾਹਮਣੇ ਦੇਖਦੇ ਵੀ ਘੱਲ ਕਲਾਂ ਸੀ ਦੀ ਤਰਫੋਂ ਨੌਜਵਾਨ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ। ਇੱਕ ਪਾਸੇ ਕਹਿੰਦੇ ਵੀ ਨੌਜਵਾਨ ਸੋਨਾ, ਰਿਜਮੰਡ ਵਾਲਿਆਂ ਨੇ ਚੋਣ ਕੀਤੀ ਆ ਨੌਜਵਾਨ ਖਿਡਾਰੀ ਦੀ, ਪਰ ਪੁਆਇੰਟ ਜਿਹੜਾ ਘੱਲ ਕਲਾਂ ਸੀ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ। ਹੈਲੋ, ਜ਼ਰੂਰੀ ਸੂਚਨਾ ਹੈ, ਜਗਰਾਜ ਸਿੰਘ ਵੱਲੋਂ ਜੇਤੂ ਟੀਮ ਨੂੰ 100 ਰੁਪਈਆ ਇਨਾਮ ਦਿੱਤਾ ਜਾਊਗਾ, ਆਪਣੇ ਘੱਲ ਕਲਾਂ ਦੀ ਜੇਤੂ ਟੀਮ ਨੂੰ 100 ਰੁਪਈਆ ਇਨਾਮ ਦਿੱਤਾ ਜਾਊਗਾ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ। ਨਾਲ ਹੀ ਸਾਡੀ ਬੇਨਤੀ ਹੈ ਵੀ ਵਾਂਦਰ ਡੋਰ ਦੀ ਟੀਮ ਨੂੰ 2 ਮਿੰਟ ਦਾ ਸਮਾਂ, ਜੇ ਟੀਮ ਗਰਾਊਂਡ ਦੇ ਵਿੱਚ ਨਹੀਂ ਆਉਂਦੀ ਤੇ ਟੀਮ ਵਾਂਦਰ ਡੋਰ ਦੀ ਟੀਮ ਵੀ ਆ ਗਈ ਹੈ, ਵੇਟਿੰਗ ਰੂਮ ਦੇ ਵਿੱਚ ਇੰਤਜ਼ਾਰ ਕਰੋ, ਤੁਸੀਂ ਬੈਠੋ। ਅਗਲੀ ਮੇਰੀ ਬੇਨਤੀ ਹੈ ਸਾਥੂਵਾਲਾ ਤੇ ਹਿੰਮਤਪੁਰਾ, ਸਾਥੂਵਾਲਾ ਤੇ ਹਿੰਮਤਪੁਰਾ, ਇਹ ਟੀਮਾਂ ਜਲਦੀ ਖੇਡ ਦੇ ਮੈਦਾਨ ਦੇ ਵਿੱਚ ਆ ਜਾਣ। ਆ ਕਹਿੰਦੇ ਵੀ ਕੱਲਾਂ ਵਾਲੇ ਦੁਆਰ ਦਾ ਛੋਟਾ ਵੀਰ ਹੈ ਜਸਕਰਨ ਸਿੰਘ, ਮਾਪਿਆਂ ਨੇ ਨਾਮ ਰੱਖੇ ਹੈ। ਲਓ ਜਸਕਰਨ ਦੀ ਪਾਈ ਹੋਈ ਕਬੱਡੀ ਔਰ ਪੁਆਇੰਟ ਦੇਖਾਂਗੇ ਵੀ ਆਜ਼ਾਦ ਕਬੱਡੀ ਕਲੱਬ ਐਡਮਿੰਟਨ ਘੱਲ ਕਲਾਂ ਦੀ ਟੀਮ ਦੇ ਹਿੱਸੇ, ਸੁੱਖ ਘਾਲੀ ਹੋਣੇ ਦੀ ਟੀਮ ਦੇ ਹਿੱਸੇ,
ਕਹਿੰਦੇ ਵੀ ਅਮਰੀਕਾ ਅਖਾੜੇ ਹੋਣੇ ਦੀ ਟੀਮ ਦੇ ਸੋ ਤਖਤੂਪੁਰ ਦਾ ਸੋਖਾ ਤੇ ਨਾਲ ਕਹਿੰਦੇ ਵੀ ਖੋਸੇ ਕੋਟਲੇ ਵਾਲੇ ਕਾਲ ਤੂਰੋੜੀ ਜਿਹੜੇ ਸਪੌਂਸਰ ਕਰਦੇ ਟੀਮ ਨੂੰ ਨਾਲ ਕਹਿੰਦੇ ਵੀ ਬਾਰੇ ਵਾਲੇ ਪਿੰਡ ਦਾ ਜਥੇਦਾਰ ਹਾਕਮ ਸਿੰਘ ਟੋਲਾ ਕਮਿੱਤਰ ਸਿੰਘ ਜੀ ਔਗੜ ਆਹ ਕਹਿੰਦੇ ਵੀ ਦੇਵ ਸਿੰਘ ਪ੍ਰਧਾਨ ਦਾ ਪੁੱਤਰ ਜੀ ਨੇ ਹੁਣ ਜੱਫਾ ਲਾਇਆ ਨੌਜਵਾਨ ਕਹਿੰਦੇ ਵੀ ਮੰਗਲ ਆ ਘਲ ਕਲਾਂ ਦੀ ਧਰਤੀ ਦਾ ਜਿਹਨੇ ਜੱਫਾ ਲਾਇਆ ਆਪਣੀ ਟੀਮ ਦੇ ਲਈ ਗੋਰਾ ਹਾਂਜੀ ਗੋਰਾ ਕਿਸ਼ਾਲੀ ਕਾ ਜਿਹੜੀ ਜੇਤੂ ਟੀਮ ਹੈ ਉਹਨਾਂ ਨੂੰ 500 ਰੁਪਇਆ ਇਨਾਮ ਦੇ ਰਹੇ ਹੈ ਇਹਨਾਂ ਦੇ ਵਿੱਚੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਨਾਲ ਹੀ ਲੈ ਵੀ ਅਮਨਦੀਪ ਸਿੰਘ ਤੇਰੇ ਲਈ ਵੀ ਮੁਬਾਰਕਬਾਦ ਹੈ ਨੌਜਵਾਨ ਸਾਡੇ ਸਤਿਕਾਰਯੋਗ ਨਿਰਮਲ ਸਿੰਘ ਜੀ ਪੱਪੂ ਮਿਸਤਰੀ ਅਗਵਾੜ ਹੈਲੋ ਹਾਂ ਮੁੰਡੀ ਜਿੰਨੇ ਜੱਫੇ ਲਾਊਗਾ ਉਹਨੂੰ ਗੋਰਾ ਹਰ ਜੱਫੇ ਦੇ ਨਾਲ 100 ਰੁਪਇਆ ਇਨਾਮ ਦੇਵੇਗਾ ਅੱਜ ਕਹਿੰਦੇ ਵੀ ਸਾਡੇ ਨਿਰਮਲ ਸਿੰਘ ਜੀ ਪੱਪੂ ਮਿਸਤਰੀ ਗਵਾੜ ਕਿਸ਼ਾਲੀ ਕਾ ਕਹਿੰਦੇ ਵੀ ਉਹਨਾਂ ਵੱਲੋਂ ਅਮਨਦੀਪ ਅੰਬੂ ਦਾ ਵਿਸ਼ੇਸ਼ ਤੌਰ ਤੇ ਕਹਿੰਦੇ ਵੀ ਇੱਕ ਸ਼ਾਨਦਾਰ ਕੱਪ ਦੇ ਨਾਲ ਮਾਨ ਸਨਮਾਨ ਕੀਤਾ ਜਾਣਾ ਹੈ ਨਿਰਮਲ ਸਿੰਘ ਜੀ ਪੱਪੂ ਮਿਸਤਰੀ ਗਵਾੜ ਕਿਸ਼ਾਲੀ ਕਾ ਉਹਨਾਂ ਵੱਲੋਂ ਕਹਿੰਦੇ ਵੀ ਸਾਡਾ ਵੀਰ ਅਮਨਦੀਪ ਅੰਬੂ ਕਹਿੰਦੇ ਸਿਰੇ ਦਾ ਜਾਫੀ ਹੈ ਉਹਦਾ ਅੱਜ ਕਹਿੰਦੇ ਵੀ ਮਾਨ ਸਨਮਾਨ ਕੀਤਾ ਜਾਣਾ ਵਿਸ਼ੇਸ਼ ਤੌਰ ਤੇ ਲਓ ਸਾਹਮਣੇ ਕਹਿੰਦੇ ਵੀ ਆਹ ਮੁੰਡਾ ਬਠਿੰਡੇ ਵਾਲਾ ਹੈ ਜਲਾਲ ਪਿੰਡ ਹੈ ਕਹਿੰਦੇ ਵੀ ਭਗਤੇ ਦੇ ਬਿਲਕੁਲ ਲਾਗੇ ਹੈ ਗਗਨਦੀਪ ਸਿੰਘ ਨਾਮ ਹੈ ਕਹਿੰਦੇ ਵੀ ਜੋਧਾ ਨੇ ਕਬੱਡੀ ਕੱਪ ਤੇ ਵੀ ਮੋਟਰਸਾਈਕਲ ਜਿੱਤੇ ਹੈ ਦੋ ਮੋਟਰਸਾਈਕਲ ਜਿੱਤੇ ਨੇ ਇਸ ਨੌਜਵਾਨ ਖਿਡਾਰੀ ਨੇ ਗਗਨਦੀਪ ਸਿੰਘ ਕਹਿੰਦੇ ਵੀ ਜਲਾਲ ਦੀ ਧਰਤੀ ਦਾ ਬਠਿੰਡੇ ਵਾਲਾ ਬਠਿੰਡੇ ਦੇ ਵਿੱਚ ਕਹਿੰਦੇ 7 ਲਾਈਨਾਂ ਪੈਂਦੀਆਂ ਹੈ ਪੰਜਾਬ ਦਾ ਸਭ ਤੋਂ ਵੱਡਾ ਰੇਲਵੇ ਜੰਕਸ਼ਨ ਜ਼ਿਲ੍ਹਾ ਬਠਿੰਡਾ ਹੈ ਸੁਖਮੰਦਰ ਸਿੰਘ ਮੰਦਰੀ ਜਿਹੜਾ ਫਸਟ ਆਇਆ ਉਹਨੂੰ ਸਿਕੰਦਰ ਸਿੰਘ ਟਰੱਕਾਂ ਵਾਲਾ ਉੱਗਰ ਕੇ ਇਹਨਾਂ ਨੂੰ 500 ਰੁਪਇਆ ਇਨਾਮ ਦਿੰਦੇ ਆ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਕਿੰਨਾ ਸੀ 140 ਕਿਲੋ ਦੀ ਉਹਨਾਂ ਨੇ ਬੈਂਚ ਪ੍ਰੈਸ ਲਾਈ ਹੈ ਤੇ ਉਹ ਫਸਟ ਆਏ ਆ ਉਹ ਆਪਣਾ ਨਾਮ ਇੱਥੋਂ ਆ ਕੇ ਸਟੇਜ ਤੋਂ ਲੈ ਜਾਣ 500 ਰੁਪਇਆ ਉਹਨਾਂ ਨੂੰ ਇਨਾਮ ਦੇ ਰਹੇ ਆ ਸਿਕੰਦਰ ਸਿੰਘ ਜੀ ਲਓ ਸਾਹਮਣੇ ਜਸਕਰਨ ਸਿੰਘ ਕਹਿੰਦੇ ਵੀ ਨੌਜਵਾਨ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਲਓ ਦੇਖਦੇ ਵੀ ਉਹਨੂੰ 4 ਜਾਫੀ ਆ ਖੇਡ ਮੈਦਾਨ ਦੇ ਵਿੱਚ ਜਸਕਰਨ ਦੀ ਪਾਈ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ ਲਓ ਦੇਖਦੇ ਵੀ ਜਸਕਰਨ ਕੱਲਾ ਵਾਲਾ ਬੜੇ ਵਧੀਆ ਪੁਆਇੰਟ ਦਾ ਵਾਧਾ ਕਰਦਾ ਨੌਜਵਾਨ ਆਪਣੀ ਟੀਮ ਦੇ ਲਈ ਤੇ ਰੋੜਿਆਂ ਤੋਂ ਯਾਰੋ ਅੱਜ ਰੋਜਰ ਚ ਵਾੜਤੀ ਪ੍ਰਵਾਸੀ ਪੰਜਾਬੀਆਂ ਨੇ ਕਰ ਮਿਹਨਤ ਇਹਦੀ ਗੁੱਡੀ ਅੰਬਰਾਂ ਚ ਚਾੜਤੀ ਸੁੱਖੀ ਸਾਂਦੀ ਵਸਨ ਪੰਜਾਬੀ ਦਲੇਰ ਮਾਲਕਾ ਰੱਖੀ ਤੂੰ ਕਬੱਡੀ ਉੱਤੇ ਮੇਰ ਮਾਲਕਾ ਅੱਜ ਤੂੰ ਕਬੱਡੀ ਉੱਤੇ ਮਾਲਕਾ ਰਾਜੂ ਜਿੰਨੇ ਜੱਫੇ ਲਾਊਗਾ ਸ਼ਰਮੇ ਵੱਲੋਂ ਉਹਨੂੰ ਹਰ ਜੱਫੇ ਦਾ 100 ਰੁਪਇਆ ਦਿੱਤਾ ਜਾਵੇਗਾ ਰਾਜਾ ਨਾਜਰ ਸਿੰਘ ਦਾ ਪੋਤਾ ਉਹਦੇ ਵੱਲੋਂ ਕੱਲ ਕਲਾ ਸੀ ਦੀ ਟੀਮ ਦੇ ਜਾਫੀ ਜਿੰਨੇ ਵੀ ਜਾਫੇ ਲਾਉਣਗੇ ਉਹਨੇ 100-100 ਰੁਪਏ ਦਿੱਤੇ ਜਾਣਗੇ ਕੱਲ ਕਲਾ ਸੀ ਦੀ ਜਾਫੀ ਜਿੰਨੇ ਵੀ ਜਾਫੇ ਲਾਉਣਗੇ ਨਾਜਰ ਸਿੰਘ ਦਾ ਪੋਤਾ ਉਹਦੇ ਵੱਲੋਂ 100-100 ਰੁਪਏ ਦਿੱਤਾ ਜਾਵੇਗਾ ਬਹੁਤ ਸਾਹਮਣੇ ਦੇਖਦੇ ਵੀ ਕੱਲ ਕਲਾ ਸੀ ਦੀ ਟੀਮ ਦਾ ਨੌਜਵਾਨ ਇਸ ਵੇਲੇ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਬਹੁਤ ਸਾਹਮਣੇ ਕਹਿੰਦੇ ਵੀ ਕੰਧ ਕੱਢ ਦਿੱਤੀ ਆ ਨੌਜਵਾਨ ਨੇ ਖੇਡ ਮੈਦਾਨ ਦੇ ਵਿੱਚ ਲੱਗਾ ਹੋਇਆ ਜੋਰ ਹੈ ਨਹੀਂ ਰਿਸਾ ਵਾਹ ਸੋਹਣੇ ਹੈ ਇੱਕੋ ਤੇਰਾ ਲੱਖ ਵਰ ਗਿਆ ਬਾਕੀ ਮੋੜ ਕੇ ਜੇਬ ਵਿੱਚ ਪਾ ਲੈ ਇਹ ਪੁਆਇੰਟ ਕਹਿੰਦੇ ਵੀ ਕੱਲ ਕਲਾ ਸੀ ਦੀ ਟੀਮ ਦੇ ਹਿੱਸੇ ਹੈ ਲਓ ਸਾਹਮਣੇ ਜਸਕਰਨ ਸਿੰਘ ਨੌਜਵਾਨ ਕਹਿੰਦੇ ਵੀ ਅਗਲੀ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਜਸਕਰਨ ਸਿੰਘ ਦੀ ਪਾਈ ਹੋਈ ਕਬੱਡੀ
ਨਾਲ ਹੀ ਸਾਡਾ ਵੀਰ ਰਾਜਾ ਕਹਿੰਦੇ ਵੀ ਬਾਬੇ ਨਾਜਰ ਸਿੰਘ ਦਾ ਪੋਤਰ ਹੈ, 100 ਰੁਪਏ ਦੇ ਮਾਨ ਸਨਮਾਨ ਭੇਜਦਾ ਪੰਜਾਬੀ ਬੋਲਣ ਤੋਂ ਖੁਸ਼ ਹੋ ਕੇ ਆਪਾਂ ਧੰਨਵਾਦ ਕਰਦੇ ਹਾਂ। ਲਓ ਸਾਹਮਣੇ ਜੇ ਜੱਸਾ ਲੱਗ ਗਿਆ ਤਾਂ 100 ਰੁਪਇਆ ਦੇਣਾ, ਪਰ ਜਿਹੜਾ ਪੁਆਇੰਟ ਜਸਕਾਰ ਮਿਕੱਲਾ ਵਾਲਾ ਆਪਣੀ ਟੀਮ ਲਈ ਜੋੜਦਾ ਹੋਇਆ ਨੌਜਵਾਨ ਜਸਕਾਰ ਮਿਕੱਲਾ ਦੀ ਧਰਤੀ ਆ। ਲਓ ਸਾਹਮਣੇ ਕਹਿੰਦੇ ਵੀ ਕਲਕਲਾ ਸੀਰੀ ਤਰਫੋਂ ਨੌਜਵਾਨ ਕਬੱਡੀ ਪਾ ਰਿਹਾ, ਇੱਕ ਪਾਸੇ ਕਹਿੰਦੇ ਵੀ ਆਹ ਅੰਬੂ ਆ, ਕਹਿੰਦੇ ਵੀ ਨੌਜਵਾਨ ਮੰਗਲ ਹੈ ਕੱਲਾ ਵਾਲਾ ਜਿਹਨੇ ਹੁਣ ਕੋਸ਼ਿਸ਼ ਕੀਤੀ ਹੈ, ਇੱਕ ਕਹਿੰਦੇ ਵੀ ਆਹ ਮੰਗਲ ਕੱਲਾ ਵਾਲਾ ਹੈ, ਤੇ ਇੱਕ ਮੰਗਲ ਕਹਿੰਦੇ ਵੀ ਮੰਗਲ ਢਿੱਲੋਂ ਪੰਜਾਬੀ ਫਿਲਮਾਂ ਵਾਲਾ ਹੈ, ਤੇ ਇੱਕ ਮੰਗਲ ਹਠੂਰ ਵਾਲਾ ਕਹਿੰਦੇ ਵੀ ਗਾਣੇ ਬੜੇ ਵਧੀਆ ਲਿਖਦਾ ਹੈ, ਤੇ ਇੱਕ ਮੰਗਲ ਸਿੰਘ ਜੀ ਕਹਿੰਦੇ ਵੀ ਸ਼ਹੀਦ ਕਰਤਾਰ ਸਿੰਘ ਜੀ ਸਾਹਿਬਾ ਸਾਹਿਬ ਦੇ ਫਾਦਰ ਸਾਹਿਬ ਹੈ ਮੰਗਲ ਸਿੰਘ ਜੀ ਨੂੰ 100 ਰੁਪਇਆ ਇਨਾਮ ਦਿੱਤਾ ਜਾਂਦਾ ਹੈ। ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੱਸਾ ਸਿੰਘ ਨੂੰ ਸਰਦਾਰ ਜਗੀਰ ਸਿੰਘ ਜੀ 100 ਰੁਪਇਆ ਇਨਾਮ ਦਿੰਦੇ ਆ, ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਲੈ ਵੀ ਜੇ ਅੰਬੂ ਜਫਾ ਲਾਵੇ ਤੇ ਕੱਲਾ ਵਾਲਾ ਗੋਰਾ ਕਹਿੰਦਾ 500 ਰੁਪਇਆ ਦੇਣਾ, ਬਾਬੇ ਨਾਜਰ ਸਿੰਘ ਦਾ ਪੋਤਰਾ ਕਹਿੰਦਾ ਵੀ 100 ਰੁਪਇਆ ਦਿੱਤਾ ਜਾਣਾ, ਅੰਬੂ ਜੇ ਜਫਾ ਲਾ ਗਿਆ 500 ਰੁਪਇਆ ਦਿੱਤਾ ਜਾਣਾ, ਨਹੀਂ ਰਿਸਾ ਲਓ ਸਾਹਮਣੇ ਨੌਜਵਾਨ ਦੇਖਦੇ ਵੀ ਜਸਕਰਨ ਸਿੰਘ ਅਗਲੀ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ, ਜਸਕਰਨ ਸਿੰਘ ਦੀ ਪਾਈ ਹੋਈ ਕਬੱਡੀ ਹੈ। ਹੁਣ 4 ਜਾਫੀ ਦੇਖਾਂਗੇ ਵੀ ਕਹਿੰਦੇ ਵੀ ਜਫਾ ਲੱਗ ਗਿਆ ਤੇ 100 ਰੁਪਇਆ ਦੇਣਾ, ਸਾਡਾ ਵੀਰ ਰਾਜਾ ਕਹਿੰਦਾ ਵੀ ਜੇ ਕੋਈ ਵੀ ਜਾਫੀ ਜਫਾ ਲਾਵੇਗਾ ਤੇ 100 ਰੁਪਇਆ ਦਿੱਤਾ ਜਾਣਾ। ਲਓ ਸਾਹਮਣੇ ਜਸਕਰਨ ਸਿੰਘ ਦੀ ਪਾਈ ਹੋਈ ਕਬੱਡੀ ਤੇ ਕਲਕਲਾ ਸੀ ਦੀ ਟੀਮ ਦਾ ਬਲੇਰ ਹੈ ਜਿਹਨੇ ਕੋਸ਼ਿਸ਼ ਕੀਤੀ ਹੈ। ਲਓ ਸਾਹਮਣੇ ਦੇਖਦੇ ਵੀ ਜਸਕਰਨ ਸਿੰਘ ਨੌਜਵਾਨ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ, ਇੱਕ ਪਾਸੇ ਕਹਿੰਦੇ ਵੀ ਕਲਕਲਾ ਸੀ ਦੀ ਟੀਮ ਦਾ ਪਲੇਅਰ ਹੈ, ਦੂਜੇ ਪਾਸੇ ਕਹਿੰਦੇ ਵੀ ਆਜ਼ਾਦ ਕਬੱਡੀ ਕਲੱਬ ਐਡਮਿੰਟਨ ਕਲਕਲਾ ਦੀ ਟੀਮ ਦਾ ਪਲੇਅਰ ਹੈ ਜਸਕਰਨ, ਬੜੇ ਵਧੀਆ ਪੁਆਇੰਟ ਦਾ ਵਾਧਾ ਕਰਦਾ ਹੋਇਆ। ਲੈ ਵੀ ਜੇ ਹੁਣ ਅਮਨਦੀਪ ਸਿੰਘ ਅੰਬੂ ਜਾਫਾ ਲਾਵੇਗਾ ਤੇ ਸਾਡਾ ਵੀਰ ਗੋਰਾ ਕਹਿੰਦਾ ਵੀ 500 ਰੁਪਇਆ ਦਿੱਤਾ ਜਾਣਾ, ਨਾਜਰ ਸਿੰਘ 500 ਰੁਪਇਆ ਦਿੱਤਾ ਜਾਣਾ ਜੇ ਅਮਨ ਅੰਬੂ ਜਾਫਾ ਲਾਵੇਗਾ। ਸਾਹਮਣੇ ਕਹਿੰਦੇ ਵੀ 4 ਜਾਫੀ ਗੋਸ਼ ਬੜੀ ਵਧੀਆ ਕੀਤੀ ਹੈ, ਹੁਣ 500 ਰੁਪਇਆ ਅੰਬੂ ਤੇਰੇ ਲਈ ਜੇ ਜੱਫਾ ਲੱਗ ਗਿਆ, ਨਹੀਂ ਰਿਸਾ ਇੱਥੇ ਰੱਖ, ਪੁਆਇੰਟ ਜਾਫੀਆਂ ਦੇ ਇਸੇ ਹੈ। ਔਰ 500 ਰੁਪਇਆ ਸਾਡਾ ਵੀਰ ਗੋਰਾ ਬਾਬੇ ਨਾਜਰ ਸਿੰਘ ਦਾ ਪੋਤਰ ਹੈ ਉਹਦੇ ਵੱਲੋਂ ਹੈ ਕੱਲਾ ਵਾਲੇ ਅੰਬੂ ਦੇ ਲਈ। ਕਾਲਾ ਕਲੀ ਵਾਲਾ ਗਰਾਊਂਡ ਦੇ ਵਿੱਚ ਆ ਜਾਵੇ, ਕਾਲਾ ਕਲੀ ਵਾਲਾ ਇੱਥੇ ਰੱਖ। ਇੱਕ ਪਾਸੇ ਕਹਿੰਦੇ ਵੀ ਜੱਗੀ ਗੋਰ ਸੀਆਂ ਮੱਖਣ ਵਾਲਾ, ਸਾਹਮਣੇ ਵਾਂਦਰਾਂ ਦੀ ਟੀਮ ਆ ਗਈ ਹੈ, ਵਾਂਦਰਾਂ ਦੀ ਟੀਮ ਨੂੰ ਬੇਨਤੀ ਹੈ, 2 ਪਲੇਅਰ ਆਈ ਹੈ, ਬਾਕੀ ਪਲੇਅਰ ਵੀ ਗਰਾਊਂਡ ਦੇ ਵਿੱਚ ਆ ਜਾਣ। ਵਾਂਦਰ ਡੋਰ ਦੀ ਟੀਮ ਨੂੰ ਬੇਨਤੀ ਹੈ ਵੀ ਉਹ ਪਲੇਅਰ ਜਲਦੀ ਗਰਾਊਂਡ ਦੇ ਵਿੱਚ ਆ ਜਾਣ, ਕਿਰਪਾ ਕਰਕੇ ਵਾਂਦਰ ਡੋਰ ਦੀ ਟੀਮ ਨੂੰ ਬੇਨਤੀ ਹੈ। ਨਾਲ ਸਾਡਾ ਵੀਰ ਕਲੀ ਵਾਲਾ ਉਹਨੂੰ ਵੀ ਬੇਨਤੀ ਹੈ ਵੀ ਉਹ ਕਲੀ ਪਾ ਦੇਵੇ, ਜਿੱਥੇ ਵੀ ਲੱਗਦਾ ਵੀ ਲਾਈਨਾਂ ਮੱਧਮ ਪੈ ਗਈਆਂ ਨੇ ਕਲੀ ਪਾ ਦੇਵੇ, ਕਲੀ ਵਾਲਾ ਉਹਨੂੰ ਮੇਰੀ ਬੇਨਤੀ ਹੈ ਹੱਥ ਬੰਨ ਕੇ। ਲਓ ਸਾਹਮਣੇ ਕਹਿੰਦੇ ਵੀ ਗਗਨ ਜਲਾਲ ਦੀ ਧਰਤੀ ਦਾ, ਲਓ ਸਾਹਮਣੇ ਜਸਵੰਤ ਦੇ ਲਈ ਉਹਦੇ ਫਾਦਰ ਸਾਹਿਬ 100 ਰੁਪਇਆ ਭੇਜਦੇ ਆ ਜਸਵੰਤ ਦੇ ਲਈ। ਲਓ ਸਾਹਮਣੇ ਕਹਿੰਦੇ ਵੀ ਹੁਣ ਕੌਣ ਗਾਊਗਾ ਕਲੀਆਂ ਮਾਣਕਾਂ ਤੇਰੇ ਨਾਲ ਦੀਆਂ, ਤੇ ਮਾਣਕ ਗਲੀਆਂ ਕਰ ਗਿਆ ਸੁਣੀਆਂ ਲੋਕੋ ਪਿੰਡ ਜਲਾਲ ਦੀਆਂ, ਮਾਣਕ ਗਲੀਆਂ ਕਰ ਗਿਆ ਸੁਣੀਆਂ ਲੋਕੋ ਪਿੰਡ ਜਲਾਲ ਦੀਆਂ। ਲਓ ਸਾਹਮਣੇ ਜੇ ਸੋਚਿਆ ਤੂੰ ਜਫਾ ਲਾਵੇ ਤੇ ਅਗਲੀ ਜਿਹੜੀ ਟੀਮ ਦਾ ਮੈਚ ਹੋਣਾ ਉਹਦਾ ਅਨਾਊਂਸ ਕਰ ਦਿਓ ਇੱਥੋਂ ਤੁਸੀਂ ਦੇਖ ਕੇ। ਅਗਲੀਆਂ ਟੀਮਾਂ ਜਿਹੜੀਆਂ ਗਰਾਊਂਡ ਦੇ ਵਿੱਚ ਪਹੁੰਚ ਚੁੱਕੀਆਂ ਨੇ ਵਾਂਦਰ ਡੋਰ ਤੇ ਮਾਲਾ ਕਲਾ, ਇਹਨਾਂ ਦਾ ਮੈਚ ਖੇਡਿਆ ਜਾਣਾ ਵਾਂਦਰ ਡੋਰ ਤੇ ਮਾਲਾ ਕਲਾ ਦੀਆਂ ਟੀਮਾਂ ਨੂੰ ਬੇਨਤੀ ਹੈ ਵੀ ਉਹ ਟੀਮਾਂ ਜਲਦੀ ਖੇਡ ਮੈਦਾਨ ਦੇ ਵਿੱਚ ਆ ਜਾਣ।
ਲਓ ਸਾਹਮਣੇ ਦੇਖਦੇ ਵੀ ਮੈਚ ਪੂਰਾ ਵਧੀਆ ਖੇਡਿਆ ਜਾ ਰਿਹਾ ਹੈ। ਅਗਲੇ ਮੈਚਾਂ ਲਈ ਵਾਦਰ ਰੋਡ ਤੇ ਨਾਲ ਜਿਹੜਾ ਮਾਲਾ ਉਹਨਾਂ ਦੋਨੇ ਟੀਮਾਂ ਦੇ ਵਿਚਕਾਰ ਮੈਚ ਖੇਡਿਆ ਜਾਣਾ, ਟੀਮਾਂ ਤਿਆਰ ਰਹਿਣ। ਨਾਲ ਮੇਰੀ ਬੇਨਤੀ ਹੈ ਵੀ ਸਾਫੂ ਵਾਲਾ ਤੇ ਹਿੰਮਤਪੁਰਾ ਇਹ ਵੀ ਟੀਮਾਂ ਖੇਡ ਮੈਦਾਨ ਦੇ ਵਿੱਚ ਆ ਜਾਣ। ਸਾਫੂ ਵਾਲਾ ਤੇ ਹਿੰਮਤਪੁਰਾ ਇਹਨਾਂ ਟੀਮਾਂ ਨੂੰ ਬੇਨਤੀ ਹੈ। ਜਸਕਰਨ ਸਿੰਘ ਨੌਜਵਾਨ ਕਹਿੰਦੇ ਵੀ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ। ਲਓ ਸਾਹਮਣੇ ਨੌਨ ਸਟਾਪ ਕਬੱਡੀਆਂ ਪੈਂਦੀਆਂ ਨੇ ਔਰ ਟੌਪ ਟੌਪ ਦੇ ਜਫੇ, ਟੌਪ ਟੌਪ ਦੀ ਕਬੱਡੀ। ਨਾਲ ਹੀ ਦਰਸ਼ਕ ਵੀਰਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਕਿ ਬੜੀ ਦੂਰੋਂ ਦੂਰੋਂ ਆਏ ਬੈਠੇ ਭੁੱਖੇ ਤੇ ਧਿਆਏ ਦੇਖ ਕੇ ਖਿਡਾਰੀਆਂ ਦੇ ਸਰੀਰ ਨਾ ਇਹਨਾਂ ਨੂੰ ਕਿਸੇ ਗੱਲ ਦੀ ਘਾਟ ਰੜ ਕੇ। ਅੱਜ ਬੋਲਦਾ ਕਬੱਡੀ ਦਾ ਜਨੂਨ ਲੋਕਾਂ ਦੇ ਯਾਰੋ ਸਿਰ ਚੜ ਗਏ, ਅੱਜ ਬੋਲਦਾ ਕਬੱਡੀ ਦਾ ਜਨੂਨ ਲੋਕਾਂ ਦੇ ਯਾਰੋ ਸਿਰ ਚੜ ਕੇ। ਲਓ ਸਾਹਮਣੇ ਕਹਿੰਦੇ ਵੀ ਸਰਦਾਰ ਕਰਮ ਸਿੰਘ ਦੇ ਸਪੁੱਤਰ ਦੀ ਕਬੱਡੀ ਹੈ, ਇਹ ਕਹਿੰਦੇ ਵੀ ਸਭਰਾਵਾਂ ਦੇ ਜੋਤੇ ਵੱਲੋਂ ਦੋ ਦੋ ਕੰਮ ਕਰਦਾ ਜਿਵੇਂ ਕਹਿੰਦੇ ਵੀ। ਲਓ ਸਾਹਮਣੇ ਸਰਦਾਰ ਕਰਮ ਸਿੰਘ ਦੇ ਸਪੁੱਤਰ ਦੀ ਕਬੱਡੀ ਖੇਡ ਮੈਦਾਨ ਦੇ ਵਿੱਚ ਦੇਖਦੇ ਆ ਵੀ 7-7-91 ਕਹਿੰਦੇ ਵੀ ਜਿਹੜੀ ਜਨਮ ਤਰੀਕ ਹੈ ਇਸ ਨੌਜਵਾਨ ਦੀ। ਔਰ ਅਮਨਦੀਪ ਸਿੰਘ ਅੰਬੂ ਕਹਿੰਦੇ ਵੀ ਘੱਲਾ ਵਾਲਾ ਬੜੇ ਵਧੀਆ ਪੁਆਇੰਟ ਦਾ ਵਾਧਾ ਕਰਦਾ ਆਪਣੀ ਟੀਮ ਦੇ ਲਈ। ਲਓ ਦੇਖਦੇ ਵੀ ਅਗਲੀ ਕਬੱਡੀ ਹੁਣ ਖੇਡ ਮੈਦਾਨ ਦੇ ਵਿੱਚ ਆਪਾਂ ਦੇਖਦੇ ਵੀ ਘੱਲ ਕਲਾ ਸੀਰੀ ਤਰਫੋ ਨੌਜਵਾਨ ਅਗਲੀ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਦੇ ਵਿੱਚ ਘੱਲ ਕਲਾ ਸੀਰੀ ਤਰਫੋ। ਲਓ ਦੋ ਨੰਬਰ ਤੋਂ ਕਹਿੰਦੇ ਵੀ ਵੱਧ ਕੇ ਕੋਸ਼ਿਸ਼ ਕੀਤੀ ਇਸ ਨੌਜਵਾਨ ਖਿਡਾਰੀ ਨੇ, ਇੱਕ ਪਾਸੇ ਕਹਿੰਦੇ ਵੀ ਕਬੱਡੀ ਦਾ ਮਾਸਟਰ ਹੈ, ਇੱਕ ਪਾਸੇ ਤਜਰਬਾ ਵੱਡਾ ਹੈ। ਲਓ ਦੇਖਦੇ ਵੀ ਲੱਗਦਾ ਹੋਇਆ ਜਿਹੜਾ ਪੁਆਇੰਟ ਘੱਲ ਕਲਾ ਸੀ ਦੀ ਟੀਮ ਦੇ ਉਸੇ ਹੈ। ਹੁਣ ਅਗਲੀ ਕਬੱਡੀ ਦੇਖਦੇ ਵੀ ਜੱਗੀ ਗੋਰਸੀਆਂ ਮੱਖਣ ਪਿੰਡ ਵਾਲਾ ਨੌਜਵਾਨ ਅਗਲੀ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਕਿ ਤਕੜਾ ਹੀ ਜਾਫੀ ਰੱਖਦਾ ਦਮ ਇਹਨੂੰ ਡੱਕਣ ਦਾ, ਸ਼ੇਰ ਜਿੱਡਾ ਦਿਲ ਹੈ ਜੱਗੀ ਗੋਰਸੀਆਂ ਮੱਖਣ ਦਾ। ਕਹਿੰਦੇ ਵੀ ਸ਼ੇਰ ਜਿੱਡਾ ਦਿਲ ਹੈ ਜੱਗੀ ਗੋਰਸੀਆਂ ਮੱਖਣ ਦਾ। ਲਓ ਸਾਹਮਣੇ ਜੱਗੀ ਦੀ ਪਾਈ ਹੋਈ ਕਬੱਡੀ, ਕਹਿੰਦੇ ਵੀ ਭਾਰੀ ਸਰੀਰ ਹੈ ਜੇ ਇਹਨੂੰ ਰੋਕਣਾ ਜਾਂ ਤੇ ਕਹਿੰਦੇ ਦੋ ਜਣੇ ਪੈ ਜਾਓ ਜਾਂ ਪਾਸੇ ਤੇ ਕੁੰਡੇ ਲਵਾ ਲਓ। ਔਰ ਪੁਆਇੰਟ ਕਹਿੰਦੇ ਵੀ ਜੱਗੀ ਆਪਣੀ ਟੀਮ ਲਈ ਜੋੜਦਾ ਹੋਇਆ, ਲੈ ਵੀ ਸੋਨੇ ਜੇ ਤੂੰ ਜਫਾ ਲਾਵੇਂ ਤੇ 500 ਰੁਪਈਆ ਦੇਣਾ ਸਾਡਾ ਵੀਰ ਗੋਰਾ, ਕਹਿੰਦਾ ਵੀ 500 ਰੁਪਈਆ ਦਿੱਤਾ ਜਾਣਾ ਹੈ ਜੇ ਗੋਰਾ ਜਫਾ ਲਾਵੇ। ਨਾਲ ਹੀ ਪਾਣੀ ਵਾਲੇ ਬਾਬੇ ਦਾ ਕੋਈ ਗਲਾਸ ਲੈ ਗਿਆ, ਉਹ ਕਿਰਪਾ ਕਰਕੇ ਗਲਾਸ ਦੇ ਜਾਵੇ। ਗਰਾਊਂਡ ਦੇ ਵਿੱਚ ਪਾਣੀ ਵਾਲੇ ਬਾਬੇ ਦਾ ਕੋਈ ਗਲਾਸ ਲੈ ਗਿਆ, ਉਹ ਕਿਰਪਾ ਕਰਕੇ ਗਲਾਸ ਦੇ ਜਾਵੇ, ਸਾਡੀ ਬੇਨਤੀ ਹੈ। ਜਸਕਰਨ ਸਿੰਘ ਨੌਜਵਾਨ ਕਹਿੰਦੇ ਵੀ ਅਗਲੀ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ, ਜਸਕਰਨ ਦੀ ਪਾਈ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ ਹੈ। ਸਾਹਮਣੇ ਕਹਿੰਦੇ ਵੀ ਇੱਕੋ ਪਿੰਡ ਹੈ, ਲਓ ਸਾਹਮਣੇ ਦੇਖਦੇ ਵੀ ਇੱਕੋ ਪਿੰਡ ਦੀ ਹੈ, ਗਲੀਆਂ ਦੇ ਵਿੱਚ ਖੇਡ ਖੇਡ ਕੇ ਜਵਾਨ ਹੋਏ ਨੇ, ਇੱਕੋ ਸੱਥਾਂ ਦੇ ਵਿੱਚ ਬੈਠੇ ਆ, ਇੱਕੋ ਸਕੂਲਾਂ ਦੇ ਵਿੱਚ ਪੜ੍ਹੇ ਆ। ਲਓ ਸਾਹਮਣੇ ਦੇਖਦੇ ਵੀ ਜਸਕਰਨ ਸਿੰਘ ਨੌਜਵਾਨ ਬੜੇ ਵਧੀਆ ਪੁਆਇੰਟ ਦਾ ਵਾਧਾ ਕਰਦਾ ਆਪਣੀ ਟੀਮ ਦੇ ਲਈ। ਲੈ ਵੀ ਸੋਨੇ 'ਚ ਜੱਫਾ ਲਾ ਦੇਵੇ ਤੇ 500 ਰੁਪਈਆ ਦਿੱਤਾ ਜਾਣਾ ਹੈ। ਲਓ ਦੇਖਦੇ ਵੀ ਸਾਹਮਣੇ ਨੌਜਵਾਨ, ਲਓ 500 ਰੁਪਈਆ ਗੋਰਾ ਸਾਡਾ ਵੀਰ ਬਾਬੇ ਨਾਜਰ ਸਿੰਘ ਦਾ ਪੋਤਰ ਹੈ ਉਹਦੇ ਵੱਲੋਂ ਹੈ, ਪਹਿਲਾਂ 500 ਰੁਪਈਆ ਅੰਬੂ ਦੇ ਲਈ ਉਹਨਾਂ ਨੇ ਭੇਜਿਆ, ਆਪਾਂ ਧੰਨਵਾਦ ਕਰਦੇ ਹਾਂ। ਹੁਣ 500 ਰੁਪਈਆ ਕਹਿੰਦੇ ਵੀ ਘੱਲਾਂ ਵਾਲੇ ਸੋਨੇ ਦੇ ਲਈ ਹੈ। ਅਮਨਦੀਪ ਸਿੰਘ ਅੰਬੂ ਕਹਿੰਦੇ ਵੀ ਸਰਦਾਰ ਕਰਮ ਸਿੰਘ ਦਾ ਸਪੁੱਤਰ ਕਬੱਡੀ ਪਾ ਰਿਹਾ, ਕਹਿੰਦੇ ਵੀ ਚੋਲਾ ਸਾਹਿਬ ਦੀ ਧਰਤੀ ਤੇ ਮੈਚ ਹੋਏ ਤੇ ਮੈਂ ਬੋਲ ਰਿਹਾ ਸੀ ਕਿਉਂਕਿ ਪਹਿਲੀ ਕਬੱਡੀ ਕਹਿੰਦੇ ਵੀ ਕਾਲੇ ਸੰਘੇ ਨੇ ਤਾਜੇ ਨੇ ਪਾਈ, ਤੇ ਨਾਲ ਸਾਡੇ ਸਤਿਕਾਰਯੋਗ ਮੱਖਣ ਸਿੰਘ ਜੀ ਬੋਲ ਰਹੇ ਸੀ ਪ੍ਰੋਫੈਸਰ ਸਾਹਿਬ, ਉਹਨਾਂ ਨੇ ਆਖਿਆ ਵੀ ਤਾਜਾ ਸਿਰੇ ਦਾ ਪਲੇਅਰ ਹੈ ਤੇ ਪਹਿਲੀ ਕਬੱਡੀ ਕਹਿੰਦੇ ਵੀ ਘੱਲਾਂ ਵਾਲੇ ਅੰਬੂ ਨੇ ਗੱਡਾ ਡਈਆਂ ਤੇ ਕਰ ਦਿੱਤਾ ਸੀ। ਕਹਿੰਦੇ ਵੀ 31,000 ਰੁਪਏ ਦਾ ਜੱਫਾ ਲਾਇਆ ਸੀ ਇਸ ਨੌਜਵਾਨ ਨੇ ਅੰਬੂ ਘੱਲਾਂ ਦੀ ਧਰਤੀ ਦਾ, ਕਹਿੰਦੇ ਵੀ ਲੋਕੀ ਚੀਨ ਦੀ ਕੰਧ ਦੇ ਤੌਰ ਤੇ ਜਾਣਦੇ ਹੈ। ਤਾਂ ਹੁਣ 4 ਜਾਫੀ ਦੇਖਾਂਗੇ ਵੀ 2 ਨੰਬਰ ਤੇ ਕਹਿੰਦੇ ਲੱਖਾ ਕਬੱਡੀ ਦਾ ਮਾਸਟਰ ਹੈ, ਨਾਲ ਕਹਿੰਦੇ ਵੀ ਆਹ ਨੌਜਵਾਨ ਕਰਦਾ ਹੋਇਆ ਕੋਸ਼ਿਸ਼। ਲਓ ਹਲਕਾ ਫੁੱਲ ਵਰਗਾ ਟੱਚ ਤੇ ਪੁਆਇੰਟ ਜਿਹੜਾ ਘੱਲ ਕਾਲਾ ਸੀ ਦੀ ਟੀਮ ਦੇ ਉਸੇ ਜੁੜਦਾ ਹੋਇਆ ਖੇਡ ਮੈਦਾਨ ਦੇ ਵਿੱਚ। ਜੱਗੀ ਗੋਰਸੀਆਂ ਮੱਖਣ ਵਾਲਾ
ਨਾਲ ਹੀ ਆ ਗਈ ਆ, ਨਾਲ ਹੀ ਬੇਨਤੀ ਆ ਵੀ ਸਾਫੂ ਵਾਲਾ ਤੇ ਹਿੰਮਤਪੁਰਾ, ਸਾਫੂ ਵਾਲਾ ਤੇ ਹਿੰਮਤਪੁਰਾ ਇਹ ਟੀਮਾਂ ਜਲਦੀ ਖੇਡ ਦੇ ਮੈਦਾਨ ਦੇ ਵਿੱਚ ਆ ਜਾਣ, ਸਾਫੂ ਵਾਲਾ ਤੇ ਹਿੰਮਤਪੁਰਾ ਇਹ ਟੀਮਾਂ ਜਲਦੀ ਖੇਡ ਦੇ ਮੈਦਾਨ ਦੇ ਵਿੱਚ ਆ ਜਾਣ ਕਿਰਪਾ ਕਰਕੇ। ਲਓ ਸਾਹਮਣੇ ਵੇਖਦੇ ਵੀ ਕੱਲ ਕਲਾ ਸੀ ਵਾਲਾ ਨੌਜਵਾਨ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ, ਕੱਲ ਕਲਾ ਸੀ ਦੀ ਟੀਮ ਦਾ ਪਲੇਅਰ। ਲਓ ਮੰਗਲ ਨੇ ਕਹਿੰਦੇ ਵੀ ਗੁੱਟ ਫੜਿਆ ਛੜਾਇਆ, ਗੁੱਟ ਨਹੀਂ ਰੀਸਾਂ। ਹੁਣ ਵੇਖਾਂਗੇ ਵੀ ਇੱਕ ਪਾਸੇ ਆਜ਼ਾਦ ਕਬੱਡੀ ਕਲੱਬ ਐਡਮਿੰਟਨ ਕੱਲ ਕਲਾ, ਦੂਜੇ ਪਾਸੇ ਕੱਲ ਕਲਾ ਸੀ ਦੀ ਟੀਮ ਹੈ ਤੇ ਕੱਲਾਂ ਵਾਲਾ ਮੰਗਲ ਕਹਿੰਦੇ ਵੀ ਮਸ਼ਕਰੀਆਂ ਕਰਦਾ, ਪਿਆਰ ਜਿਤਾਉਂਦਾ, ਮੁਹੱਬਤ 500 ਰੁਪਈਆ। ਆਹ ਜਿਹੜਾ ਨੌਜਵਾਨ ਕਹਿੰਦੇ ਵੀ ਪੁਆਇੰਟ ਲੈ ਕੇ ਆਇਆ ਇਹਦੇ ਲਈ ਹੈ, 500 ਰੁਪਈਆ ਉਸ ਖਿਡਾਰੀ ਦੇ ਲਈ ਹੈ। ਆਪਾਂ ਧੰਨਵਾਦ ਕਰਦੇ ਹਾਂ। ਹਾਂਜੀ, ਆ ਵੇਟ ਲਿਫਟਿੰਗ ਦੇ ਗੋਰਾ ਕਨੇਡਾ ਨਾਜਰ ਸਿੰਘ ਜੀ ਉਹਨਾਂ ਦੇ ਪੋਤਰਾ ਜੀ ਹੈ, ਨਾਲ 500 ਰੁਪਈਆ ਅੰਬੂ ਨੂੰ, 500 ਰੁਪਈਆ ਸੋਨੇ ਨੂੰ। ਇਹਨਾਂ ਟੀਮਾਂ ਦੇ ਪੁਆਇੰਟ ਦੱਸ ਦਿੱਤੇ ਜਾਣ। ਹੈਲੋ, ਜਿਹੜੇ ਵੇਟ ਲਿਫਟਿੰਗ ਦੇ ਮੁਕਾਬਲੇ ਹੁਣੇ ਹੁਣੇ ਹੋ ਕੇ ਹਟੇ ਆ ਉਹਨਾਂ ਦੇ ਰਿਜ਼ਲਟ ਸੁਣ ਲਓ। 90 ਹੈਲੋ ਹਾਂ ਇੱਕ ਮਿੰਟ, ਆਪਣੇ 90 ਕਿਲੋ ਵਜਨ ਦੇ ਜਿਹੜੇ ਪਲੇਅਰ ਸੀ ਉਹਨਾਂ ਨੇ ਪਹਿਲਾ ਮੁਕਾਬਲਾ ਹੋਇਆ ਉਹਦੇ ਵਿੱਚ ਹਰਮਿੰਦਰ ਸਿੰਘ ਮੰਦਰੀ ਉਹ ਫਸਟ ਆਇਆ, ਉਸਨੇ 140 ਕਿਲੋ ਵਜਨ ਦਾ ਜਿਹੜਾ ਬਾਲਾ ਕੱਢਿਆ। ਦੂਜੇ ਨੰਬਰ 'ਤੇ ਆ ਬਲਜੀਤ ਸਿੰਘ, ਇਹ ਵੀ ਕੱਲ ਕਲਾਂ ਦਾ ਹੀ ਹੈ, ਇਹਨੇ 115 ਕਿਲੋ ਵੇਟ ਲਿਫਟਿੰਗ ਦੇ ਵਿੱਚ ਮੁਕਾਬਲੇ ਦੇ ਵਿੱਚ ਸ਼ਾਇਦ ਦੂਜੇ ਨੰਬਰ 'ਤੇ ਆਇਆ। ਅਤੇ ਤੀਸਰੇ ਨੰਬਰ 'ਤੇ ਜਸਵਿੰਦਰ ਸਿੰਘ ਕੱਲ ਕਲਾਂ, ਇਹ ਤਿੰਨੇ ਪਲੇਅਰ ਉਹਨਾਂ ਦੇ ਬਾਡੀ ਵੇਟ 90 ਕਿਲੋ ਸੀ। ਉਹਨਾਂ ਦੇ ਵਿੱਚੋਂ ਦੁਬਾਰਾ ਫਿਰ ਮੈਂ ਦੱਸ ਦਿੰਦਾ, ਫਸਟ ਹਰਮਿੰਦਰ ਸਿੰਘ ਮੰਦਰੀ, ਸੈਕਿੰਡ ਬਲਜੀਤ ਸਿੰਘ ਅਤੇ ਥਰਡ ਹੈਗਾ ਜਸਵਿੰਦਰ ਸਿੰਘ। ਦੂਸਰਾ ਮੁਕਾਬਲਾ ਬਾਡੀ ਵੇਟ ਓਪਨ, ਜਿਨ੍ਹਾਂ ਦਾ ਜਿੰਨਾ ਮਰਜ਼ੀ ਵੇਟ ਹੋਵੇ ਉਹਨਾਂ ਨੇ ਜੀ। ਇਹਦੇ ਵਿੱਚੋਂ ਕੱਲ ਕਲਾਂ ਆਜ਼ਾਦ ਕਬੱਡੀ ਕਲੱਬ ਕੱਲ ਕਲਾਂ ਦੇ ਪੁਆਇੰਟ ਆ ਜੀ 20.5 ਅਤੇ ਕੱਲ ਕਲਾਂ ਸੀ ਦੇ ਪੁਆਇੰਟ ਆ ਜੀ 14। ਆਜ਼ਾਦ ਕਬੱਡੀ ਕਲੱਬ ਕੱਲ ਕਲਾਂ ਦੀ ਟੀਮ ਜੇਤੂ ਰਹੀ ਹੈ ਇਸ ਮੈਚ ਦੇ ਵਿੱਚੋਂ, ਕਿਰਪਾ ਕਰਕੇ ਨੋਟ ਕਰ ਲਿਆ ਜਾਵੇ। ਆਜ਼ਾਦ ਕਬੱਡੀ ਕਲੱਬ ਕੱਲ ਕਲਾਂ ਦੀ ਟੀਮ, ਮਾਲੇ ਦੀ ਟੀਮ ਜਿਹੜੀ ਆਪਣੇ ਪਿੰਡ ਵਾਲੇ ਪਾਸੇ ਹੈ, ਮਾਲੇ ਦੀ ਟੀਮ ਆਪਣੇ ਪਿੰਡ ਵਾਲੇ ਪਾਸੇ ਹੈ ਅਤੇ ਵਾਂਦਰ ਡੋਡ ਦੀ ਟੀਮ ਜਿਹੜੀ ਖੇਤਾਂ ਵਾਲੇ ਪਾਸੇ ਹੈ। ਹਾਂ, ਅਤੇ ਜਿਹੜੇ ਵੇਟ ਲਿਫਟਿੰਗ ਦੇ ਮੁਕਾਬਲੇ ਓਪਨ ਵੇਟ ਨਾਲ ਹੋਏ ਹੈ ਉਹਨਾਂ ਵਿੱਚੋਂ ਫਸਟ ਆਇਆ ਜਗਦੀਪ ਸਿੰਘ ਕੱਲ ਕਲਾਂ, ਉਹਨੇ 110 ਕਿਲੋ ਵੇਟ ਚੁੱਕੇ ਹੈ। ਗੁਰਦਿੱਤ ਸਿੰਘ ਕੱਲ ਕਲਾਂ 90 ਕਿਲੋ ਅਤੇ ਭੁਪਿੰਦਰ ਸਿੰਘ ਮੇਰਾ ਖਿਆਲ ਹੈ ਕਿ ਲਖਵਿੰਦਰ ਸਿੰਘ ਕੱਲ ਕਲਾਂ, ਉਹਨੇ ਵੀ 90 ਕਿਲੋ ਵਜਨ ਚੁੱਕਿਆ। ਅਤੇ ਇਸ ਤਰ੍ਹਾਂ ਜਿਹੜਾ ਇਹਨਾਂ ਦਾ ਫਸਟ ਸੈਕਿੰਡ ਥਰਡ ਪੁਜੀਸ਼ਨਾਂ ਰਹੀਆਂ, ਪਹਿਲੇ ਨੰਬਰ 'ਤੇ ਜਗਦੀਪ ਸਿੰਘ, ਦੂਜਾ ਗੁਰਦਿੱਤ ਸਿੰਘ ਅਤੇ ਤੀਜਾ ਲਖਵਿੰਦਰ ਸਿੰਘ। ਹੈਲੋ, ਇੱਕ ਨਾਲ ਹੀ ਬੜੀ ਖੁਸ਼ੀ ਦੀ ਗੱਲ ਆ ਵੀ ਜਿੱਥੇ ਕਹਿੰਦੇ ਵੀ ਕੱਲਾਂ ਵਾਲੇ ਸੋਨੇ ਦੀ ਚੋਣ ਰਿਸ਼ਵੰਡ ਵੱਲੋਂ ਹੋਈ ਹੈ, ਉੱਥੇ ਸਾਡੇ ਸਤਿਕਾਰਯੋਗ ਵੀਰ ਦੱਸਦੇ ਆ ਵੀ ਕੱਲਾਂ ਵਾਲੇ ਮੰਗਲ ਨੇ ਕਹਿੰਦੇ ਵੀ ਅਰਕੀ ਇੰਗਲੈਂਡ ਖੇਡਣਾ, ਹੇਜ ਕਬੱਡੀ ਕਲੱਬ ਵਾਲਿਆਂ ਨੇ ਚੋਣ ਕੀਤੀ ਆ, ਕਹਿੰਦੇ ਵੀ ਕੱਲਾਂ ਵਾਲੇ ਮੰਗਲ ਦੀ ਇੰਗਲੈਂਡ ਦੇ ਵਿੱਚ ਖੇਡੇਗਾ। ਕੱਲਾਂ ਵਾਲਾ ਮੰਗਲ ਬੜੇ ਮਾਣ ਦੀ ਗੱਲ ਹੈ ਉਸ ਨਗਰ ਵਾਸਤੇ। ਲਓ ਸਾਹਮਣੇ ਵੇਖਦੇ ਵੀ ਨੌਜਵਾਨ ਨਾਰਾ ਬਘੇਲੇਰੀ ਧਰਤੀ ਦਾ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ, ਤੇ ਸਾਹਮਣੇ ਸੋਨਾ ਕਹਿੰਦੇ ਵੀ ਵਾਂਦਰ ਡੋਡ ਵਾਲਾ ਲਾ ਤਕੜਾ ਜੱਫਾ ਬੱਲੇ ਬੱਲੇ ਕਰਵਾ ਗਿਆ ਆਪਣੀ ਟੀਮ ਦੇ ਲਈ। ਅਗਲੇ ਮੈਚਾਂ ਦੇ ਲਈ ਮੇਰੀ ਬੇਨਤੀ ਹੈ ਵੀ ਸਾਫੂ ਵਾਲਾ ਤੇ ਹਿੰਮਤਪੁਰਾ ਇਹਨਾਂ ਟੀਮਾਂ ਨੂੰ 2 ਮਿੰਟ ਦਾ ਸਮਾਂ ਹੈ, ਜੇਕਰ ਟੀਮਾਂ ਚੱਲਦੇ ਮੈਚ ਦੇ ਵਿੱਚ ਨਾ ਆਈਆਂ ਤੇ ਅਸੀਂ ਦੋਨੇ ਟੀਮਾਂ ਸਕਰੈਚ ਕਰਾਂਗੇ। ਸਾਫੂ ਵਾਲਾ ਤੇ ਹਿੰਮਤਪੁਰੇ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਅਗਲੇ ਮੈਚਾਂ ਦੇ ਲਈ ਇਹ ਟੀਮਾਂ ਜਲਦੀ ਖੇਡ ਦੇ ਮੈਦਾਨ ਦੇ ਵਿੱਚ ਆ ਜਾਣ। ਸਾਫੂ ਵਾਲਾ ਤੇ ਹਿੰਮਤਪੁਰੇ ਦੀਆਂ ਟੀਮਾਂ ਨੂੰ ਬੇਨਤੀ ਕਰਦੇ ਆ। ਲਓ ਸਾਹਮਣੇ ਕਹਿੰਦੇ ਵੀ
ਦਲਜੀਤ ਸਿੰਘ ਭਲਵਾਨ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ। ਦਲਜੀਤ ਸਿੰਘ ਭਲਵਾਨ ਦੀ ਪਾਈ ਹੋਈ ਕਬੱਡੀ ਹੈ ਕਿ ਮਿਹਰ ਦੀਨਾ ਜੇ ਰੱਬ ਦੀ ਮਿਹਰ ਹੋਵੇ ਬੰਦਾ ਆਣ ਕੇ ਫਿਰ ਭਲਵਾਨ ਬਣਦਾ। ਕੋਈ ਭਲਵਾਨ ਆਖਦਾ, ਕੋਈ ਦਲਜੀਤ ਸਿੰਘ ਆਖਦਾ। ਲਓ ਸਾਹਮਣੇ ਦੇਖਦੇ ਵੀ ਦਲਜੀਤ ਸਿੰਘ ਭਲਵਾਨ ਦੀ ਪਾਈ ਹੋਈ ਕਬੱਡੀ ਤੇ ਚਾਰ ਜਾਫੀ। ਇੱਕ ਪਾਸੇ ਕਹਿੰਦੇ ਵੀ ਕਾਲਾ ਬਾਂਦਰ ਡੋਡ ਵਾਲਾ ਨੌਜਵਾਨ, ਲਓ ਲੱਕ ਭਰ ਗਿਆ, ਲੱਗਦਾ ਹੋਇਆ ਟੌਪ ਦਾ ਜਫਾ ਖੇਡ ਮੈਦਾਨ ਦੇ ਵਿੱਚ। ਕੈਂਚੀ ਲੱਗੀ ਹੋਈ ਹੈ, ਨਹੀਂ ਰਿਸਾ ਲੱਗਾ ਹੋਇਆ ਜ਼ੋਰ। ਤਰਸੇਮ ਸੰਦੌੜ ਵਾਲਾ ਦੱਸਦਾ ਵੀ ਪੁਆਇੰਟ ਜਿਹੜਾ ਜਾਫੀਆਂ ਦੇ ਹਿੱਸੇ ਹੈ, ਇਹ ਪੁਆਇੰਟ ਕਹਿੰਦੇ ਵੀ ਵਾਂਦਰ ਡੋਡ ਦੀ ਟੀਮ ਦੇ ਹਿੱਸੇ। ਹਾਂਜੀ ਕੈਰੀ ਆਨ। ਨਾਲ ਹੀ ਵਾਧੂ ਪਲੇਅਰ ਜਿਹੜੇ ਬਾਕਸ ਦੇ ਵਿੱਚ ਹੋ ਜਾਣ, ਮੇਰੀ ਬੇਨਤੀ ਹੈ। ਜਿਹੜੇ ਸਪੇਅਰ ਹੈ ਕਾਂਤੇ ਵੀਰ, ਤੁਸੀਂ ਬਾਕਸ ਦੇ ਵਿੱਚ ਹੋ ਜਾਓ। ਪ੍ਰਬੰਧਕਾਂ ਵੱਲੋਂ ਬੇਨਤੀ ਹੈ, ਉਹ ਕਹਿੰਦੇ ਵੀ ਅਸੀਂ ਪੁਆਇੰਟ ਘੱਟ ਲੈਣੇ ਹੈ। ਜਿਹੜੇ ਪਲੇਅਰ ਐਕਟਿਵ ਆ ਉਹ ਖੜੇ ਰਹਿਣ, ਬਾਕੀ ਪਲੇਅਰ ਬੈਠ ਜਾਣ ਕਿਰਪਾ ਕਰਕੇ, ਮੇਰੀ ਬੇਨਤੀ ਹੈ। ਲਓ ਸ਼ਾਮਾ ਮਾਲੇ ਵਾਲਾ ਕਰਦਾ ਕੋਸ਼ਿਸ਼, ਪਰ ਪੁਆਇੰਟ ਜਿਹੜਾ ਅਰਸ਼ਦੀਪ ਸਿੰਘ ਆਪਣੀ ਟੀਮ ਲਈ ਜੋੜਦਾ ਹੋਇਆ। ਲਓ ਸਾਹਮਣੇ ਜਿੱਥੇ ਕਹਿੰਦੇ ਵੀ ਅਵਤਾਰ ਬਰਾੜ ਜੀ ਬੈਠੇ ਆ, ਲਓ ਸਾਹਮਣੇ ਨੌਜਵਾਨ ਕੌਣ ਹੈ? ਇਹ ਕਹਿੰਦੇ ਵੀ ਪਾਲ ਮਾਲੇ ਦੀ ਧਰਤੀ ਦਾ ਜਿਹੜਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ, ਪਾਲ ਮਾਲੇ ਵਾਲਾ ਨੌਜਵਾਨ ਅਗਲੀ ਕਬੱਡੀ ਪਾ ਰਿਹਾ। ਸਾਫੂ ਵਾਲਾ ਤੇ ਹਿੰਮਤਪੁਰਾ ਟੀਮਾਂ ਗਰਾਊਂਡ 'ਚ ਆ ਜਾਣ। ਨਾਲ ਹੀ ਅੰਬੂ ਦੇ ਜਿਹੜੇ ਫਾਦਰ ਸਾਹਿਬ ਹੈ ਸਰਦਾਰ ਕਰਮ ਸਿੰਘ ਜੀ, ਕਹਿੰਦੇ ਵੀ ਸੋਨਾ ਤੇ ਕਾਲਾ ਜਿੰਨੇ ਜਫੇ ਲਾਉਣਗੇ ਉਹਨੇ 100-100 ਰੁਪਏ ਦਿੱਤੇ ਜਾਣਗੇ। ਸੋਨਾ ਤੇ ਕਾਲਾ ਜਿੰਨੇ ਵੀ ਜਫੇ ਲਾਉਣਗੇ ਉਹਨੇ 100-100 ਰੁਪਏ ਦਿੱਤੇ ਜਾਣਗੇ। ਸਾਡੀ ਬੇਨਤੀ ਆ ਵੀ ਕਾਲਾ ਤੇ ਸੋਨਾ ਜਿੰਨੇ ਵੀ ਜਫੇ ਲਾਉਣਗੇ ਉਹਨੇ 100-100 ਰੁਪਏ ਦਿੱਤੇ ਜਾਣਗੇ। ਸਾਡੇ ਸਤਿਕਾਰਯੋਗ ਸਰਦਾਰ ਕਰਮ ਸਿੰਘ ਜੀ ਅੰਬੂ ਦੇ ਫਾਦਰ ਸਾਹਿਬ। ਲਓ ਸਾਹਮਣੇ ਨਾਰਾ ਬਘੇਲੇ ਵਾਲਾ, ਨੌਜਵਾਨ ਕਬੱਡੀ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ। ਨਾਰੇ ਦੀ ਪਾਈ ਹੋਈ ਕਬੱਡੀ ਤੇ ਹੁਣ ਚਾਰ ਜਾਫੀ। ਇੱਕ ਪਾਸੇ ਕਹਿੰਦੇ ਵੀ ਨੌਜਵਾਨ ਸੋਨਾ, ਦੂਜੀ ਪਾਸੇ ਕਾਲਾ ਤੇ ਹਲਕਾ ਟੱਚ ਫੁੱਲ ਵੜ ਗਿਆ। ਨਾਲ ਸੁਖਦੇਵ ਸਿੰਘ ਜੀ ਕਹਿੰਦੇ ਵੀ ਸੋਨੇ ਦੇ ਫਾਦਰ ਸਾਹਿਬ ਕਹਿੰਦੇ ਵੀ ਮਾਨ ਸਨਮਾਨ ਆਪਾਂ ਵੀ ਦੇਵਾਂਗੇ ਜੇ ਕਾਲਾ ਤੇ ਸੋਨਾ ਜਫਾ ਲਾਉਣਗੇ। ਹਾਂਜੀ, ਆ ਜਿਹੜੇ ਵੇਟ ਲਿਫਟਿੰਗ ਦੇ ਮੁਕਾਬਲੇ 90 ਕਿਲੋ ਦੇ ਵਜ਼ਨ ਦੇ ਵਿੱਚ ਹੋਏ ਹੈ, ਉਹਨਾਂ ਦੇ ਵਿੱਚ ਦੂਜੇ ਨੰਬਰ 'ਤੇ ਆਇਆ ਬਲਜੀਤ ਸਿੰਘ ਕਲਕਲਾਂ ਅਤੇ ਤੀਜੇ ਨੰਬਰ 'ਤੇ ਆਇਆ ਜਸਵਿੰਦਰ ਸਿੰਘ ਕਲਕਲਾਂ। ਉਹਨਾਂ ਨੂੰ ਗੋਲਡ ਸਟਾਰ ਹੈਲਥ ਕਲੱਬ ਜਿਹੜੀ ਆਪਣੀ ਉਹਨਾਂ ਦੇ ਸੰਚਾਲਕ ਹੈਗੇ ਆ ਮਿੰਟੂ, ਉਹਨਾਂ ਨੂੰ 500 ਰੁਪਈਆ ਇਨਾਮ ਦਿੰਦੇ ਆ। ਅਸੀਂ ਆਪਣੇ ਵੱਲੋਂ ਉਹਨਾਂ ਦਾ, ਮਿੰਟੂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਲਓ ਸਾਹਮਣੇ ਦੇਖਦੇ ਵੀ ਧੱਲੇ ਕੇ ਪਿੰਡ ਦਾ ਚਰਨਜੀਤ ਸਿੰਘ ਨੌਜਵਾਨ ਲਾਹ ਤਕੜਾ ਜਾਫਾ ਬੱਲੇ ਬੱਲੇ ਕਰਵਾ ਗਿਆ। ਨਾਲ ਹੀ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਵੀਰ ਮਿਰਜੀ ਮਾਨ ਸਨਮਾਨ ਭੇਜਦੇ ਆ ਪੰਜਾਬੀ ਬੋਲਣ ਤੋਂ ਖੁਸ਼ ਹੋ ਕੇ। 100 ਰੁਪਏ ਦੇ ਵੱਡੇ ਆਦਰ ਸਤਿਕਾਰ ਹੈ, ਆਪਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ। ਲਓ ਸਾਹਮਣੇ ਕਹਿੰਦੇ ਵੀ ਸੋਨੇ ਦੇ ਫਾਦਰ ਸਾਹਿਬ ਸੁਖਦੇਵ ਸਿੰਘ ਜੀ ਕਹਿੰਦੇ ਵੀ 100 ਰੁਪਈਆ ਦੇਵਾਂਗੇ ਜੇ ਸੋਨਾ, ਤੇ ਕਹਿੰਦੇ ਵੀ ਨੌਜਵਾਨ ਕਾਲਾ ਜਫਾ ਲਾਵੇਗਾ। ਨਾਲ ਕਰਮ ਸਿੰਘ ਜੀ ਅੰਬੂ ਦੇ ਫਾਦਰ ਸਾਹਿਬ ਹੈ, ਉਹ ਵੀ ਕਹਿੰਦੇ ਵੀ ਆਪਾਂ 100-100 ਰੁਪਈਆ ਦੇਵਾਂਗੇ ਜਿੰਨੇ ਵੀ ਸੋਨੇ ਹੁਣੀ ਜਫੇ ਲਾਉਣਗੇ। ਲਓ ਸਾਹਮਣੇ ਦਲਜੀਤ ਭਲਵਾਨ ਦੀ ਪਾਈ ਹੋਈ ਕਬੱਡੀ ਤੇ ਵਾਂਦਰ ਡੋਡ ਵਾਲਾ ਕਹਿੰਦੇ ਵੀ ਸੋਨਾ ਕਰਦਾ ਕੋਸ਼ਿਸ਼, ਪਰ ਪੁਆਇੰਟ ਦਲਜੀਤ ਭਲਵਾਨ ਆਪਣੀ ਟੀਮ ਲਈ ਜੋੜਦਾ ਹੋਇਆ ਖੇਡ ਮੈਦਾਨ ਦੇ ਵਿੱਚ। ਲਓ ਸਾਹਮਣੇ ਨੌਜਵਾਨ ਕਹਿੰਦੇ ਵੀ ਆਹ ਵੀ ਸੋਨਾ ਹੀ ਹੈ ਪਰ ਇਹਦਾ ਪਿੰਡ ਧੰਨਾ ਸ਼ਹੀਦ ਹੈ। ਲਓ ਸਾਹਮਣੇ ਦੇਖਦੇ ਵੀ ਨੌਜਵਾਨ ਸੋਨਾ ਧੰਨਾ ਸ਼ਹੀਦ ਵਾਲਾ। ਨਾਲ ਹੀ ਆਜ਼ਾਦ ਕਬੱਡੀ ਕਲੱਬ ਐਡਮਿੰਟਨ ਵੱਲੋਂ ਕਹਿੰਦੇ ਵੀ ਕੱਲਾਂ ਵਾਲੇ ਅੰਬੂ ਦੀ ਚੋਣ ਹੋਈ ਆ, ਉਹਨੇ ਵੀ ਕੈਨੇਡਾ ਖੇਡਣਾ ਹੈ। ਕੈਨੇਡਾ ਵੱਲੋਂ, ਕੈਨੇਡਾ ਦੀ ਜਿਹੜੀ
ਨੌਜਵਾਨ ਕਹਿੰਦੇ ਵੀ ਆਜ਼ਾਦ ਕਲੱਬ ਕਬੱਡੀ ਕਲੱਬ ਐਡਮਿੰਟਨ ਦੇ ਵੱਲੋਂ ਖੇਡੇਗਾ। ਸਾਡੇ ਸੁੱਖ ਕਾਲੀ ਕਹਿੰਦੇ ਵੀ ਕੱਲਾ ਵਾਲਾ ਅੰਬੂ ਆਜ਼ਾਦ ਕਬੱਡੀ ਕਲੱਬ ਐਡਮਿੰਟਨ ਦੇ ਲਈ ਖੇਡੇਗਾ। ਰਿਚਮੰਡ ਦੀ ਟੀਮ ਲਈ ਸੋਨੇ ਨੇ ਖੇਡਣਾ। ਬੜੇ ਵਧੀਆ ਫੈਸਲੇ ਨੇ ਸਾਡੇ ਵੀਰਾਂ ਦੇ, ਆਪਾਂ ਧੰਨਵਾਦ ਕਰਦੇ ਹਾਂ। ਲਓ ਸਾਹਮਣੇ ਨੌਜਵਾਨ ਕਹਿੰਦੇ ਵੀ ਅਰਸ਼ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ, ਉਸਦੀ ਪਾਈ ਹੋਈ ਕਬੱਡੀ ਤੇ ਹੁਣ ਚਾਰ ਜਾਫੀ ਹੈ। ਜੇ ਆਪਾਂ ਗੱਲ ਕਰੀਏ ਵੀ ਇਸ ਨਗਰ ਵਾਸਤੇ ਮਾਣ ਵਾਲੀ ਗੱਲ ਆ ਵੀ ਕਹਿੰਦੇ ਨੌਜਵਾਨ ਅੰਬੂ ਨੇ ਕੈਨੇਡਾ ਖੇਡਣਾ ਆਜ਼ਾਦ ਕਬੱਡੀ ਕਲੱਬ ਵੱਲੋਂ, ਸੋਨੇ ਨੇ ਕਹਿੰਦੇ ਵੀ ਰਿਚਮੰਡ ਦੀ ਟੀਮ ਵੱਲੋਂ ਖੇਡਣਾ ਤੇ ਕੱਲਾਂ ਵਾਲੇ ਮੰਗਲ ਨੇ ਕਹਿੰਦੇ ਵੀ ਹੇਜ ਕਬੱਡੀ ਕਲੱਬ ਵੱਲੋਂ ਇੰਗਲੈਂਡ ਖੇਡਣਾ। ਲਓ ਕਾਂਤਾ ਮਾਲੇ ਵਾਲਾ ਕਰਦਾ ਕੋਸ਼ਿਸ਼ ਪਰ ਪੁਆਇੰਟ ਕਹਿੰਦੇ ਵੀ ਅਰਸ਼ਦੀਪ ਸਿੰਘ ਨੌਜਵਾਨ ਆਪਣੀ ਟੀਮ ਲਈ ਜੋੜਦਾ ਹੋਇਆ ਖੇਡ ਮੈਦਾਨ ਦੇ ਵਿੱਚ। ਨਾਰਾ ਬਘੇਲੇ ਵਾਲਾ ਸਾਹਮਣੇ ਦੇਖਦੇ ਵੀ ਨਾਰਾ ਬਘੇਲੇ ਦੀ ਧਰਤੀ ਦਾ ਨੌਜਵਾਨ ਕਬੱਡੀ ਪਾ ਰਿਹਾ ਔਰ ਸਾਹਮਣੇ ਚਾਰ ਜਾਫੀ, ਇੱਕ ਪਾਸੇ ਕਹਿੰਦੇ ਸੋਨਾ ਹੈ, ਨਾਲ ਕਹਿੰਦੇ ਵੀ ਦੂਜੇ ਪਾਸੇ ਨੌਜਵਾਨ ਕਾਲਾ ਬਾਂਦਰ ਡੋਰ ਦੀ ਧਰਤੀ ਦਾ। ਹੁਣ ਚਾਰ ਜਾਫੀ ਹੈ ਔਰ ਸਾਹਮਣੇ ਦੇਖਦੇ ਵੀ ਕੱਲਾਂ ਵਾਲੇ ਪੁਆਇੰਟ ਰੇਡਰ ਦਾ ਰੈਫਰੀ ਦੀ ਜੋ ਜਜਮੈਂਟ ਮੰਨੋ ਉਹ ਨਿਰਪੱਖ ਫੈਸਲਾ ਕਰ ਰਹੇ ਹੈ, ਉਹ ਕਿਸੇ ਦੇ ਪੱਖਪਾਤ ਦੇ ਵਿੱਚ ਨਹੀਂ ਗਾ। ਕੋਈ ਗੱਲ ਨੀ, ਕੋਈ ਗੱਲ ਨੀ, ਜਿਹੜਾ ਇਨਸਾਨ ਗਲਤੀਆਂ ਦਾ ਪੁਤਲਾ ਕਈ ਵਾਰੀ ਨਹੀਂ ਪਤਾ ਲੱਗਦਾ, ਕੋਈ ਗੱਲ ਨੀ। ਲਓ ਸੋਨਾ ਸਾਹਮਣੇ ਦੇਖਦੇ ਵੀ ਕਬੱਡੀ ਪਾ ਰਿਹਾ ਨੌਜਵਾਨ ਖੇਡ ਮੈਦਾਨ ਦੇ ਵਿੱਚ, ਸੋਨੇ ਦੀ ਪਾਈ ਹੋਈ ਕਬੱਡੀ ਹੈ। ਧੰਨਾ ਸ਼ਹੀਦ ਪਿੰਡ ਕਹਿੰਦੇ ਵੀ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਨੂੰ ਬਿਲੋਂਗ ਕਰਦਾ ਪਿੰਡ ਹੈ ਪਰ ਅੱਜ ਕਹਿੰਦੇ ਵੀ ਬਾਂਦਰ ਡੋਡ ਵਾਲਿਆਂ ਨੇ ਆਪਣੀ ਟੀਮ ਦਾ ਵੱਡਾ ਹਿੱਸਾ ਬਣਾ ਲਿਆ ਇਸ ਨੌਜਵਾਨ ਖਿਡਾਰੀ ਨੂੰ। ਇੱਕ ਪਾਸੇ ਕਹਿੰਦੇ ਵੀ ਸ਼ੰਮਾ ਮਾਲੇ ਦੀ ਧਰਤੀ ਦਾ, ਲਓ ਸਾਹਮਣੇ ਨੌਜਵਾਨ ਕਹਿੰਦੇ ਵੀ ਸੋਨਾ ਕਬੱਡੀ ਪਾ ਰਿਹਾ ਪਰ ਕੀਪਾ ਚੰਨਣਵਾਲ ਪਿੰਡ ਦਾ ਕਹਿੰਦੇ ਵੀ ਸੁਰਿੰਦਰ ਕੌਰ ਦੀ ਹੇਕ ਤਰ੍ਹਾਂ ਮਾਰਦਾ ਵਿਸਲ ਵੀ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਹੈ। ਸੋਨਾ ਧੰਨਾ ਸ਼ਹੀਦ ਦੀ ਧਰਤੀ ਦਾ ਪੁਆਇੰਟ ਕਹਿੰਦੇ ਵੀ ਬਾਂਦਰ ਡੋਡ ਦੀ ਟੀਮ ਲਈ ਜੋੜਦਾ ਹੋਇਆ। ਸਾਪੂ ਵਾਲੇ ਦੀ ਟੀਮ ਨੂੰ ਬੇਨਤੀ ਆ ਮੇਰੀ, ਨਾਲ ਹਿੰਮਤਪੁਰੇ ਦੀ ਟੀਮ, ਹਿੰਮਤਪੁਰੇ ਦੀ ਟੀਮ ਆ ਗਈ ਆ। ਸਾਪੂ ਵਾਲੇ ਨੂੰ ਬੇਨਤੀ ਹੈ ਵੀ ਸਾਪੂ ਵਾਲੇ ਦੀ ਟੀਮ ਜਿਹੜੀ ਜਲਦੀ ਖੇਡ ਮੈਦਾਨ ਦੇ ਵਿੱਚ ਪੁੱਜੇ, ਮੇਰੀ ਬੇਨਤੀ ਹੈ ਸਾਪੂ ਵਾਲੇ ਦੀ ਟੀਮ ਨੂੰ, ਸਾਪੂ ਵਾਲੇ ਦੀ ਟੀਮ ਜਲਦੀ ਖੇਡ ਦੇ ਮੈਦਾਨ ਦੇ ਵਿੱਚ ਪੁੱਜੇ। ਨਾਲ ਹੀ ਲੋਪੋ ਤੇ ਦੱਦਾਹੂਰ, ਲੋਪੋ ਤੇ ਦੱਦਾਹੂਰ ਉਹ ਵੀ ਟੀਮਾਂ ਤਿਆਰੀਆਂ ਕਰਕੇ ਆ ਜਾਣ। ਸਾਪੂ ਵਾਲਾ ਤੇ ਹਿੰਮਤਪੁਰਾ, ਇਹਨਾਂ ਟੀਮਾਂ ਨੂੰ ਮੇਰੀ ਬੇਨਤੀ ਹੈ ਵੀ ਉਹ ਟੀਮਾਂ ਜਲਦੀ ਖੇਡ ਦੇ ਮੈਦਾਨ ਦੇ ਵਿੱਚ ਆ ਜਾਣ। ਲਓ ਸਾਹਮਣੇ ਅਰਸ਼ ਦੀ ਪਾਈ ਹੋਈ ਕਬੱਡੀ, ਕੁਲਵੰਤ ਸਿੰਘ ਕਾਂਤਾ ਨਾਲ ਕਹਿੰਦੇ ਵੀ ਧੱਲੇ ਕਹਿੰਦੇ ਜੌਲ ਪਰਿਵਾਰ ਦਾ ਚਰਨਾ, ਨਾਲ ਲਾਲ ਨਿੱਕਰ ਦੇ ਵਿੱਚ ਕਹਿੰਦੇ ਸ਼ੰਮਾ ਮਾਲੇ ਦੀ ਧਰਤੀ ਦਾ। ਹੁਣ ਚਾਰ ਜਾਫੀ ਕਹਿੰਦੇ ਵੀ ਲਓ ਸਾਹਮਣੇ ਸ਼ੰਮਾ ਮਾਲੇ ਪਿੰਡ ਦਾ ਕਹਿੰਦੇ ਵੀ ਨੌਜਵਾਨ ਢਾ ਕੇ ਉੱਤੇ ਬਹਿ ਗਏ ਹੈ ਔਰ ਪੁਆਇੰਟ ਦੇਖਾਂਗੇ ਵੀ ਕਿਹੜੀ ਟੀਮ ਦੇ ਹਿੱਸੇ ਜੁੜੇਗਾ। ਲਓ ਲੱਗਦਾ ਹੋਇਆ ਤਕੜਾ ਜਾਫਾ ਔਰ ਪੁਆਇੰਟ ਮਾਲੇ ਦੀ ਟੀਮ ਦੇ ਹਿੱਸੇ। ਪਾਲ ਕਹਿੰਦੇ ਵੀ ਮਾਲੇ ਵਾਲਾ ਲਗਾਤਾਰ ਕੈਨੇਡਾ ਖੇਡਿਆ ਟੌਪ ਦੇ, ਕਹਿੰਦੇ ਵੀ ਧਾਵੇ ਬੋਲੇ ਇਸ ਨੌਜਵਾਨ ਖਿਡਾਰੀ ਨੇ ਕਿ ਹੱਥ ਪੱਕੇ ਨੇ ਅੰਬੂ ਸੋਨੇ ਤੇ ਨਾਲ ਕਹਿੰਦੇ ਜਲਾਲਪੁਰ ਦੇ ਪਾਲੇ ਦੇ, ਪਾਲ ਬੜਾ ਫੁਰਤੀਲਾ ਜੰਮਿਆ ਵਿੱਚੋਂ ਮਾਲੇ ਦੇ, ਪਾਲ ਬੜਾ ਫੁਰਤੀਲਾ ਜੰਮਿਆ ਵਿੱਚੋਂ ਮਾਲੇ ਦੇ। ਲਓ ਸਾਹਮਣੇ ਪਾਲ ਦੀ ਪਾਈ ਹੋਈ ਕਬੱਡੀ ਔਰ ਵਾਕਈ ਦੁਨੀਆ ਸਲਾਮਾਂ ਕਰਦੀ ਹੈ, ਲੋਕ ਸਰਨਾਵੇ ਪੁੱਛਦੇ ਹੈ। ਲਓ ਸਾਹਮਣੇ ਨੌਜਵਾਨ ਸੋਨਾ ਬਾਂਦਰ ਡੋਡ ਵਾਲਾ ਕਰਦਾ ਕੋਸ਼ਿਸ਼ ਪਰ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਜੁੜਦਾ ਹੋਇਆ। ਵਾਕਈ ਕਹਿੰਦੇ ਵੀ ਜਿਵੇਂ ਸਿੱਪੀ ਦੇ ਵਿੱਚੋਂ ਪੈਦਾ ਹੋਣ ਮੋਤੀ, ਜਿਵੇਂ ਚੱਲਣ ਗੱਲਾਂ ਕਿਤੇ ਰਣ ਦੀਆਂ ਨੇ, ਜਦੋਂ
ਜਾਬਰ ਕੋਈ ਜਨਤਾ ਤੇ ਜ਼ੁਲਮ ਕਰਦਾ ਉਦੋਂ ਵੀਰਾਂ ਦੀਆਂ ਤੇਗਾਂ ਤਣਦੀਆਂ ਨੇ, ਇੱਕ ਇੱਕ ਲਾਲ ਤੋਂ ਲੱਖਾਂ ਦਾ ਹਾਰ ਬਣਦਾ, ਕੌਮਾਂ ਨਾਲ ਕੁਰਬਾਨੀਆਂ ਦੇ ਬਣਦੀਆਂ ਨੇ। ਸ਼ੇਰਨੀ ਦੇ ਬੱਚੇ ਤਾਂ ਮਿੱਤਰੋ ਕਈ ਹੁੰਦੇ ਪਰ ਬੱਬਰ ਸ਼ੇਰ ਪੁੱਤ ਇੱਕ ਹੀ ਛੀੜੀਆਂ ਜਾਣਦੀਆਂ ਨੇ। ਸ਼ੇਰਨੀ ਦੇ ਬੱਚੇ ਤਾਂ ਮਿੱਤਰੋ ਕਈ ਹੁੰਦੇ ਪਰ ਬੱਬਰ ਸ਼ੇਰ ਪੁੱਤ ਇੱਕ ਹੀ ਛੀੜੀਆਂ ਜਾਣਦੀਆਂ ਨੇ। ਵਾਕਈ ਕਹਿੰਦੇ ਵੀ ਬਜ਼ੁਰਗਾਂ ਦੇ ਨਿਚੋੜ ਕੱਢੇ ਹੈ, ਜਿਵੇਂ ਸੱਤ ਸਮੁੰਦਰਾਂ ਤੋਂ ਪਾਰ ਕਬੱਡੀ ਖੇਡੀ ਜਾਂਦੀ ਹੈ ਕਿ ਸੱਤ ਸਮੁੰਦਰ ਸੱਤ ਮਹਾਵੀਰ ਸੱਤ ਬਚਨ ਸੱਤ ਫੇਰੇ ਸੱਤ ਅਜੂਬੇ ਸੱਤ ਸੁਰ ਸੱਤੇ ਗੱਲਾਂ ਪ੍ਰਸਿੱਧ ਹੈ। ਸਾਹਮਣੇ ਕਹਿੰਦੇ ਵੀ ਨਾਰਾ ਬਘੇਲੇ ਵਾਲਾ ਕਬੱਡੀ ਪਾਉਂਦਾ ਹੋਇਆ ਕਾਲਾ ਵਾਂਦਰ ਨੋਡ ਦੀ ਧਰਤੀ ਦਾ 100 ਰੁਪਈਆ ਸਾਡੇ ਸਤਿਕਾਰਯੋਗ ਸੁਖਦੇਵ ਸਿੰਘ ਜੀ ਸੋਨੇ ਦੇ ਫਾਦਰ ਸਾਹਿਬ ਦੇਣਗੇ ਤੇ 100 ਰੁਪਈਆ ਸਰਦਾਰ ਕਰਮ ਸਿੰਘ ਜੀ ਅੰਬੂ ਦੇ ਫਾਦਰ ਸਾਹਿਬ ਦੇਣਗੇ, ਜੇ ਜੱਫਾ 200 ਮਿਲਣਾ। ਪਰ ਪੁਆਇੰਟ ਕਹਿੰਦੇ ਵੀ ਨਾਰਾ ਬਘੇਲੇ ਵਾਲਾ ਆਪਣੀ ਟੀਮ ਲਈ ਜੋੜ ਗਿਆ ਨੌਜਵਾਨ। ਅਰਸ਼ਦੀਪ ਸਿੰਘ ਕਹਿੰਦੇ ਵੀ ਭਲੂਰ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਖੇਡ ਮੈਦਾਨ ਦੇ ਵਿੱਚ। ਅਰਸ਼ਦੀਪ ਸਿੰਘ ਕਹਿੰਦੇ ਵੀ ਭਲੂਰ ਦੀ ਧਰਤੀ ਦਾ ਜੱਦੀ ਪਿੰਡ ਕਹਿੰਦੇ ਵੀ ਭਲੂਰ ਹੈ ਔਰ ਕਹਿੰਦੇ ਵੀ ਸੋਨੇ ਹੁਣਾਂ ਦੇ ਨਾਲ ਭਰਾਵਾਂ ਵਾਲਾ ਪਿਆਰ ਇਸ ਨੌਜਵਾਨ ਖਿਡਾਰੀ ਦਾ। ਮੇਰੀ ਬੇਨਤੀ ਹੈ ਵੀ ਸਾਫੂ ਵਾਲੇ ਦੀ ਟੀਮ ਵੇਟਿੰਗ ਬਾਕਸ ਦੇ ਵਿੱਚ ਆ ਜਾਵੇ। ਸਾਫੂ ਵਾਲੇ ਦੀ ਟੀਮ ਨੂੰ ਬੇਨਤੀ ਹੈ, ਹਿੰਮਤ ਬੋਰੇ ਦੀ ਟੀਮ ਕਾਫੀ ਸਮੇਂ ਤੋਂ ਪਹੁੰਚੀ ਹੋਈ ਹੈ, ਸਾਫੂ ਵਾਲੇ ਦੀ ਟੀਮ ਨੂੰ ਆਪਾਂ ਬੇਨਤੀ ਕਰਦੇ ਹਾਂ ਕਿਰਪਾ ਕਰਕੇ ਸਾਡੇ ਪ੍ਰਬੰਧਕ ਵੀਰਾਂ ਵੱਲੋਂ ਬੇਨਤੀ ਹੈ ਵੀ ਜਿਹੜੇ ਰੇਡਰ ਆ ਉਹ ਵੇਟਿੰਗ ਜਿਹੜਾ ਬਾਕਸ ਬਣਿਆ ਹੋਇਆ ਉਹਦੇ ਵਿੱਚ ਖੜਨਗੇ। ਇਹ ਸਾਡੇ ਪ੍ਰਬੰਧਕ ਵੀਰਾਂ ਵੱਲੋਂ ਮੇਰੀ ਬੇਨਤੀ ਹੈ। ਨਾਲ ਹੀ ਜਿੱਥੇ ਕਹਿੰਦੇ ਵੀ ਮੋਟਰਸਾਈਕਲ ਕਪੂਰਿਆਂ ਦੇ ਕਬੱਡੀ ਕੱਪ ਦੇ ਸੋਨੇ ਨੂੰ ਦਿੱਤਾ ਗਿਆ ਸੀ ਔਰ ਉੱਥੇ ਕਹਿੰਦੇ ਵੀ ਕੋਟਲਾ ਮੇਹਰ ਸਿੰਘ ਵਾਲਾ ਦੀ ਧਰਤੀ ਤੇ ਕਹਿੰਦੇ ਵੀ ਮੋਟਰਸਾਈਕਲ ਅੰਬੂ ਨੂੰ ਮਿਲਿਆ, ਮਾਨਾਂ ਵਾਲੀਆਂ ਗੱਲ ਹੈ, ਮਾਨ ਸਨਮਾਨ ਵਾਲੀ ਗੱਲ ਹੈ। ਜਿੰਨੇ ਵੀ ਮਾਲੇ ਵਾਲੇ ਕਾਲ ਨੂੰ ਜੱਥੇ ਲੱਗਣਗੇ ਉਹ 200 ਰੁਪਈਏ ਕੁਲਦੀਪ ਘੋੜੀਆਂ ਵਾਲਾ ਦੇਵੇਗਾ। ਲਓ ਸਾਹਮਣੇ ਮਾਲੇ ਤੋਂ ਸਾਡਾ ਵੀਰ, ਲਓ ਸਾਹਮਣੇ ਆਪਾਂ ਦੇਖਾਂਗੇ ਵੀ ਸੋਨੇ ਦੀ ਪਾਈ ਹੋਈ ਕਬੱਡੀ ਦੇ ਸ਼ੰਮਾ ਮਾਲੇ ਦੀ ਧਰਤੀ ਦਾ ਨੌਜਵਾਨ। ਸਾਹਮਣੇ ਕਹਿੰਦੇ ਵੀ ਸ਼ੰਮਾ ਮਾਲੇ ਵਾਲਾ ਕਰਦਾ ਕੋਸ਼ਿਸ਼ ਪਰ ਪੁਆਇੰਟ ਕਹਿੰਦੇ ਵੀ ਸੋਨਾ ਆਪਣੀ ਟੀਮ ਲਈ ਜੋੜਦਾ ਹੋਇਆ ਖੇਡ ਮੈਦਾਨ ਦੇ ਵਿੱਚ। ਸੋਨਾ ਕਹਿੰਦੇ ਵੀ ਧੰਨਾ ਸ਼ਹੀਦੀ ਧਰਤੀ ਦਾ। ਲਓ ਸਾਹਮਣੇ ਦੇਖਦੇ ਵੀ ਨੌਜਵਾਨ ਪਾਲ ਮਾਲੇ ਵਾਲਾ ਹੁਣ ਅਗਲੀ ਕਬੱਡੀ ਪਾਉਣ ਦੀ ਤਿਆਰੀ ਕਰਦਾ ਹੋਇਆ ਖੇਡ ਮੈਦਾਨ ਦੇ ਵਿੱਚ ਕਿ ਕਰਕੇ ਯਾਦਗੁਰਾਂ ਨੂੰ ਰੇਡਰ ਦਿੰਦੇ ਮੱਥਾ ਟੇਕ, ਜਿਸ ਜਾਫੀ ਪਕੜ ਬਣਾਈ ਲਾਵੇ ਰੇਡਰ ਦੀ ਉਹੀ ਬਰੇਕ, ਜਿੱਥੇ ਕੌਡੀਆਂ ਪੈਂਦੀਆਂ ਧਰਤੀ ਵਿੱਚ ਪੈਂਦੇ ਨੇ ਸ਼ੇਕ, ਨੰਗੇ ਪਿੰਡੇ ਜਵਾਨੀ ਚਮਕਦੀ ਸਾਰੀ ਦੁਨੀਆ ਰਹੀ ਹੈ ਦੇਖ, ਮੈਚ ਉਹਨੇ ਆਖਿਰ ਜਿੱਤਣਾ ਜਿਹਦੇ ਜਿੱਤ ਲਿਖੀ ਵਿੱਚ ਲੇਖ, ਮੈਚ ਉਹਨੇ ਆਖਿਰ ਜਿੱਤਣਾ ਜਿਹਦੇ ਜਿੱਤ ਲਿਖੀ ਵਿੱਚ ਲੇਖ। 100 ਰੁਪਈਆ ਸਰਦਾਰ ਕਰਮ ਸਿੰਘ ਜੀ ਭੇਜਦੇ ਆ, ਕਹਿੰਦੇ ਵੀ ਇਸ ਨੌਜਵਾਨ ਦੇ ਲਈ ਜਿਹਨੇ ਹੁਣ ਜਫਾ ਲਾਇਆ ਆਪਾਂ ਧੰਨਵਾਦ ਕਰਦੇ ਹਾਂ। 100 ਰੁਪਏ ਦੇ ਮਾਨ ਸਨਮਾਨ ਭੇਜਦੇ ਸਾਡੇ ਸਤਿਕਾਰਯੋਗ ਸਰਦਾਰ ਕਰਮ ਸਿੰਘ ਜੀ ਅੰਬੂ ਦੇ ਫਾਦਰ ਸਾਹਿਬ ਹੈ, ਮੁਬਾਰਕ ਬਾਬਾ ਵੀ ਕਹਿੰਦੇ ਅੰਬੂ ਨੇ ਆਜ਼ਾਦ ਕਬੱਡੀ ਕਲੱਬ ਐਡਮਿੰਟਨ ਵੱਲੋਂ ਖੇਡਣਾ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ, ਤੇ ਫਿਰ ਆਪਾਂ ਕਰਮ ਸਿੰਘ ਨੈੱਟ ਤੇ ਬੈਠ ਕੇ ਮੈਚ ਦੇਖਿਆ ਕਰਾਂਗੇ, ਪੂਰੀ ਬੱਲੇ ਬੱਲੇ ਹੋਇਆ ਕਰਨੀ ਹੈ। ਲਓ ਸਾਹਮਣੇ ਕਹਿੰਦੇ ਵੀ ਨੌਜਵਾਨ ਇਸ ਵੇਲੇ ਅਰਸ਼ਦੀਪ ਸਿੰਘ ਕਬੱਡੀ ਪਾ ਰਿਹਾ, ਚਰਨਾ ਧੱਲੇ ਕੇ ਪਿੰਡ ਦਾ ਕਰਦਾ ਕੋਸ਼ਿਸ਼ ਪਰ ਕਹਿੰਦੇ ਵੀ ਜਫਾ ਨਹੀਂ ਲਾ ਸਕਿਆ। ਕਬੱਡੀ ਸਾਬਕਾ ਕਬੱਡੀ ਪਲੇਅਰ ਜਿਹੜੇ ਹੈਗੇ ਆ ਉਹ ਬਾਂਦਰਾਂ ਦੀ ਚਿੱਟੀ ਨਿੱਕਰ ਵਾਲੇ ਨੂੰ 100 ਰੁਪਈਆ ਇਨਾਮ ਦਿੰਦੇ ਆ ਬਲਦੇਵ ਸਿੰਘ ਜੀ, ਉਹ ਮੈਚ ਖਤਮ ਹੋਣ ਤੇ ਆਪਣਾ ਨਾਮ ਇੱਥੋਂ ਲੈ ਜਾਣ। ਬਾਂਦਰਾਂ ਦਾ ਪਲੇਅਰ ਨਾਲ ਹੀ ਸਤਿਕਾਰਯੋਗ ਸਾਡੇ ਸਰਦਾਰ ਸੁਖਦੇਵ ਸਿੰਘ ਜੀ ਸੋਨੇ ਦੇ ਫਾਦਰ ਸਾਹਿਬ, ਉਹਨਾਂ ਵੱਲੋਂ ਵੀ 100 ਰੁਪਈਆ ਪੁੱਜਾ, ਆਪਾਂ ਧੰਨਵਾਦ ਕਰਦੇ ਹਾਂ। ਲਓ ਸਾਹਮਣੇ ਦੇਖਦੇ ਹਾਂ ਵੀ ਨੌਜਵਾਨ ਕਾਲਾ ਇਸ ਵੇਲੇ ਸੋਨਾ ਜਿਹੜਾ ਸਾਡਾ ਵੀਰ ਗਰਾਊਂਡ ਦੇ ਵਿੱਚ
ਲਓ ਸਾਹਮਣੇ ਗੱਲ ਕਸੂਤੀ ਬਣ ਗਈ, ਕਹਿੰਦੇ ਵੀ ਦੁਨੀਆ ਨੱਚਣੀ ਹੈ ਮਿੱਤਰਾ ਜੇ ਜੱਫਾ ਲੱਗ ਗਿਆ ਤਾਂ ਸਾਹਮਣੇ ਦੇਖਦੇ ਵੀ ਸੋਨਾ ਵਾਂਦਰ ਡੋਡ ਵਾਲਾ ਨੌਜਵਾਨ ਨਾਲ ਇਸ ਜਾਫੀ ਦੇ ਲਈ ਸਾਡੇ ਸਤਿਕਾਰਯੋਗ ਸਰਦਾਰ ਕਰਮ ਸਿੰਘ ਜੀ 100 ਰੁਪਏ ਦੇ ਮਾਨ ਸਨਮਾਨ ਭੇਜਦੇ ਆ, ਨਾਲ ਹੀ ਜਿਹੜਾ ਕੁੜਤੇ ਪਜਾਮੇ ਵਾਲਾ ਵੀਰ ਆ ਪ੍ਰਬੰਧਕ ਵੀਰ ਕਹਿੰਦੇ ਵੀ ਬਾਹਰ ਚਲਾ ਜਾਵੇ, ਨਾਲ ਸਰਦਾਰ ਸੁਖਦੇਵ ਸਿੰਘ ਦੇਵ ਉਹਨਾਂ ਵੱਲੋਂ ਹੈ ਸੋਨੇ ਦੇ ਲਈ ਪੁੱਜੇ ਹੈ ਬਾਂਦਰਾਂ ਵਾਲੇ ਸੋਨੇ ਦੇ ਲਈ 100 ਰੁਪਇਆ ਪੁੱਜਾ ਸਰਦਾਰ ਕਰਮ ਸਿੰਘ ਜੀ, 100 ਰੁਪਇਆ ਸਰਦਾਰ ਸੁਖਦੇਵ ਸਿੰਘ ਜੀ ਉਹਨਾਂ ਵੱਲੋਂ ਹੈ, ਆਪਾਂ ਧੰਨਵਾਦ ਕਰਦੇ ਹਾਂ। ਲਓ ਸਾਹਮਣੇ ਦੇਖਦੇ ਵੀ ਨੌਜਵਾਨ ਇਸ ਵੇਲੇ ਸੋਨਾ ਧੰਨੇ ਸ਼ਹੀਦ ਵਾਲਾ ਕਬੱਡੀ ਪਾ ਰਿਹਾ ਤੇ ਚਰਨਾ ਧੱਲੇ ਕਹਿੰਦੇ ਕਹਿੰਦੇ ਵੀ ਜੌਲ ਪਰਿਵਾਰ ਦਾ ਸਰਦਾਰ ਕੁਲਵੰਤ ਸਿੰਘ ਦਾ ਸਪੁੱਤਰ, ਇਹ ਵੀ ਕਹਿੰਦੇ ਬਾਬਾ ਫਰੀਦ ਕਬੱਡੀ ਕਲੱਬ ਐਡਮਿੰਟਨ ਵੱਲੋਂ ਖੇਡੇ ਹੈ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ, ਕਹਿੰਦੇ ਵੀ ਜਿਹੜਾ ਧੱਲੇ ਗਏ ਪਿੰਡ ਮਹਿਤੇ ਦਾ ਪਿੰਡ ਹੈ, ਨਾਜਰ ਵੈਦ ਵਰਗੇ ਨੇ ਕਬੱਡੀ ਖੇਡੀ, ਗਰਨੈਲੇ ਵੈਦ ਵਰਗੇ ਆਪਣੇ ਸਮੇਂ ਦੇ ਵਿੱਚ ਕਬੱਡੀ ਖੇਡ ਗਏ ਹੈ। ਲਓ ਸਾਹਮਣੇ ਦਲਜੀਤ ਭਲਵਾਨ ਮਾਲੇ ਵਾਲਾ ਕਹਿੰਦੇ ਵੀ ਨੌਜਵਾਨ ਅਗਲੀ ਕਬੱਡੀ ਪਾ ਰਿਹਾ ਦਲਜੀਤ ਭਲਵਾਨ ਮਾਲੇ ਦੀ ਧਰਤੀ ਦਾ, ਹੁਣ ਚਾਰ ਜਾਫੀ ਹੈ, ਇੱਕ ਪਾਸੇ ਕਹਿੰਦੇ ਵੀ ਕਾਲਾ ਵਾਂਦਰ ਡੋਡ ਪਿੰਡ ਦਾ, ਹੁਣ ਕੌਣ ਜੱਫਾ ਲਾਊ ਕੌਣ ਬੱਲੇ ਬੱਲੇ ਕਰਵਾਊ। ਲਓ ਸਾਹਮਣੇ ਕਾਲਾ ਕਰਦਾ ਕੋਸ਼ਿਸ਼ ਪਰ ਪੁਆਇੰਟ ਦਲਜੀਤ ਭਲਵਾਨ ਆਪਣੀ ਟੀਮ ਲਈ ਜੋੜਦਾ ਹੋਇਆ, ਵਾਕਈ ਕਹਿੰਦੇ ਵੀ ਬਰਾਬਰ ਦੇ ਵੰਝ ਤੇ ਬਰਾਬਰ ਦੀਆਂ ਭਾਜੀਆਂ ਵਾਲੀ ਗੱਲ ਹੈ। ਦਰਸ਼ਕ ਵੀਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਵੀ ਜੇ ਮੈਚ ਵਧੀਆ ਲੱਗ ਰਿਹਾ ਤੇ ਪ੍ਰਬੰਧਕਾਂ ਦੇ ਨਾਂ ਤੇ ਜ਼ੋਰ ਨਾਲ ਤਾੜੀ ਮਾਰੋ ਇੱਕ ਵਾਰੀ, ਜੇ ਮੈਚਾਂ ਦਾ ਆਨੰਦ ਆ ਰਿਹਾ ਕਿਉਂਕਿ ਅਸੀਂ ਤੁਹਾਨੂੰ ਰੱਬ ਮੰਨਦੇ ਹਾਂ, ਰੱਬ ਵਸਦਾ ਲੋਕਾਂ ਦੇ ਵਿੱਚ, ਮੈਂ ਪਹਿਲਾਂ ਵੀ ਦੱਸਿਆ ਸੀ ਵੀ ਚੜਾਉਂਦੇ ਵੀ ਲੋਕ ਹੈ ਤੇ ਥੱਲੇ ਲਾਉਂਦੇ ਵੀ ਲੋਕ ਹੈ, ਰੱਬ ਵਸਦਾ ਲੋਕਾਂ ਦੇ ਵਿੱਚ। ਲਓ ਸਾਹਮਣੇ ਨੌਜਵਾਨ ਕਹਿੰਦੇ ਵੀ ਅਰਸ਼ ਕਬੱਡੀ ਪਾ ਰਿਹਾ, ਹੁਣ ਸ਼ਮਾ ਮਾਲੇ ਪਿੰਡ ਦਾ ਕਹਿੰਦੇ ਵੀ ਜੱਫਾ ਲਾਊਗੇ ਨਹੀਂ। ਲਓ ਪੁਆਇੰਟ ਕਹਿੰਦੇ ਵੀ ਅਰਸ਼ ਆਪਣੀ ਟੀਮ ਲਈ ਜੋੜਦਾ ਹੋਇਆ ਖੇਡ ਮੈਦਾਨ ਦੇ ਵਿੱਚ, ਪਾਲਸਿਆ ਤਕੜਾ ਹੋ ਨੌਜਵਾਨ, ਪਾਲ ਕਹਿੰਦੇ ਵੀ ਮਾਲੇ ਦੀ ਧਰਤੀ ਦਾ ਨੌਜਵਾਨ ਕਬੱਡੀ ਪਾ ਰਿਹਾ, ਔਰ ਵਾਕਈ ਕਹਿੰਦੇ ਵੀ ਕਬੱਡੀ ਤੁੰਨ ਤੁੰਨ ਕੇ ਭਰੀ ਹੋਈ ਇਸ ਨੌਜਵਾਨ ਦੇ ਸਰੀਰ ਦੇ ਵਿੱਚ, ਤਾਂ ਹੀ ਤੇ ਦੁਨੀਆ ਖੜ ਖੜ ਕੇ ਵਹਿੰਦੀ ਹੈ, ਤਾੜੀਆਂ ਵੱਜਦੀ ਹੈ, ਦਰਸ਼ਕ ਵੀਰ ਵੱਡਾ ਹੌਸਲਾ ਦਿੰਦੇ ਆ। ਹੁਣ ਚਾਰ ਜਾਫੀ ਹੈ, ਇੱਕ ਪਾਸੇ ਕਹਿੰਦੇ ਵੀ ਸੋਨਾ ਨੌਜਵਾਨ ਬਾਂਦਰ ਡੋਡ ਵਾਲਾ, ਸਾਡੇ ਸਤਿਕਾਰਯੋਗ ਕਰਮ ਸਿੰਘ ਜੀ ਮਾਣ ਕਰਦੇ ਆ, ਨਾਲ ਸਤਿਕਾਰ ਸੁਖਦੇਵ ਸਿੰਘ ਜੀ ਕਹਿੰਦੇ ਵੀ ਜਿੰਨੇ ਜਾਫੇ ਕਾਲਾ ਦੇ ਸੋਨਾ ਲਾਉਣਗੇ ਉਹਨੇ ਮਾਨ ਸਨਮਾਨ ਦੇਣੇ ਆਪਾਂ। ਅੱਜ ਸ਼ਾਮ ਤੱਕ ਕਹਿੰਦੇ ਵੀ ਪੂਰੀ ਬੱਲੇ ਬੱਲੇ ਹੋ ਜਾਣੀ ਹੈ ਕਿ ਰਾਤੀ ਸੁੱਤੀ ਪਈ ਨੂੰ ਸੀ ਆਇਆ ਸੁਪਨਾ ਤੇ ਸੁਪਨੇ ਵਿੱਚ ਨਾ ਤੂੰ ਗਿਆ ਕਿਸੇ ਕੋਲੋਂ ਫੜਿਆ, ਉਹ ਧਰਤੀ ਪਿੰਡ ਘਲ ਕਲਾਂ ਦੀ ਤੇ ਲੋਟਾਂ ਦਾ ਸੀ ਤੇਰੇ ਉੱਤੇ ਮੀਂਹ ਵਰਿਆ, ਸੁਪਨੇ ਤੂੰ ਕਰਕੇ ਵਿਖਾ ਦੇ ਸੱਚ ਵੇ, ਬਦਲੀ ਤਕਦੀਰ ਸਿੱਧਾ ਗੇੜ ਬਣ ਜਾ, ਕੁੱਖੋਂ ਜਾਏ ਤਾਈ ਬਾਦਵੀ ਤੇ ਸਿੱਧਾ ਦਾ ਸਕੌਡੀ ਦਾ ਪਲੇਅਰ ਬਣ ਜਾ। ਉਹਨੂੰ ਹੈਪੀ ਨੂੰ 500 ਰੁਪਇਆ ਇਨਾਮ ਦਿੱਤਾ ਜਾਂਦਾ, ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਲਓ ਸਾਹਮਣੇ ਦੇਖਦੇ ਆ ਵੀ ਨੌਜਵਾਨ ਹੁਣ ਕੌਣ ਹੈ, ਇਹ ਕਹਿੰਦੇ ਵੀ ਸ਼ੰਬਾ ਮਾਲੇ ਦੀ ਧਰਤੀ ਹੈ ਜਿਹਨੇ ਗੁੱਟ ਫੜਿਆ, ਨਾਲ ਕਹਿੰਦੇ ਵੀ ਪੱਟ ਨੂੰ ਵਲੇਵਾ ਪਾਲੇ ਹੈ, ਔਰ ਦੇਖਾਂਗੇ ਵੀ ਪੁਆਇੰਟ ਸ਼ਮਾ ਮਾਲੇ ਵਾਲਾ ਆਪਣੀ ਟੀਮ ਲਈ ਜੋੜਦਾ ਹੋਇਆ, ਕਹਿੰਦੇ ਵੀ ਬੜਾ ਅੜੀਅਲ ਜੱਟ ਹੈ। ਲਓ ਸਾਹਮਣੇ ਦੇਖਦੇ ਵੀ ਦਲਜੀਤ ਸਿੰਘ ਭਲਵਾਨ ਅਗਲੀ ਕਬੱਡੀ ਪਾ ਰਿਹਾ, ਦਲਜੀਤ ਸਿੰਘ ਭਲਵਾਨ ਦੀ ਪਾਈ ਹੋਈ ਕਬੱਡੀ ਤੇ ਸਾਹਮਣੇ ਜਿਹੜੇ ਚਾਰ ਜਾਫੀ ਹੈ, ਪਹਿਲਾਂ ਕਹਿੰਦੇ ਵੀ ਮੋਗੇ ਦੀਆਂ ਤੀਆਂ ਮਸ਼ਹੂਰ ਹੋਇਆ ਕਰਦੀਆਂ ਸੀ ਪਰ ਅੱਜ ਕੱਲ੍ਹ ਕਹਿੰਦੇ ਵੀ ਮੋਗੇ ਦੇ ਖਿਡਾਰੀ ਪ੍ਰਸਿੱਧ ਹੈ ਪੂਰੀ ਦੁਨੀਆ ਭਰ ਦੇ ਵਿੱਚ, ਕਹਿੰਦੇ ਵੀ ਮੋਗੇ ਜ਼ਿਲ੍ਹੇ ਦੀ ਤੂਤੀ ਬੋਲਦੀ ਹੈ। ਲਓ ਦੇਖਾਂਗੇ ਵੀ ਹੁਣ ਤਰਸੇਮ ਸਿੰਘ ਜੀ ਇਸ਼ਾਰਾ ਕਰਦੇ ਆ ਵੀ ਪੁਆਇੰਟ ਮਾਲੇ ਵਾਲੇ ਦੇ ਹਿੱਸੇ ਹੈ, ਪੁਆਇੰਟ ਮਾਲੇ ਵਾਲੇ ਦਲਜੀਤ ਦੇ ਹਿੱਸੇ ਜੁੜਦਾ ਹੋਇਆ, ਔਰ ਅਗਲੇ ਮੈਚਾਂ ਲਈ ਮੇਰੀ ਬੇਨਤੀ ਹੈ ਵੀ ਸਾਫੂ ਵਾਲੇ ਦੀ ਟੀਮ ਆਈ ਹੈ ਤੇ ਹੱਥ ਖੜਾ ਕਰੇ, ਬਿੰਦੀ ਦੇਖਿਓ ਵੀ ਸਾਫੂ ਵਾਲੇ ਦੀ ਟੀਮ ਆ ਗਏ ਹੋ, ਗੋਲੂ ਗ੍ਰਿਪ ਸਾਡਾ ਵੀਰ ਪੁੱਜਾ ਹੋਇਆ, ਆਪਾਂ ਧੰਨਵਾਦ ਕਰਦੇ ਹਾਂ। ਸਾਫੂ ਵਾਲਾ ਤੇ ਹਿੰਮਤ ਬੋਰਾ ਦੋਨੇ ਟੀਮਾਂ ਜਿਹੜੀਆਂ ਟੌਪ ਦੀਆਂ ਟੀਮਾਂ ਨੇ, ਧੱਲੇ ਕੇ ਪਿੰਡ ਦਾ ਕਹਿੰਦੇ ਵੀ ਚਰਨਜੀਤ ਸਿੰਘ ਚਰਨਾ ਕਹਿੰਦੇ ਵੀ ਧੱਲੇ ਕੇ ਪਿੰਡ ਪੰਜ ਪੀਰਾਂ ਦੀ ਧਰਤੀ ਹੈ, 7 ਤਰੀਕ ਨੂੰ ਰੌਣਕਾਂ ਲੱਗਣੀ ਹੈ ਧੱਲੇ ਕੇ ਦੀ ਧਰਤੀ ਤੇ, 7 ਤਰੀਕ ਨੂੰ ਕਹਿੰਦੇ ਵੀ ਕਬੱਡੀ ਓਪਨ ਦੇ ਮੈਚ ਕਰਵਾਏ ਜਾਣੇ ਹੈ।
ਹਲੇ 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 ਹੈਲੋ 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 ਲਓ ਸਾਹਮਣੇ ਦੇਖਦੇ ਵੀ ਜਿਹੜਾ ਪਹਿਲਾਂ ਸਮਾਂ ਜਿਹੜਾ ਅਨਾਊਂਸ ਕੀਤਾ ਸੀ ਸਾਡੇ ਵੀਰਾਂ ਨੇ ਉਸੇ ਦੇ ਹੀ ਫੈਸਲੇ ਹੋਣਗੇ, ਤੁਸੀਂ ਟੈਨਸ਼ਨ ਨਹੀਂ ਲੈਣੀ, ਬਸ ਫਿਕਰ ਕਰੀ ਚੱਲੋ ਜਿੰਨਾ ਚਿਰ ਮੈਚ ਚੱਲਦਾ। ਲਓ ਸਾਹਮਣੇ ਆਪਾਂ ਦੇਖਦੇ ਵੀ ਹੁਣ ਨੌਜਵਾਨ ਇਸ ਵੇਲੇ ਕਬੱਡੀ ਪਾ ਰਿਹਾ ਬਾਂਦਰ ਡੋਡ ਦੀ ਤਰਫੋਂ। ਸਾਹਮਣੇ ਕਹਿੰਦੇ ਵੀ ਬਾਂਦਰ ਡੋਡ ਦੀ ਤਰਫੋਂ ਨੌਜਵਾਨ ਦੀ ਪਾਈ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ। ਲਓ ਸਾਹਮਣੇ ਕਹਿੰਦੇ ਵੀ ਸ਼ਾਮਾ ਮਾਲੇ ਦੀ ਧਰਤੀ ਦਾ ਲਾਹ ਤਕੜਾ ਜੱਫਾ ਬੱਲੇ ਬੱਲੇ ਕਰਵਾਉਂਦਾ ਹੋਇਆ ਆਪਣੀ ਟੀਮ ਦੇ ਲਈ, ਔਰ ਪੁਆਇੰਟ ਜਿਹੜਾ ਮਾਲੇ ਦੀ ਟੀਮ ਦੇ ਹਿੱਸੇ ਹੈ। ਦਲਜੀਤ ਸਿੰਘ ਕਬੱਡੀ ਪਾ ਨੌਜਵਾਨ ਹੈ, ਜਦੋਂ ਪੁਆਇੰਟ ਸਮਾਪਤ ਹੋਣਗੇ ਦੱਸਣਗੇ ਵੀਰ। ਕਬੱਡੀ ਕਬੱਡੀ ਪਾ ਦਿਓ ਜਿਹਦੀ ਬਣਦੀ ਹੈ, ਕਬੱਡੀ ਪਾ ਦਿਓ, ਬੇਨਤੀ ਹੈ, ਬੇਨਤੀ ਹੈ ਵੀ ਜਿਹੜੀਆਂ ਕਬੱਡੀਆਂ ਰਹਿੰਦੀਆਂ ਨੇ ਉਹ ਕਬੱਡੀਆਂ ਪਾ ਦਿਓ ਕਿਰਪਾ ਕਰਕੇ, ਕਿਉਂਕਿ ਸਾਨੂੰ ਤੇ ਦੋਨੇ ਟੀਮਾਂ ਇੱਕੋ ਜਿਹੀਆਂ ਨੇ। ਬੜਾ ਸੋਹਣਾ ਮੁਕਾਬਲਾ ਚੱਲ ਰਿਹਾ ਸੀ, ਛੋਟੀ ਜਿਹੀ ਗੱਲ ਪਿੱਛੇ ਕੋਈ ਐਵੇਂ ਡਿਸਪਿਊਟ ਨਾ ਖੜਾ ਕਰੋ, ਲੋਕ ਤੁਹਾਡਾ ਚੰਗਾ ਮੈਚ ਵੇਖਣ ਲਈ ਉਤਾਵਲੇ ਆ, ਇਸ ਕਰਕੇ ਜੋ ਵੀ ਫੈਸਲਾ ਹੋਇਆ ਮੈਚ ਜਿਹੜਾ ਸਮਾਪਤ ਹੈ। ਹਾਂਜੀ ਵੀਰ ਜੀ, ਇਹਦਾ ਲੇਖਾ ਜੋਖਾ ਆਪਾਂ ਦੱਸੀਏ ਵੀ ਕੌਣ ਜਿੱਤਿਆ ਤੇ ਕੀ ਨੂੰ ਹੋਰ ਮਿਹਨਤ ਦੀ ਲੋੜ ਹੈ। ਨਾਲ ਹੀ ਸਾਡੇ ਵੀਰ ਸੋਨੇ ਨੂੰ ਬੇਨਤੀ ਵੀ ਆਪਣੇ ਪੈਸੇ ਲੈ ਜਾਓ, ਸੋਨੇ ਉਹਨਾਂ ਦੀ ਟੀਮ ਨੂੰ ਬੇਨਤੀ ਹੈ ਵੀ ਆਪਣੇ ਬਾਂਦਰ ਡੋਡ ਵਾਲੇ ਆਪਣੇ ਪੈਸੇ ਲੈ ਜਾਣ ਕਿਰਪਾ ਕਰਕੇ। ਦੱਸਿਓ ਭਾਜੀ ਇਹਨਾਂ ਦੇ ਪੁਆਇੰਟ। ਹੈਲੋ, ਹਾਂ 2 ਮਿੰਟ ਟਾਈਮ ਦਿੱਤਾ ਜਾਵੇ, ਮੈਚ ਹੁਣ ਖਤਮ ਹੋ ਚੁੱਕਾ ਹੈ। ਸਾਰੇ ਦਰਸ਼ਕ ਵੀਰ ਅਤੇ ਇਲਾਕਾ ਨਿਵਾਸੀ ਸੱਜਣ ਇੱਧਰ ਥੋੜ੍ਹਾ ਜਿਹਾ ਸਟੇਜ ਵੱਲ ਧਿਆਨ ਦੇਣ, ਮੈਂ ਆਪਣੇ ਇਸ ਖੇਡ ਮੈਦਾਨ ਦਾ ਥੋੜ੍ਹਾ ਜਿਹਾ ਪੁਰਾਣਾ ਇਤਿਹਾਸ ਦੱਸ ਦੇਣਾ ਚਾਹੁੰਦਾ। ਹੈਲੋ ਜੀ, ਹੈਲੋ, ਇੱਕ ਮਿੰਟ ਵਾਲੇ ਨੂੰ ਬੇਨਤੀ ਹੈ ਵੀ ਸਾਨੂੰ ਦੇ ਵਿੱਚ ਨਾ ਬੋਲੇ, ਬੇਨਤੀ ਹੈਗੀ ਆ, ਉਹਨਾਂ ਜਿੰਨਾ ਚਿਰ ਮੈਚ ਬੰਦ ਹੈਗਾ ਨਾ ਉਹਨਾਂ ਚਿਰ ਆਪਾਂ ਸਾਰਾ ਕੁਛ ਹੀ ਖਤਮ ਕਰ ਦੇਣਾ। ਹਾਂਜੀ, ਪੁਆਇੰਟ ਬੋਲਣੇ ਜੀ, ਇਹਦੇ ਵਿੱਚੋਂ 19 ਬੋਲਣੇ ਜੀ, ਹੈਲੋ ਹਾਂਜੀ। ਅੱਛਾ, ਮੈਂ ਤੁਹਾਨੂੰ ਦੱਸ ਰਿਹਾ ਸੀਗਾ ਆਪਣੇ ਇਸ ਟੂਰਨਾਮੈਂਟ ਦਾ ਜਾਂ ਖੇਡ ਮੈਦਾਨ ਦਾ ਪੁਰਾਣਾ ਇਤਿਹਾਸ, ਇਸ ਤੋਂ ਸਾਰੀ ਨਵੀਂ ਜਨਰੇਸ਼ਨ ਨੂੰ ਸਾਰਿਆਂ ਨੂੰ ਜਾਣੂ ਕਰਵਾ ਦਿੱਤਾ ਜਾਵੇ ਤਾਂ ਚੰਗੀ ਗੱਲ ਹੈ, ਇਸ ਦੇ ਨਾਲ ਨਾਲ ਨਵੇਂ ਬੱਚਿਆਂ ਦੇ ਵਿੱਚ ਸ਼ੌਕ ਪੈਦਾ ਹੁੰਦਾ ਹੈ। ਸਭ ਤੋਂ ਪਹਿਲਾਂ ਸਾਡੇ ਇਸ ਖੇਡ ਮੈਦਾਨ ਨੇ ਫੁੱਟਬਾਲ ਦੇ ਪਲੇਅਰ ਪੈਦਾ ਕੀਤੇ, ਜਿਨ੍ਹਾਂ ਨੇ ਕਿ ਫੁੱਟਬਾਲ ਦੀ ਟੀਮ ਦਾ ਸਭ ਤੋਂ ਪਹਿਲਾ ਟੂਰਨਾਮੈਂਟ 1940 ਦੇ ਵਿੱਚ ਸਰਦਾਰ ਕਰਤਾਰ ਸਿੰਘ ਮਾਖੇਕੇ ਨੇ ਸ਼ੁਰੂ ਕਰਵਾਇਆ ਇੱਥੇ। ਉਸ ਵੇਲੇ ਸਰਦਾਰ ਕਰਤਾਰ ਸਿੰਘ ਮਾਖੇਕੇ, ਜਿਹੜੇ ਕਿ ਹੁਣ ਸਾਡੇ ਵਿੱਚ ਨਹੀਂ ਰਹੇ, ਸਰਦਾਰ ਭਗਤ ਸਿੰਘ ਬਰਾੜ ਅਤੇ ਹੋਰ ਵੀ ਕਈ ਚੰਗੇ ਪਲੇਅਰ ਸੀਗੇ ਜਿਹੜੇ ਫੁੱਟਬਾਲ ਦੇ, ਜਿਨ੍ਹਾਂ ਦੇ ਮੈਨੂੰ ਨਾਂ ਦਾ ਨਹੀਂ ਪਤਾ, ਅਤੇ ਉਹਨਾਂ ਨੇ ਇੱਥੇ ਬੜੇ ਸ਼ੌਕ ਦੇ ਨਾਲ, ਉਹ ਰੈਸਲਿੰਗ ਦੇ ਵੀ ਖਿਡਾਰੀ ਸੀਗੇ ਅਤੇ ਆਪਣੇ ਫੁੱਟਬਾਲ ਦੇ ਪਲੇਅਰ ਵੀ ਬਹੁਤ ਚੰਗੇ ਸੀਗੇ ਅਤੇ ਫੁੱਟਬਾਲ ਦੇ ਬੜੇ ਚੰਗੇ ਮੈਚ ਉਹ ਇੱਥੋਂ ਕਰਵਾਉਂਦੇ ਰਹੇ ਆ। ਇਸ ਦੇ ਨਾਲ ਨਾਲ ਹੀ ਸਾਡੇ ਪਿੰਡ ਦੇ ਵਿੱਚੋਂ ਫੁੱਟਬਾਲ ਦੇ ਨਾਲ ਨਾਲ ਹੀ ਫਿਰ ਕਬੱਡੀ ਟੀਮ ਦੇ ਪਲੇਅਰ ਉੱਠ ਖੜੇ, ਜਿਨ੍ਹਾਂ ਦੇ ਕੁਝ ਨਾਂ ਹੁਣ ਤੱਕ ਸਾਨੂੰ ਪਤਾ ਲੱਗਿਆ, ਉਹਨਾਂ ਦੇ ਵਿੱਚੋਂ ਜੰਗੀਰ ਸਿੰਘ ਸੈਣੀ, ਉਜਾਗਰ ਸਿੰਘ ਨੰਬਰਦਾਰ ਕਸ਼ਾਲੀ ਕਾ,
ਅਤੇ ਮੇਜਰ ਸਿੰਘ ਮਾਖੇ ਕਾ, ਮੇਜਰ ਸਿੰਘ ਰਾਏ ਕਾ ਅਤੇ ਆਪਣਾ ਬਚਨ ਸਿੰਘ ਭਾਈ ਕਾ, ਇਹ ਵੀ ਚੰਗੇ ਕਬੱਡੀ ਦੇ ਪਲੇਅਰ ਹੋਏ ਹੈ ਅਤੇ ਇਹਨਾਂ ਨੇ ਆਪਣੇ ਵੇਲੇ ਕਬੱਡੀ ਦੀ ਬਹੁਤ ਸੋਹਣੀ ਜਿਹੜੀ ਗੇਮ ਹੈ ਉਹ ਜਾਰੀ ਰੱਖੀ ਹੈ ਅਤੇ ਜਿੱਥੋਂ ਪ੍ਰੇਰਿਤ ਹੋ ਕੇ ਫਿਰ ਅਗਲੀ ਟੀਮ ਫਿਰ ਸਾਡੇ ਪਿੰਡ ਦੇ ਵਿੱਚ ਕਬੱਡੀ ਦੀ ਬਹੁਤ ਸੋਹਣੀ ਤਿਆਰ ਹੋਈ, ਜਿਨ੍ਹਾਂ ਨੂੰ ਅਸੀਂ ਆਪਣੇ ਖੁਦ ਅੱਖੀਂ ਨਾਲ ਦੇਖਿਆ। ਉਹਦੇ ਵਿੱਚ ਉਦੋਂ ਅਸੀਂ ਛੋਟੇ ਹੁੰਦੇ ਸੀ ਕਿ ਇਕਬਾਲ ਸਿੰਘ, ਦਿਲਬਾਗ ਸਿੰਘ ਅਤੇ ਬੁੱਧੂ ਖੁਸ਼ਹਾਲੀ ਕਾ, ਇਹ ਜਿਹੜੇ ਬੜੇ ਮੁੱਖ ਪਲੇਅਰ ਸੀਗੇ, ਬਾਵਾ ਸਿੰਘ ਸ਼ਿੰਗਾਰੂ ਕਾ ਇਹਨਾਂ ਦੇ ਸਾਫੂ ਕੇ ਪਾਸਿਓਂ, ਜੀਤ ਸਿੰਘ ਸਵਾਂ ਦਾ ਅਤੇ ਹੋਰ ਵੀ ਚੰਗੇ ਚੰਗੇ ਪਲੇਅਰ ਇਹਦੇ ਵਿੱਚ, ਜਿਵੇਂ ਖਾਨੇ ਕਾ ਮੇਰਾ ਖਿਆਲ ਬਿੱਲਾ ਉਹਨੂੰ ਜ਼ਿਆਦਾ ਕਹਿੰਦੇ ਸੀ, ਉਹਦਾ ਨਾਂ ਤਾਂ ਚੰਗੀ ਤਰ੍ਹਾਂ ਮੈਂ ਨਹੀਂ ਜਾਣਦਾ। ਇਹ ਵੀ ਕਬੱਡੀ ਦੇ ਆਪਦੇ ਟਾਈਮ ਦੇ ਬਹੁਤ ਵਧੀਆ ਵਧੀਆ ਪਲੇਅਰ ਹੋਏ ਹੈ, ਜਿਹਨਾਂ ਦੀ ਕਬੱਡੀ ਦੀਆਂ ਧੁੰਮਾਂ ਦੂਰ ਦੂਰ ਤੱਕ ਪੈਂਦੀਆਂ ਸੀ। ਇਕਬਾਲ ਸਿੰਘ ਅਤੇ ਦਿਲਬਾਗ ਸਿੰਘ ਤਾਂ ਐਡੇ ਸ਼ਾਨੀ ਪਲੇਅਰ ਸੀਗੇ ਜਿਨ੍ਹਾਂ ਦੀ ਦੂਰ ਦੂਰ ਇਲਾਕੇ ਦੇ ਵਿੱਚ ਧੁੰਮ ਪਾਈ ਹੋਈ ਵੀ ਸੀ। ਉਸ ਤੋਂ ਬਾਅਦ ਇਹਨਾਂ ਤੋਂ ਪ੍ਰੇਰਿਤ ਹੋ ਕੇ ਹੋਰ ਵੀ ਚੰਗੀ ਵਧੀਆ ਟੀਮ ਕਬੱਡੀ ਦੇ ਵਿੱਚ, ਇੰਨਾ ਸ਼ੌਕ ਇਹਨਾਂ ਨੂੰ ਦੇਖ ਦੇਖ ਕੇ ਪੈਦਾ ਹੋ ਹੀ ਗਿਆ ਕਿ ਉਸ ਤੋਂ ਬਾਅਦ ਸਾਡੇ ਪੰਜਾਬ ਦੇ ਵਿੱਚ ਮਸ਼ਹੂਰ ਹੋ ਗਈ ਟੀਮ, ਜਿਸ ਦੇ ਮੁੱਖ ਖਿਡਾਰੀ ਸੀਗੇ ਬਲਵਿੰਦਰ ਸਿੰਘ, ਬਲਤੇਜ ਸਿੰਘ, ਆਪਣਾ ਦੂਸਰਾ ਬਖਸ਼ੀ ਮਿੱਠੂ ਬਖਸ਼ੀ ਅਤੇ ਸੁਖਮੰਦਰ ਸਿੰਘ ਤਿੱਖੀ ਖੁਸ਼ਹਾਲੀ ਕਾ, ਹੋਰ ਧਰਮਾ, ਇਹ ਸਾਰੇ ਬਹੁਤ ਵਧੀਆ ਵਧੀਆ ਪਲੇਅਰ ਸੀ। ਹੋ ਸਕਦਾ ਇਹਨਾਂ ਵਿੱਚੋਂ ਕੁਛ ਦੇ ਮੈਂ ਨਾਂ ਭੁੱਲ ਗਿਆ ਹੋਵਾਂ। ਇਹ ਐਡੀ ਜ਼ਬਰਦਸਤ ਟੀਮ ਸੀਗੀ ਅਤੇ ਇੰਨਾ ਤਕੜਾ ਟੂਰਨਾਮੈਂਟ ਹੁੰਦਾ ਹੁੰਦਾ ਸੀ, ਜਿਨ੍ਹਾਂ ਦੀਆਂ ਫੋਟੋ ਉਸ ਟਾਈਮ ਦੇ ਟੂਰਨਾਮੈਂਟ ਦੀਆਂ ਫੋਟੋ ਸਾਡੇ ਅੱਜ ਗੈਲਰੀ ਵਿੱਚ ਵੀ ਅਸੀਂ ਲਾਈਆਂ, ਉਹਨਾਂ ਦੇ ਜਿਹੜੇ ਪੁਰਾਣੇ ਅੱਜ ਤੋਂ 35 ਸਾਲ ਦੇ ਟੂਰਨਾਮੈਂਟ ਚੱਲੇ ਹੋਏ ਨੂੰ 1972 ਦੇ ਵਿੱਚ ਸਟਾਰਟ ਕੀਤਾ ਸੀ, ਅਸੀਂ ਫਿਰ ਦੁਬਾਰਾ ਮਤਲਬ ਨੂੰ ਰੋਕਣ ਨਹੀਂ ਦਿੱਤਾ, ਚਾਲੂ ਰੱਖਿਆ। ਅਤੇ ਉਸ ਟਾਈਮ ਦੇ ਉੱਤੇ ਇੰਨਾ ਇਕੱਠ ਹੁੰਦਾ ਸੀਗਾ ਅਤੇ ਤਿੰਨ ਤਿੰਨ ਚਾਰ ਚਾਰ ਲਾਈਨਾਂ ਮੂਹਰੇ ਬੈਠਣ ਵਾਲਿਆਂ ਦੀਆਂ ਮਗਰ ਕੁਰਸੀਆਂ, ਉਸ ਤੋਂ ਬਾਅਦ ਫਿਰ ਟਰੈਕਟਰ ਟਰਾਲੀਆਂ ਅਤੇ ਟਰੱਕਾਂ ਦੀਆਂ ਲਾਈਨਾਂ ਲੱਗ ਜਾਂਦੀਆਂ ਸੀ। ਸ਼ਾਮ ਤੱਕ ਐਡੇ ਐਡੇ ਤਕੜੇ ਮੈਚ ਹੁੰਦੇ ਸੀ ਜਿੱਥੋਂ ਕਿ ਚੰਗੀਆਂ ਚੰਗੀਆਂ ਕਲੱਬਾਂ, ਬਲਵਿੰਦਰ ਸਿੰਘ ਫਿੱਡੂ ਜਲੰਧਰ ਤੋਂ ਅਤੇ ਸਾਹਨੇਵਾਲ ਤੋਂ ਸਰਜੀਤ ਸਿੰਘ ਸਾਹਨੇਵਾਲ ਅਤੇ ਹੋਰ ਚੰਗੇ ਚੰਗੇ ਪਲੇਅਰ, ਬਹੁਤ ਤਕੜੇ ਤਕੜੇ ਪਲੇਅਰ ਆ ਕੇ ਇੱਥੇ ਆਪਣੇ ਗੇਮ ਦੇ ਜਿਹੜੇ ਜੌਹਰ ਦਿਖਾਉਂਦੇ ਰਹੇ ਆ। ਇਹਨਾਂ ਨੂੰ ਗੇਮਾਂ ਤੋਂ ਪ੍ਰੇਰਿਤ ਹੋ ਕੇ ਉਸ ਟਾਈਮ ਦੇ ਵਿੱਚ ਸਾਡੇ ਸਰਦਾਰ ਮੁਖਤਿਆਰ ਸਿੰਘ ਉੱਗਰ ਕੇ, ਸਰਦਾਰ ਬਿੱਕਰ ਸਿੰਘ, ਇਹ ਭਾਰ ਚੁੱਕਣ ਦੇ ਮੁਕਾਬਲੇ ਦੇ ਵਿੱਚ, ਬੋਰੀ ਚੁੱਕਣ ਦੇ ਮੁਕਾਬਲੇ ਦੇ ਵਿੱਚ ਸਾਡੇ ਇਲਾਕੇ 'ਚ ਸਭ ਤੋਂ ਜ਼ਿਆਦਾ ਜੇਤੂ ਰਹੇ ਆ। ਇਹਨਾਂ ਦਾ ਮਾਣ ਸਨਮਾਨ ਹੁਣ ਤੱਕ ਵੀ ਗਰਾਊਂਡਾਂ ਦੇ ਵਿੱਚ ਇਸੇ ਕਰਕੇ ਹੁੰਦਾ ਰਿਹਾ। ਬਹੁਤ ਚੰਗੇ ਚੰਗੇ ਜਿਹੜੇ ਪਲੇਅਰ ਆ, ਬਹੁਤ ਚੰਗੀਆਂ ਚੰਗੀਆਂ ਜਿਹੜੀਆਂ ਗੇਮਾਂ ਇਹਨਾਂ ਨੇ ਨਿਰਪੱਖ ਹੋ ਕੇ ਜਿੱਤੀਆਂ। ਇਸੇ ਤਰ੍ਹਾਂ ਹੀ ਸਾਡੇ ਇਲਾਕੇ ਦੇ ਵਿੱਚ ਨੇੜੇ ਨੇੜੇ ਜਿਵੇਂ ਜੀਤ ਸਿੰਘ ਵਰਿਆਂ ਵਾਲਾ ਅਤੇ ਫੌਜਾ ਸਿੰਘ ਲੋਹੀਆਂ ਅਤੇ ਆਪਣਾ ਮਹਿਤਾ ਧੱਲੇ ਕੇ, ਇਹ ਵੀ ਬਹੁਤ ਵਧੀਆ ਵਧੀਆ ਪਲੇਅਰ ਆ ਕੇ ਇੱਥੇ ਆਪਾਂ ਨੂੰ ਚੰਗੇ ਮੈਚ ਵਿਖਾਉਂਦੇ ਰਹੇ ਆ। ਇਸ ਤਰ੍ਹਾਂ ਨਾਲ ਦੀ ਨਾਲ ਹੀ ਅਸੀਂ ਕਹਿ ਰਹੇ ਹਾਂ ਵੀ ਕੁਛ ਆਪਣੇ ਮਹਿੰਦਰ ਸਿੰਘ ਕੱਕਾ ਅਤੇ ਹੋਰ ਵੀ ਜਿੰਨਾ ਪਲੇਅਰਾਂ ਦੇ ਅਸੀਂ ਨਾਲ ਲੈਂਦੇ ਹਾਂ ਵੀ ਉਹਦੇ ਵਿੱਚ ਹੋ ਸਕਦਾ ਵੀ ਅਸੀਂ ਕੋਈ ਭੁੱਲ ਗਏ ਹੋਈਏ, ਇਹੋ ਜਿਹੀ ਕੋਈ ਗੱਲ ਨਹੀਂ, ਐਂ ਨਹੀਂ ਗਾ, ਅਸੀਂ ਨਾਲ ਲੈ ਰਹੇ ਗਏ ਅਤੇ ਸਾਰੇ ਪਲੇਅਰ ਬੜੇ ਵਧੀਆ ਪਲੇਅਰ ਇੱਥੇ ਆਪਣੇ ਮੈਚ ਦਿਖਾਉਂਦੇ ਰਹੇ ਆ। ਅਸੀਂ ਸਾਰੇ ਪਲੇਅਰਾਂ ਨੂੰ ਯਾਦ ਕਰਦੇ ਹਾਂ, ਕੋਈ ਇਹੋ ਜਿਹਾ ਪਲੇਅਰ ਨਹੀਂ ਗਾ ਵੀ ਜਿਨ੍ਹਾਂ ਦੇ ਅਸੀਂ ਨਾਂ ਵੈਸੇ ਭੁੱਲ ਗਏ ਹੋਈਏ। ਅਤੇ ਦੁਬਾਰਾ ਫਿਰ ਦੱਸਿਆ ਜਾਂਦਾ ਵੀ ਕੱਕਾ ਜਾਂ ਆਪਣਾ ਮਹਿੰਦਰ ਸਿੰਘ ਕੱਕਾ ਇਹੋ ਜਿਹਾ ਪਲੇਅਰ ਸੀਗਾ ਵੀ ਮੇਰਾ ਖਿਆਲ ਹੈ ਸਭ ਤੋਂ ਤਕੜਾ ਸਟੋਪਰ ਉਹ ਅਤੇ ਹਾਸੋਹੀਣੀ ਖੇਡ ਖੇਡਦਾ ਹੁੰਦਾ ਸੀਗਾ ਅਤੇ ਸਾਰੇ ਦਰਸ਼ਕਾਂ ਨੂੰ ਉਹਦਾ ਬੜਾ ਆਨੰਦ ਆਉਂਦਾ ਸੀਗਾ। ਇਸੇ ਤਰ੍ਹਾਂ ਇਸ ਗੇਮ ਨੂੰ ਚਾਲੂ ਰੱਖਦੇ ਹੋਏ ਹੁਣ ਸਾਡੇ ਨਵੇਂ ਪਲੇਅਰ ਚਾਲੂ ਹੋ ਗਏ ਆ ਅਤੇ ਹੁਣ ਅਸੀਂ ਜਿਹੜਾ ਇਹ ਨਵਾਂ ਮੈਚ ਸ਼ੁਰੂ ਕਰ ਰਹੇ ਹਾਂ ਅਤੇ ਉਹਨਾਂ ਦੇ ਵਿੱਚ ਰੈਫਰੀ ਸਾਹਿਬਾਨ ਨੂੰ ਬੇਨਤੀ ਕੀਤੀ ਜਾਂਦੀ ਹੈ ਮੈਚ ਚਾਲੂ ਕੀਤਾ ਜਾਵੇ।
ਹੈਲੋ ਹੈਲੋ ਹਾਂਜੀ ਦੇਖਾਂਗੇ ਵੀ ਜਿਹੜੀ ਸਾਫ ਵਾਲੇ ਦੀ ਟੀਮ ਹੈ ਟਾਈਮ ਸਾਢੇ ਵੀਹ ਇੱਕੀ ਹਜ਼ਾਰ ਸਾਢੇ ਵੀਹ ਇੱਕੀ ਦਾ ਮੈਚ ਖੇਡਿਆ ਜਾਣਾ ਦੋਨੇ ਟੀਮਾਂ ਧਿਆਨ ਦੇਣ ਸਾਢੇ ਵੀਹ ਤੇ ਇੱਕੀ ਦਾ ਮੈਚ ਖੇਡਿਆ ਜਾਣਾ ਹੈ ਇਹ ਦੋਨੇ ਟੀਮਾਂ ਨੂੰ ਬੇਨਤੀ ਹੈ ਲਓ ਸਾਫੂ ਵਾਲੇ ਪਿੰਡ ਦੇ ਸੁੱਖੇ ਦੀ ਕਹਿੰਦੇ ਵੀ ਪਾਈ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ ਹੈ ਸਾਫੂ ਵਾਲਾ ਪਿੰਡ ਕਹਿੰਦੇ ਵੀ ਖੇਤਾਂ ਵਾਲੇ ਪਾਸੇ ਹੈ ਤੇ ਦੂਜੇ ਪਾਸੇ ਟੀਮ ਜਿਹੜੀ ਕਹਿੰਦੇ ਵੀ ਉਹ ਟੀਮ ਹਿੰਮਤਪੁਰੇ ਦੀ ਹੈ ਲਓ ਸਾਹਮਣੇ ਸੁੱਖਾ ਸਾਫੂ ਵਾਲੇ ਪਿੰਡ ਦਾ ਕਹਿੰਦੇ ਵੀ ਬੜੇ ਵਧੀਆ ਪੁਆਇੰਟ ਦਾ ਵਾਧਾ ਕਰਦਾ ਹੋਇਆ ਨੌਜਵਾਨ ਆਪਣੀ ਟੀਮ ਦੇ ਲਈ ਹੁਣ ਚਾਰ ਜਾਫੀ ਸਾਹਮਣੇ ਦੇਖਦੇ ਹੈ ਕਹਿੰਦੇ ਵੀ ਜਿਹੜੇ ਪਿੰਡ ਦਾ ਪਿੰਦੀ ਜਿਹੜੇ ਪਿੰਡ ਦਾ ਜੰਬੋ ਜਿੰਦ ਦੀਪ ਹੈ ਜਿਹੜੇ ਪਿੰਡ ਦਾ ਕਹਿੰਦੇ ਵੀ ਗੁੱਗੂ ਸਿਰੇ ਦਾ ਪਲੇਅਰ ਹੈ ਲਓ ਉਸੇ ਪਿੰਡ ਦਾ ਨੌਜਵਾਨ ਕਹਿੰਦੇ ਵੀ ਕਬੱਡੀ ਪਾ ਰਿਹਾ ਇੱਕ ਪਾਸੇ ਕਹਿੰਦੇ ਵੀ ਮੁੰਡਾ ਫਰੀਦਕੋਟ ਜਾਂ ਚਿੰਮਾ ਢੁੱਡੀ ਦੀ ਧਰਤੀ ਦਾ ਦੋ ਨੰਬਰ ਦੇ ਕਹਿੰਦੇ ਵੀ ਮੀਕਾ ਭੇਖੇ ਵਾਲਾ ਨੌਜਵਾਨ ਹੁਣ ਚਾਰ ਜਾਫੀ ਜਿਹੜੇ ਟੌਪ ਦੇ ਹੈ ਲਓ ਨਾਲ ਕਹਿੰਦੇ ਵੀ ਸਾਫੂ ਵਾਲੀ ਹੈ ਧਨਵੰਤ ਦਾ ਵੀਰ ਹੈ ਜਿਹਨੇ ਹੁਣ ਕੋਸ਼ਿਸ਼ ਕੀਤੀ ਹੈ ਵੱਡਾ ਵੀਰ ਕਹਿੰਦੇ ਕੈਨੇਡਾ ਦੇ ਵਿੱਚ ਬੈਠ ਗਏ ਹੈ ਹੁਣ ਦੇਖਾਂਗੇ ਵੀ ਨੌਜਵਾਨ ਸਾਫੂ ਵਾਲੀ ਹੈ ਧਨਵੰਤ ਦਾ ਭਰਾ ਲਾਹ ਤਕੜਾ ਜਾਫਾ ਆਪਣੀ ਟੀਮ ਲਈ ਪੁਆਇੰਟ ਦਾ ਵਾਧਾ ਕਰਦਾ ਹੋਇਆ ਖੇਡ ਮੈਦਾਨ ਦੇ ਵਿੱਚ ਲਓ ਪਿੰਦਾ ਸਾਫੂ ਵਾਲੀ ਹੈ ਕਹਿੰਦੇ ਵੀ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਖੇਡ ਮੈਦਾਨ ਦੇ ਵਿੱਚ ਪਿੰਦਾ ਸਾਫੂ ਵਾਲੀ ਹੈ ਸਾਹਮਣੇ ਕਹਿੰਦੇ ਵੀ ਸਾਫੂ ਵਾਲੇ ਪਿੰਡ ਦੇ ਪਿੰਦੇ ਦੀ ਪਾਈ ਹੋਈ ਕਬੱਡੀ ਹਿੰਮਤਪੁਰੇ ਦੇ ਵੇਡ ਦੇ ਵਿੱਚ ਹੈ ਲਓ ਸਾਹਮਣੇ ਪਿੰਦਾ ਨੌਜਵਾਨ ਕਹਿੰਦੇ ਵੀ ਕਬੱਡੀ ਕਬੱਡੀ ਕਰਦਾ ਹੋਇਆ ਖੇਡ ਮੈਦਾਨ ਦੇ ਵਿੱਚ ਦੋ ਨੰਬਰ ਦੇ ਕਹਿੰਦੇ ਵੀ ਗੁਰਦਰਸ਼ਨ ਸਿੰਘ ਗੋਲੂ ਹੈ ਲਓ ਸਾਹਮਣੇ ਕਹਿੰਦੇ ਵੀ ਕੋਸ਼ ਬੜੀ ਵਧੀਆ ਕੀਤੀ ਹੈ ਲਓ ਕਹਿੰਦੇ ਵੀ ਪਹਿਲੀ ਚੋਰੀ ਤੇ ਪਹਿਲਾ ਫਾਹਾ ਆਖੇ ਵਾਹ ਕਿਸਮਤ ਦੇ ਆ ਬਲੀਆ ਰਿੱਧੀ ਖੀਰ ਤੇ ਬਣ ਗਿਆ ਦਲੀਆ ਔਰ ਪੁਆਇੰਟ ਜਿਹੜਾ ਜਾਫੀਆਂ ਦੇ ਇਸੇ ਹੈ ਲਓ ਦੇਖਦੇ ਵੀ ਸਾਹਮਣੇ ਹੁਣ ਨੌਜਵਾਨ ਅਗਲੀ ਕਬੱਡੀ ਕਹਿੰਦੇ ਵੀ ਹਿੰਮਤਪੁਰੇ ਵਾਲਾ ਜੇ ਕਿਤੇ ਦੀਪ ਵਰਗੇ ਹੁੰਦੇ ਤੇ ਕਹਿੰਦੇ ਵੀ ਜੇ ਕਿਤੇ ਗੁੱਗੂ ਵਰਗੇ ਹੁੰਦੇ ਤੇ ਜਿਹੜੀ ਗੱਲ ਵੱਖਰੀ ਹੋਣੀ ਸੀ ਔਰ ਮੇਰੀ ਬੇਨਤੀ ਹੈ ਵੀ ਲੋਪੋ ਤੇ ਦੱਦਾ ਹੂਰ ਦੀ ਇਹ ਟੀਮਾਂ ਜਲਦੀ ਖੇਡ ਦੇ ਮੈਦਾਨ ਦੇ ਵਿੱਚ ਆ ਜਾਣ ਲੋਪੋ ਤੇ ਦੱਦਾ ਹੂਰ ਇਹ ਟੀਮਾਂ ਜਲਦੀ ਅਗਲੇ ਮੈਚਾਂ ਦੇ ਲਈ ਆ ਜਾਣ ਮੇਰੀ ਹੱਥ ਬੰਨ ਕੇ ਬੇਨਤੀ ਹੈ ਲੋਪੋ ਤੇ ਦੱਦਾ ਹੂਰ ਦੀ ਇਹ ਟੀਮਾਂ ਨੂੰ ਬੇਨਤੀ ਹੈ ਲਓ ਸਾਹਮਣੇ ਕਹਿੰਦੇ ਵੀ ਮੁੰਡਾ ਫਰੀਦਕੋਟੀ ਹੈ ਤੇ ਮੁੰਡੇ ਆਵੇ ਮੁੰਡਿਆ ਫਰੀਦਕੋਟੀ ਆ ਤੇਰੀ ਅੱਖ 'ਚ ਸ਼ਰਾਰਤ ਨੱਚਦੀ ਹੈ ਇਹ ਕਹਿੰਦੇ ਵੀ ਪ੍ਰੋਫੈਸਰ ਮੱਖਣ ਸਿੰਘ ਜੀ ਨੇ ਆਖਿਆ ਸੀ ਜਦੋਂ ਕਹਿੰਦੇ ਵੀ ਬਾਜੇ ਵਾਲਾ ਹਰਜੀਤ ਖੇਡਦਾ ਹੁੰਦਾ ਸੀ ਲਓ ਸਾਹਮਣੇ ਨੌਜਵਾਨ ਕਹਿੰਦੇ ਵੀ ਸੁੱਖਾ ਕਬੱਡੀ ਪਾ ਰਿਹਾ ਸਾਹਮਣੇ ਸੁੱਖੇ ਦੀ ਪਾਈ ਹੋਈ ਕਬੱਡੀ ਇੱਕ ਸੁੱਖਾ ਕਹਿੰਦੇ ਵੀ ਪੰਡਾਲ ਦੋਨੇ ਵਾਲਾ ਹੈ ਇੱਕ ਸੁੱਖਾ ਕਹਿੰਦੇ ਵੀ ਸ਼ੂਸ਼ਕ ਵਾਲਾ ਹੈ ਇੱਕ ਸੁੱਖਾ ਕਹਿੰਦੇ ਵੀ ਮਈਆਂ ਵਾਲੇ ਪਿੰਡ ਦਾ ਹੈ ਪਰ ਆਹ ਸੁੱਖਾ ਦੇਖਦੇ ਵੀ ਸਾਫੂ ਵਾਲੇ ਪਿੰਡ ਦਾ ਹੁਣ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਸੁੱਖਾ ਸਾਫੂ ਵਾਲੇ ਦੀ ਧਰਤੀ ਦਾ ਔਰ ਅਗਲੀ ਮੇਰੀ ਬੇਨਤੀ ਹੈ ਕਿਰਪਾ ਕਰਕੇ ਲੋਪੋ ਤੇ ਦੱਦਾ ਹੂਰ ਦੀ ਇਹ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਲੋਪੋ ਤੇ ਦੱਦਾ ਹੂਰ ਦੀਆਂ ਟੀਮਾਂ ਨੂੰ ਬੇਨਤੀ ਹੈ ਵੀ ਉਹ ਟੀਮਾਂ ਜਲਦੀ ਖੇਡ ਦੇ ਮੈਦਾਨ ਦੇ ਵਿੱਚ ਆ ਜਾਣ ਲੋਪੋ ਤੇ ਦੱਦਾ ਹੂਰ ਇਹਨਾਂ ਟੀਮਾਂ ਨੂੰ ਸਾਡੀ ਹੱਥ ਬੰਨ ਕੇ ਬੇਨਤੀ ਹੈ ਲਓ ਦੇਖਦੇ ਵੀ ਪੁਆਇੰਟ ਜਿਹੜਾ ਹਿੰਮਤਪੁਰੇ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਲਓ ਦੇਖਦੇ ਵੀ ਪਿੰਦਾ ਨੌਜਵਾਨ ਕਹਿੰਦੇ ਵੀ ਅਗਲੀ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਪਿੰਦੇ ਦੀ ਪਾਈ ਹੋਈ ਕਬੱਡੀ ਤੇ ਨਾਲ ਹੀ ਆਪਾਂ ਕਹਿੰਦੇ ਵੀ ਦਰਸ਼ਕ ਵੀਰਾਂ ਦਾ ਵੀ ਧੰਨਵਾਦ ਕਰਦੇ ਵੱਡਾ ਹਜੂਮ ਹੈ ਵੱਡੀਆਂ ਰੌਣਕਾਂ ਲੱਗੀਆਂ ਨੇ ਕਹਿੰਦੇ ਵੀ ਜੇ ਰੱਬ ਮਿਲਦਾ ਨਹਾਤੇ ਆ ਧੋਤੇ ਆ ਤੇ ਮਿਲਦਾ ਡੱਡੂਆਂ ਮੱਛੀਆਂ ਉਹ ਜੇ ਰੱਬ ਮਿਲਦਾ ਜੰਗਲ ਵੇਲੇ ਤੇ ਮਿਲਦਾ ਗਊਆਂ ਮੱਛੀਆਂ ਉਹ ਜੇ ਰੱਬ ਵਿੱਚ ਮਸੀਤੀ ਮਿਲਦਾ ਮਿਲਦਾ ਚਾਂਬ ਚੜਕੀਆਂ ਉਹ ਬੁੱਲੇ ਸ਼ਾਹ ਰੱਬ ਉਹਨਾਂ ਨੂੰ ਮਿਲਦਾ ਨੀਤਾਂ ਹੋਣ ਜਿਹਨਾਂ ਦੀਆਂ ਸੱਚੀਆਂ ਬੁੱਲੇ ਸ਼ਾਹ ਰੱਬ ਉਹਨਾਂ ਨੂੰ ਮਿਲਦਾ ਨੀਤਾਂ ਹੋਣ ਜਿਹਨਾਂ ਦੀਆਂ ਸੱਚੀਆਂ ਵਾਕਈ ਕਹਿੰਦੇ ਵੀ ਨੀਤਾਂ ਦੇ ਨਾਲ ਜਿਹੜੇ ਭਾਗ ਲੱਗਦੇ ਆ ਨੀਤਾਂ ਨੂੰ ਮੁਰਾਦਾ ਮਿਲਦੀ ਹੈ ਔਰ ਕਹਿੰਦੇ ਵੀ ਅੱਜ ਵੱਡਾ ਬੁਰਾਲਾ ਗੁਰਦੁਆਰਾ ਗੁਰੂ ਸਾਹਿਬ ਪ੍ਰਬੰਧਕ ਕਮੇਟੀ ਦੀ ਤਰਫੋਂ ਵੱਡੀਆਂ ਰੌਣਕਾਂ ਲੱਗੀਆਂ ਨੇ ਕਹਿੰਦੇ ਵੀ ਕਬੱਡੀ ਦਾ ਇਤਿਹਾਸ ਰਚਿਆ ਜਾਣਾ ਜੀ ਸ਼ਾਮ ਤੱਕ ਦੇਖਾਂਗੇ ਵੀ ਉਹ ਸੋਨੇ ਰੰਗਾ ਕੱਪ ਕਿਹਦੇ ਘਰ ਦੀ ਟਾਂਡ ਤੇ ਟਿਕੇਗਾ ਕਿਹਨੂੰ ਅੱਜ ਕਹਿੰਦੇ ਵੀ ਵਧਾਈਆਂ ਮਿਲਣੀ ਹੈ ਲਓ ਸਾਹਮਣੇ ਦੇਖਦੇ ਵੀ ਮੀਕਾ ਭੇਖੇ ਵਾਲਾ
ਪਹਿਲੀ ਵਾਰੀ ਕਹਿੰਦੇ ਵੀ ਝਟਿਕ ਵਾਲੇ ਸੁੱਖੇ ਦੀ ਟੀਮ ਲਈ ਖੇਡਿਆ ਸੀ, ਰਮਨ ਝਾਜ ਹੋਣਾ ਦੀ ਟੀਮ ਕਹਿੰਦੇ ਵੀ ਫਰੇਜ਼ਰ ਵੈਲੀ ਵੱਲੋਂ ਖੇਡਿਆ ਸੀ ਪਹਿਲੇ ਸਾਲ ਕੈਨੇਡਾ ਦੇ ਖੇਡ ਮੈਦਾਨਾਂ ਦੇ ਵਿੱਚ, ਬੀਕਾ ਭੇਖੇ ਵਾਲਾ ਜਾਫਾ ਨਹੀਂ ਲਾ ਸਕਿਆ ਤੇ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਹੈ। ਲਓ ਸਾਹਮਣੇ ਦੇਖਦੇ ਵੀ ਸੁੱਖਾ ਨੌਜਵਾਨ ਸਾਫੂ ਵਾਲੇ ਪਿੰਡ ਦਾ ਅਗਲੀ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਦੇ ਵਿੱਚ ਸੁੱਖਾ ਸਾਹਮਣੇ, ਕਹਿੰਦੇ ਵੀ ਸੁੱਖਾ ਸਾਫੂ ਵਾਲੇ ਦੀ ਧਰਤੀ ਦਾ ਨੌਜਵਾਨ ਕਬੱਡੀ ਪਾਉਂਦਾ ਹੋਇਆ ਖੇਡ ਦੇ ਮੈਦਾਨ ਵਿੱਚ ਦੋ ਨੰਬਰ ਤੋਂ ਸਾਹਮਣੇ, ਕਹਿੰਦੇ ਵੀ ਵੱਧ ਕੇ ਕੀਤੀ ਹੋਈ ਕੋਸ਼ਿਸ਼ ਹੈ। ਆਪਾਂ ਦੇਖਾਂਗੇ ਵੀ ਸੁੱਖੇ ਦੀ ਪਾਈ ਹੋਈ ਕਬੱਡੀ ਤੇ ਮਚਾਕੀ ਮੱਲ ਦਾ ਸੇਵਾ ਸਿੰਘ ਇਸ਼ਾਰਾ ਕਰਦਾ ਵੀ ਪੁਆਇੰਟ ਜਿਹੜਾ ਜਾਫੀਆਂ ਦੇ ਹਿੱਸੇ ਹੈ, ਪੁਆਇੰਟ ਹਿੰਮਤ ਬੋਰੇ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ। ਲੋਪੋ ਤੇ ਦੱਦਾ ਊਰ ਦੀਆਂ ਟੀਮਾਂ ਹੱਥ ਖੜਾ ਕਰਨ ਕਿਰਪਾ ਕਰਕੇ। ਲੋਪੋ ਦੀ ਟੀਮ ਆ ਗਈ ਹੈ, ਦੱਦਾ ਊਰ ਦੀ ਟੀਮ ਨੂੰ ਮੇਰੀ ਬੇਨਤੀ ਹੈ ਵੀ ਉਹ ਟੀਮ ਵੇਟਿੰਗ ਬਾਕਸ ਦੇ ਵਿੱਚ ਆ ਜਾਵੇ। ਦੱਦਾ ਊਰ ਦੀ ਟੀਮ ਨੂੰ ਬੇਨਤੀ ਹੈ ਵੀ ਉਹ ਟੀਮ ਜਲਦੀ ਗਰਾਊਂਡ ਦੇ ਵਿੱਚ ਆ ਜਾਵੇ। ਲਓ ਸਾਹਮਣੇ ਦੇਖਦੇ ਹਾਂ ਵੀ ਨੌਜਵਾਨ ਇਸ ਵੇਲੇ ਹੁਣ ਹਿੰਮਤਪੁਰੇ ਪਿੰਡ ਦਾ ਕਬੱਡੀ ਪਾ ਰਿਹਾ ਤੇ ਸਾਹਮਣੇ ਕਹਿੰਦੇ ਵੀ ਢੁੱਡੀ ਪਿੰਡ ਟਹਿਣੇ ਦੇ ਲੱਗ ਗਏ ਆ ਕਿਉਂਕਿ ਢੁੱਡੀ ਵਾਲੇ ਵਿੱਕੀ ਨੇ ਲੰਮਾ ਸਮਾਂ ਕਬੱਡੀ ਕਹਿੰਦੇ ਵੀ ਟਹਿਣੇ ਦੇ ਲਈ ਖੇਡੀ ਹੈ। ਲਓ ਉਸੇ ਪਿੰਡ ਦਾ ਹੈਲੋ ਹਾਂਜੀ, ਵੇਟ ਲਿਫਟਿੰਗ ਦੇ ਜਿਹੜੇ ਜੇਤੂ ਖਿਡਾਰੀ ਆ ਉਹ ਸਟੇਜ ਦੇ ਉੱਤੇ ਪਹੁੰਚ ਜਾਣ, ਉਹਨਾਂ ਨੂੰ ਇਨਾਮ ਦਿੱਤੇ ਜਾ ਰਹੇ ਆ। ਵੇਟ ਲਿਫਟਿੰਗ ਦੇ ਜਿਹੜੇ ਜੇਤੂ ਖਿਡਾਰੀ ਹੈ ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਉਹ ਸਟੇਜ ਦੇ ਉੱਤੇ ਪਹੁੰਚ ਜਾਣ। ਲਓ ਸਾਹਮਣੇ ਦੇਖਦੇ ਵੀ ਨੌਜਵਾਨ ਇਸ ਵੇਲੇ ਪਿੰਡਾਂ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ, ਪਿੰਡੇ ਦੀ ਪਾਈ ਹੋਈ ਕਬੱਡੀ ਹੈ। ਆਹ ਕਹਿੰਦੇ ਵੀ ਗੁਰਦਰਸ਼ਨ ਸਿੰਘ ਗੋਲੂ ਲੋਕੀ ਗ੍ਰੈਪ ਆਖਦੇ ਆ, ਖਾਲਸਾ ਕਾਲਜ ਜਲੰਧਰ ਦੀ ਟੀਮ ਲਈ ਵੀ ਖੇਡਿਆ ਤੇ ਕਹਿੰਦੇ ਵੀ ਪੜ੍ਹਿਆ ਲਿਖਿਆ ਵੀ ਲੰਮਾ ਸਮਾਂ ਜਲੰਧਰ ਦੇ ਕਾਲਜਾਂ ਦੇ ਵਿੱਚ ਹੀ ਹੈ। ਲਓ ਸਾਹਮਣੇ ਕਹਿੰਦੇ ਵੀ ਗੁੱਟ ਦਾ ਪੀਰ ਹੈ ਨੌਜਵਾਨ ਕੌਣ ਗੋਲੂ ਗ੍ਰੈਪ ਗੱਜਣ ਵਾਲੇ ਦੀ ਧਰਤੀ ਦਾ ਲਾਹ ਤਕੜਾ ਜਾਫਾ ਬੱਲੇ ਬੱਲੇ ਕਰਵਾਉਂਦਾ ਹੋਇਆ ਆਪਣੀ ਟੀਮ ਦੇ ਲਈ। ਜਿਵੇਂ ਕਹਿੰਦੇ ਵੀ ਮੱਖਣ ਚੜਿਕ ਵੀਰੂ ਸੇਵੀ ਤੇ ਘੋਲੀਏ ਵਾਲਾ ਗੇਲਾ, ਅੰਗਰੇਜ਼ ਅੜੈਚਾਂ ਦੇ ਜਗਤਾਰ ਧਨੌਲਾ ਲੁੱਟ ਲੈਂਦੇ ਸੀ ਮੇਲਾ, ਸਵਰਨੇ ਵਾਂਗੂ ਗੁੱਟ ਫੜ ਫੜ ਕੇ ਔਖੇ ਰੇਡਰ ਥੰਮਣੇ, ਗਾਜੀਆਂ ਦੇ ਕਾਲੇ ਵਰਗੇ ਮੁੜ ਮੁੜ ਕੇ ਨਹੀਂ ਜੰਮਣੇ, ਹਰਜੀਤ ਬਰਾੜਾ ਤੇਰੇ ਘਾਟੇ ਹਜੇ ਸਤਾਉਂਦੇ ਨੇ, ਕਈ ਰੇਡਾਂ ਪਾਉਂਦੇ ਨੇ ਕਈ ਜੱਫੇ ਲਾਉਂਦੇ ਨੇ, ਕਈ ਰੇਡਾਂ ਪਾਉਂਦੇ ਨੇ ਕਈ ਜੱਫੇ ਲਾਉਂਦੇ ਨੇ। ਆਹ ਮੁੰਡੇ ਦਾ ਕਹਿੰਦੇ ਵੀ ਭੇਖਾ ਪਿੰਡ ਤੇ ਖੋਸੇ ਕੋਟਲੇ ਨਾਨਕੇ ਹੈ ਜਿਹਨੇ ਹੁਣ ਕੋਸ਼ਿਸ਼ ਕੀਤੀ ਹੈ, ਪਰ ਪੁਆਇੰਟ ਕਹਿੰਦੇ ਵੀ ਰੇਡਰ ਦੇ ਹਿੱਸੇ ਹੈ, ਪੁਆਇੰਟ ਹਿੰਮਤਪੁਰੇ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ। ਲਓ ਸੁੱਖਾ ਸਾਫੂ ਵਾਲੀ ਹੈ ਕਹਿੰਦੇ ਵੀ ਅਗਲੀ ਕਬੱਡੀ ਪਾ ਰਿਹਾ, ਸਾਹਮਣੇ ਕਹਿੰਦੇ ਵੀ ਸੁੱਖਾ ਸਾਫੂ ਵਾਲੇ ਪਿੰਡ ਦਾ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਦੇ ਵਿੱਚ। ਇਹਦਾ ਅੰਦਾਜ਼ ਦੇਖੋ ਮੇਰੇ ਦਰਸ਼ਕ ਵੀਰਿਓ, ਲਓ ਟੱਚ ਹੋ ਚੁੱਕਾ ਤੇ ਸਾਹਮਣੇ ਹੁਣ ਕਾਲੇ ਦੀ ਬੜੀ ਵਧੀਆ ਕੋਸ਼ਿਸ਼ ਹੈ, ਕੋਈ ਪ੍ਰਗਟ ਸਿੰਘ ਆਖਦਾ ਹੈ। ਇਹ ਵੀ ਕਹਿੰਦੇ ਵੈਨਕੋਵਰ ਦੀ ਟੀਮ ਲਈ ਖੇਡੇ ਆ, ਪੂਰੀ ਬੱਲੇ ਬੱਲੇ ਹੋਈ ਪੰਜਾਬ ਦੇ ਕਬੱਡੀ ਕੱਪਾਂ ਤੇ। ਲਓ ਦੇਖਾਂਗੇ ਵੀ ਹਿੰਮਤਪੁਰੇ ਪਿੰਡ ਦਾ ਨੌਜਵਾਨ ਅਗਲੀ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ। ਹੁਣ ਚਾਰ ਜਾਫੀ ਜਿਹੜੇ ਸਾਫੂ ਵਾਲੇ ਦੀ ਧਰਤੀ ਹੈ, ਜਿਵੇਂ ਕਹਿੰਦੇ ਵੀ ਧਨਵੰਤ ਪੱਕੇ ਤੌਰ ਤੇ ਕੈਨੇਡਾ ਵਸ ਗਏ ਹੈ, ਹੁਣ ਕਹਿੰਦੇ ਵੀ ਉਹਦੇ ਛੋਟੇ ਵੀਰ ਤਾਂ ਜਿਹੜਾ ਪੂਰਾ ਛਿੱਕਾ ਚੱਲਦਾ ਖੇਡ ਮੈਦਾਨਾਂ ਦੇ ਵਿੱਚ ਕਿਉਂਕਿ ਸੁੱਖੇ ਵਰਗੇ ਟੌਪ ਦੇ ਪਲੇਅਰ ਹੈ। ਦੱਦਾ ਹੂਰ ਤੇ ਲੋਪੋ ਦੀਆਂ ਟੀਮਾਂ, ਦੱਦਾ ਹੂਰ ਦੀ ਟੀਮ ਹੱਥ ਖੜਾ ਕਰੇ, ਦੱਦਾ ਹੂਰ ਦੀ ਟੀਮ ਨੂੰ ਬੇਨਤੀ ਕਰਦੇ ਆ, ਸ਼ਰਨੇ ਵਰਗੇ ਸਾਡੇ ਵੀਰ ਹੈ, ਦੱਦਾ ਹੂਰ ਦੀ ਟੀਮ ਜਲਦੀ ਗਰਾਊਂਡ ਦੇ ਵਿੱਚ ਆ ਜਾਵੇ, ਲੋਪੋ ਦੀ ਟੀਮ ਪਹੁੰਚੀ ਹੋਈ ਹੈ। ਅਜੇ ਗੋਲਾ ਸਿੱਟਣ ਦੇ ਮੁਕਾਬਲੇ ਦੇ ਵਿੱਚ ਜਿਹੜੇ ਜੇਤੂ ਪਲੇਅਰ ਹੈ ਉਹ ਵੀ ਸਟੇਜ ਦੇ ਉੱਤੇ ਪਹੁੰਚ ਜਾਣ, ਉਹਨਾਂ ਨੂੰ ਵੀ ਇਨਾਮ ਦਿੱਤੇ ਜਾਣੇ ਹੈ। ਗੋਲਾ ਸਿੱਟਣ ਦੇ ਮੁਕਾਬਲੇ ਵਿੱਚ ਜੇਤੂ ਪਲੇਅਰ ਇੱਥੇ ਸਟੇਜ ਦੇ ਉੱਤੇ ਪਹੁੰਚ ਜਾਣ। ਦੱਦਾ ਹੂਰ ਦੀ ਟੀਮ ਨੂੰ ਬੇਨਤੀ ਕਰਦੇ ਵੀ ਉਹ ਟੀਮ ਜਲਦੀ ਖੇਡ ਦੇ ਮੈਦਾਨ ਦੇ ਵਿੱਚ ਆ ਜਾਵੇ, ਦੱਦਾ ਹੂਰ ਦੀ ਟੀਮ ਨੂੰ ਬੇਨਤੀ ਕਰਦੇ ਆ ਵੀ ਉਹ ਟੀਮ ਗਰਾਊਂਡ ਦੇ ਵਿੱਚ ਆ ਜਾਵੇ, ਸਾਡੀ ਬੇਨਤੀ ਹੈ ਦੱਦਾ ਹੂਰ ਦੀ ਟੀਮ ਨੂੰ, ਕਿਉਂਕਿ ਲੋਪੋ ਦੀ ਟੀਮ ਕਾਫੀ ਸਮੇਂ ਤੋਂ ਪਹੁੰਚੀ ਹੋਈ ਹੈ। ਦੱਦਾ ਹੂਰ ਦੀ ਟੀਮ ਨੂੰ ਮੈਂ ਬੇਨਤੀ ਕਰਦਾ ਵੀ ਉਹ ਟੀਮ ਖੇਡ ਮੈਦਾਨ ਦੇ ਵਿੱਚ ਆ ਜਾਵੇ।
ਲਓ ਸਾਹਮਣੇ ਦੇਖਦੇ ਵੀ ਨੌਜਵਾਨ ਹਿੰਮਤਪੁਰੇ ਵਾਲਾ ਕਹਿੰਦੇ ਵੀ ਅਗਲੀ ਕਬੱਡੀ ਪਾ ਰਿਹਾ, ਹੁਣ ਦੇਖਾਂਗੇ ਵੀ ਕੌਣ ਡੱਕੂਗਾ। ਚਿੰਮਾ ਕਹਿੰਦੇ ਵੀ ਢੁੱਡੀ ਦੀ ਧਰਤੀ ਦਾ ਸਰਦਾਰ ਅਮਰ ਸਿੰਘ ਦਾ ਸਪੁੱਤਰ, ਲਓ ਸਾਹਮਣੇ ਜੱਫਾ ਲਾਉਣ ਦੀ ਕਰਦਾ ਹੋਇਆ ਕੋਸ਼ਿਸ਼। ਚਿੰਮਿਆ ਤਕੜਾ ਹੋ ਨੌਜਵਾਨ, ਜਿਵੇਂ ਕਹਿੰਦੇ ਵੀ ਢਿੱਲੇ ਪੈ ਗਏ ਨੇ ਗਾਨੀ ਦੇ ਮਣਕੇ ਤੇ ਵਸ ਪੈ ਗਏ ਅੜਬਾਂ ਦੇ, ਤਕੜਾ ਹੋ ਨੌਜਵਾਨ। ਨਾਲ ਹੀ ਜਿਹੜੀ ਹਲਕੀ ਜਿਹੀ ਸੱਟ ਲੱਗੀ ਹੈ ਇਸ ਵੀਰ ਦੇ, ਪਰਮਾਤਮਾ ਕਰੇ ਵੀ ਵਾਲ ਵੀ ਵਿੰਗਾ ਨਾ ਹੋਵੇ, ਤੱਤੀ ਵਾਹ ਨਾ ਲੱਗੇ ਲੱਖ ਲੱਖ ਦੀ ਕਬੱਡੀ ਪਾਉਣ ਵਾਲਿਆਂ ਨੂੰ। ਸਾਡੀ ਬੇਨਤੀ ਆ ਵੀ ਇਸੇ ਤਰ੍ਹਾਂ ਹੱਸਦੇ ਖੇਡਦੇ ਰਹਿਣ, ਬੇਨਤੀ ਆ ਵੀ ਕਿਸੇ ਦੇ ਸੱਟ ਨਾ ਲੱਗੇ, ਕਿ ਗਰਾਊਂਡਾਂ ਵਿੱਚ ਨਾ ਸੱਟ ਲੱਗੇ ਕਿਸੇ ਵੀ ਖਿਡਾਰੀ ਨੂੰ, ਦੇਵੀ ਰਿਜਕ ਨਾ ਆਵੇ ਕਦੇ ਟੋਟ ਭੰਡਾਰੀ ਨੂੰ। ਸੁੱਖ ਸ਼ਾਂਤੀ ਦੀ ਝੱਲੀ ਜਾਈ ਪੱਖੀ ਮਾਲਕਾ, ਨਿਗਾ ਮੇਹਰ ਦੀ ਗਰਾਊਂਡਾਂ ਉੱਤੇ ਰੱਖੀ ਮਾਲਕਾ, ਨਿਗਾ ਮੇਹਰ ਦੀ ਗਰਾਊਂਡਾਂ ਉੱਤੇ ਰੱਖੀ ਮਾਲਕਾ। ਪਰਮਾਤਮਾ ਹਮੇਸ਼ਾ ਜਿਹੜਾ ਮੇਹਰ ਭਰਿਆ ਹੱਥ ਰੱਖੇ ਨਾ ਖਿਡਾਰੀਆਂ ਦੇ ਸਿਰਾਂ ਦੇ ਉੱਪਰ, ਕਿਉਂਕਿ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਅਰਦਾਸ ਬੇਨਤੀਆਂ ਹੋਈਆਂ ਸੀ ਵੀ ਪਰਮਾਤਮਾ ਕਿਸੇ ਨੂੰ ਤੱਤੀ ਵਾਹ ਨਾ ਲੱਗੇ, ਹਫ਼ਤੇ ਖੇਡਦੇ ਰਹਿਣ ਸਾਰੀ ਪਲੇਅਰ। ਨਾਲ ਹੀ ਜਦੋਂ ਕਹਿੰਦੇ ਵੀ ਘੱਲਾਂ ਵਾਲਾ ਮੰਗਲ ਗਰਾਊਂਡ ਦੇ ਵਿੱਚ ਆ ਕੇ ਆਵੇ, ਕਹਿੰਦੇ ਫਿਰ ਗੱਲਾਂ ਸਾਂਝੀਆਂ ਕਰਾਂਗੇ। ਜਸਵਿੰਦਰ ਸਿੰਘ ਜੀ ਸਾਹੋ ਕੈਬ ਵਾਲੇ ਕਹਿੰਦੇ ਵੀ ਜਿੰਨੇ ਵੀ ਮੰਗਲ ਜਾਫੇ ਲਾਵੇਗਾ ਆਪਾਂ ਉਹਨੇ 100-100 ਰੁਪਈਏ ਦੇਵਾਂਗੇ। ਸਾਡੇ ਵੀਰ ਆਮਣੇ ਨੂੰ ਬੇਨਤੀ ਹੈ ਵੀ ਉਹ ਗਰਾਊਂਡ ਦੇ ਵਿੱਚ ਆ ਜਾਵੇ, ਸਾਡੇ ਕਰਮ ਸਿੰਘ ਜੀ ਯਾਦ ਕਰਦੇ ਹੈ, ਸਾਡੇ ਸਤਿਕਾਰਯੋਗ ਸਰਦਾਰ ਕਰਮ ਸਿੰਘ ਜੀ ਆਮਣਾ ਆ ਕੇ ਸਾਡਾ ਵੀਰ ਉਹਨਾਂ ਨੂੰ ਮਿਲੇ, ਬੇਨਤੀ ਹੈ ਆਮਣ ਸਾਡਾ ਵੀਰ ਕਿਰਪਾ ਕਰਕੇ। ਅਮਨ ਨੂੰ ਬੇਨਤੀ ਹੈ ਵੀ ਸਾਡੇ ਸਤਿਕਾਰਯੋਗ ਕਰਮ ਸਿੰਘ ਜੀ ਯਾਦ ਕਰਦੇ ਹੈ। ਨਾਲ ਹੀ ਸਾਡੀ ਬੇਨਤੀ ਹੈ ਵੀ ਅਗਲੀਆਂ ਟੀਮਾਂ, ਦੱਦਾ ਹੂਰ ਦੀ ਟੀਮ ਆਈ ਹੈ ਤੇ ਹੱਥ ਖੜਾ ਕਰੇ, ਦੱਦਾ ਹੂਰ ਦੀ ਟੀਮ ਨੂੰ ਬੇਨਤੀ ਹੈ ਮੇਰੀ, ਲੋਪੋ ਦੀ ਟੀਮ ਕਾਫੀ ਸਮੇਂ ਤੋਂ ਪਹੁੰਚੀ ਹੋਈ ਹੈ, ਦੱਦਾ ਹੂਰ ਦੀ ਟੀਮ ਨੂੰ ਮੇਰੀ ਬੇਨਤੀ ਹੈ। ਹਾਂਜੀ, ਵੇਟ ਲਿਫਟਿੰਗ ਦੇ ਮੁਕਾਬਲੇ ਦੇ ਵਿੱਚ ਜੇਤੂ ਖਿਡਾਰੀ, ਗੋਲਿਆਂ ਸੁੱਟਣ ਦੇ ਮੁਕਾਬਲੇ ਦੇ ਵਿੱਚ ਜੇਤੂ ਖਿਡਾਰੀ ਉਹ ਇੱਥੇ ਸਟੇਜ ਦੇ ਉੱਪਰ ਪਹੁੰਚ ਜਾਣ, ਉਹਨਾਂ ਨੂੰ ਇਨਾਮ ਦਿੱਤੇ ਜਾਣੇ ਹੈ ਵੇਟ ਲਿਫਟਿੰਗ ਵਾਲੇ ਅਤੇ ਆਪਣੇ ਦੂਸਰੇ ਵੇਟ ਲਿਫਟਿੰਗ ਵਾਲੇ ਅਤੇ ਗੋਲੇ ਵਾਲੇ। ਸਾਡੀ ਬੇਨਤੀ ਹੈ ਵੀ ਕਿਰਪਾ ਕਰਕੇ ਦੱਦਾ ਹੂਰ ਦੀ ਟੀਮ ਉਹ ਜਲਦੀ ਖੇਡ ਮੈਦਾਨ ਦੇ ਵਿੱਚ ਆ ਜਾਵੇ, ਦੱਦਾ ਹੂਰ ਦੀ ਟੀਮ ਨੂੰ ਬੇਨਤੀ ਹੈ। ਮਾਸਟਰਾਂ ਦੀ ਟੀਮ ਦੇ ਜਿਹੜੇ ਖਿਡਾਰੀ ਖੇਡ ਕੇ ਗਏ ਆ ਉਹਨਾਂ ਦਾ ਨਾਮ ਆ ਸਾਡੇ ਕੋਲੇ, ਉਹ ਵੀ ਆ ਕੇ ਇੱਥੋਂ 200 ਰੁਪਏ ਆਪਣਾ ਲੈ ਜਾਣ। ਦੱਦਾ ਹੂਰ ਦੀ ਟੀਮ ਨਹੀਂ ਆ ਰਹੀ, ਦੱਦਾ ਹੂਰ ਦੀ ਟੀਮ ਨੂੰ 2 ਮਿੰਟ ਦਾ ਸਮਾਂ ਹੈ, 2 ਮਿੰਟ ਵਿੱਚ ਦੱਦਾ ਦੀ ਟੀਮ ਆ ਜਾਵੇ। ਲਓ ਸਾਹਮਣੇ ਲਾ ਕੇ ਪਾਸੇ ਮਾਰਿਆ 2012 ਦੇ ਕੈਲੰਡਰ ਤਰ੍ਹਾਂ ਤੇ ਪੁਆਇੰਟ ਜਿਹੜਾ ਕਹਿੰਦੇ ਵੀ ਸੁੱਖਾ ਸਾਫੂ ਵਾਲੀ ਆਪਣੀ ਟੀਮ ਲਈ ਜੋੜਦਾ ਹੋਇਆ ਮਾਸਟਰ ਜਸਵਿੰਦਰ ਸਿੰਘ ਜੀ ਸਾਹੋ ਕੈਬ ਵਾਲੇ, ਬੜੀ ਸਨਮਾਨਯੋਗ ਸ਼ਖਸੀਅਤ ਹੈ, 100 ਰੁਪਏ ਦੇ ਆਦਰ ਸਤਿਕਾਰ ਭੇਜਦੇ ਆ ਪੰਜਾਬੀ ਬੋਲਾਂ ਤੋਂ ਖੁਸ਼ ਹੋ ਗਏ ਤੇ ਨਾਲ ਹੀ ਕਹਿੰਦੇ ਵੀ ਮੰਗਲ ਜਦੋਂ ਵੀ ਆ ਗਿਆ ਜਿੰਨੇ ਵੀ ਜੱਫੇ ਲਾਵੇਗਾ ਤੇ ਉਹਨੇ ਮਾਨ ਸਨਮਾਨ ਦੇਵਾਂਗੇ, ਸਾਡੇ ਸਤਿਕਾਰਯੋਗ ਮਾਸਟਰ ਜਸਵਿੰਦਰ ਸਿੰਘ ਜੀ ਸਾਹੋ ਕੈਬ ਵਾਲੇ। ਲਓ ਸਾਹਮਣੇ ਦੇਖਦੇ ਵੀ ਹਿੰਮਤਪੁਰੇ ਵਾਲਾ ਨੌਜਵਾਨ ਕਬੱਡੀ ਪਾ ਰਿਹਾ, ਨਾਲ ਹੀ ਸਾਡਾ ਵੀਰ ਅਮਨ ਆ ਕੇ ਸਰਦਾਰ ਕਰਮ ਸਿੰਘ ਜੀ ਦੇ ਨਾਲ ਸੰਪਰਕ ਕਰ ਲਵੇ। ਸਾਡੇ ਵੀਰ ਅਮਨੇ ਨੂੰ ਬੇਨਤੀ ਹੈ, ਅਮਨਾ ਸਾਡਾ ਵੀਰ ਕਿਰਪਾ ਕਰਕੇ ਆਵੇ, ਅਮਨ ਨੂੰ ਬੇਨਤੀ ਹੈ। ਲਓ ਸਾਹਮਣੇ ਦੇਖਦੇ ਵੀ ਨੌਜਵਾਨ ਪਿੰਦਾ ਇਸ ਵੇਲੇ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ,
ਕਹਿੰਦਾ ਸਾਫੂ ਵਾਲੇ ਪਿੰਡ ਦਾ ਕਹਿੰਦੇ ਵੀ ਕੱਦ ਬੇਸ਼ੱਕ ਬਹੁਤਾ ਜ਼ਿਆਦਾ ਨਹੀਂ ਪਰ ਇਸ ਨੌਜਵਾਨ ਦਾ, ਜਿਵੇਂ ਬਾਬੇ ਬਜ਼ੁਰਗ ਕਹਿੰਦੇ ਹੁੰਦੇ ਵੀ ਸ਼ੈਣੀ ਨਿੱਕੀ ਹੁੰਦੀ ਹੈ ਤੇ ਗਾਡਰ ਵੱਢ ਦਿੰਦੀ ਹੈ। ਲਓ ਸਾਹਮਣੇ ਇਹੋ ਜਿਹੀ ਗੱਲ ਹੋ ਰਹੀ ਹੈ ਹੁਣ ਖੇਡ ਮੈਦਾਨ ਦੇ ਵਿੱਚ। ਅੱਜ ਕਹਿੰਦੇ ਵੀ ਵੱਡੀ ਮੁਬਾਰਕਬਾਦ ਹੈ ਗੁਰਦੁਆਰਾ ਗੁਰੂ ਸਰ ਪ੍ਰਬੰਧਕ ਕਮੇਟੀ ਦੀ ਤਰਫੋਂ, ਵੱਡੀਆਂ ਰੌਣਕਾਂ ਲੱਗੀਆਂ ਨੇ। ਲਓ ਸਾਹਮਣੇ ਕਹਿੰਦੇ ਵੀ ਪ੍ਰਗਟ ਦੀ ਬੜੀ ਵਧੀਆ ਕੋਸ਼ਿਸ਼ ਹੈ, ਪਰ ਕਹਿੰਦੇ ਵੀ ਪਿੰਡਾਂ ਸਾਫੂ ਵਾਲੇ ਪਿੰਡ ਦਾ ਨੌਜਵਾਨ ਨੱਚਦਾ ਟੱਪਦਾ ਪੇਕੇ ਪਿੰਡ ਪਰਤੇ ਹੈ ਔਰ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਹੈ। ਹਿੰਮਤਪੁਰੇ ਦੀ ਟੀਮ ਦਾ ਨੌਜਵਾਨ ਕਹਿੰਦੇ, ਟੀਮ ਦਾ ਖਿਡਾਰੀ ਕਹਿੰਦੇ ਵੀ ਅਗਲੀ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ। ਲਓ ਸਾਹਮਣੇ ਕਹਿੰਦੇ ਵੀ ਪੱਟਾਂ ਦੇ ਨਾਲ ਪੱਟ ਨੇ ਖਾਂਦੇ ਡੌਲਿਆਂ ਨੂੰ, ਯਾਰ ਉਹ ਹੱਥ ਨਹੀਂ ਪੈਂਦੇ, ਰੱਬ ਨੇ ਦਿੱਤੀ ਛਾਤੀ ਦੇ ਵਿੱਚ ਅੰਨੀ ਜਾਨ। ਲੋਕੀ ਉਂਗਲਾਂ ਕਰ ਕਰ ਪੁੱਛਦੇ ਆ ਕਿੱਥੋਂ ਦਾ ਭਲਵਾਨ, ਲੋਕੀ ਉਂਗਲਾਂ ਕਰ ਕਰ ਪੁੱਛਦੇ ਆ ਕਿੱਥੋਂ ਦਾ ਭਲਵਾਨ। ਲਓ ਸਾਹਮਣੇ ਕਹਿੰਦੇ ਵੀ ਨੌਜਵਾਨ ਇਸ ਵੇਲੇ ਹਿੰਮਤਪੁਰੇ ਪਿੰਡ ਦਾ ਕਬੱਡੀ ਪਾ ਰਿਹਾ। ਇੱਕ ਪਾਸੇ ਕਹਿੰਦੇ ਵੀ ਢੁੱਡੀ ਪਿੰਡ ਦਾ ਝਿੰਮਾ ਹੈ, ਇਕਬਾਲ ਸਿੰਘ ਮੱਧੋਕੇ ਪਿੰਡ ਦਾ ਕਹਿੰਦਾ ਵੀ ਬਾਰਡਰ ਤੇ ਖੜਾ ਹੈ ਔਰ ਸੁਰਿੰਦਰ ਕੌਰ ਦੀ ਹੇਕ ਤਰ੍ਹਾਂ ਵਿਸਲ ਮਾਰਦਾ ਵੀ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਹੈ। ਲੈ ਵੀ ਸੁੱਖਿਆ ਅਗਲੀ ਕਬੱਡੀ ਤੇਰੀ ਆ ਨੌਜਵਾਨ। ਸਾਫੂ ਵਾਲਾ ਪਿੰਡ ਕਹਿੰਦੇ ਵੀ ਬਿਲਕੁਲ ਗੁਆਂਢੀ ਪਿੰਡ ਹੈ ਤੇ ਕਹਿੰਦੇ ਵੀ ਸ਼ਾਮ ਨੂੰ ਜਿਹੜੀ ਮੁਬਾਰਕਬਾਦ ਦੇਖਾਂਗੇ ਵੀ ਕਿਹੜੇ ਪਰਿਵਾਰ ਨੂੰ ਮਿਲਦੀ ਹੈ, ਕਿਹੜੇ ਘਰ ਨੂੰ ਮਿਲਦੀ ਹੈ, ਕਿਹੜੇ ਪਿੰਡ ਨੂੰ ਮਿਲਦੀ ਹੈ, ਇਹਦੇ ਸਮੇਂ ਨੇ ਦੱਸਣਾ। ਤਾਂ ਸਾਹਮਣੇ ਦੇਖਦੇ ਆ ਵੀ ਨਹੀਂ ਰੀਸਾ ਟੱਬਰ ਟੱਚ ਔਰ ਪੁਆਇੰਟ ਜਿਹੜਾ ਸਾਫੂ ਵਾਲੀ ਆ ਸੁੱਖਾ ਆਪਣੀ ਟੀਮ ਲਈ ਜੋੜਦਾ ਹੋਇਆ। ਦੱਦਾ ਊਰ ਦੀ ਟੀਮ ਸੋਨੇ ਵੀਰ ਦੇਖਿਓ ਵੀ ਦੱਦਾ ਊਰ ਦੀ ਟੀਮ ਆਈ ਹੈ ਇੱਥੇ ਆ ਗਏ ਹੋ, ਧੰਨਵਾਦ। ਦੱਦਾ ਊਰ ਤੇ ਲੋਪੋ ਦੀ ਡਾਂਗ ਖੜਕਣੀ ਹੈ, ਟੀਮਾਂ ਤਿਆਰ ਰਹਿਣ ਅਗਲੇ ਮੈਚਾਂ ਲਈ। ਦੱਦਾ ਊਰ ਤੇ ਲੋਪੋ ਦੀ ਤੂੰ ਤੂੰ ਮੈਂ ਹੋਣੀ ਹੈ ਗਰਾਊਂਡ ਦੇ ਵਿੱਚ, ਦੋਨੇ ਟੀਮਾਂ ਤਿਆਰ ਰਹਿਣ ਕਿਰਪਾ ਕਰਕੇ। ਲਓ ਸਾਹਮਣੇ ਦੇਖਦੇ ਵੀ ਹਿੰਮਤਪੁਰੇ ਵਾਲਾ ਨੌਜਵਾਨ ਅਗਲੀ ਕਬੱਡੀ ਪਾਉਂਦਾ ਹੋਇਆ, ਨਾਲ ਹੀ ਜਿਹੜੇ ਸਾਡੇ ਵੀਰ ਟੈਂਕੀ ਤੋਂ ਪਾਣੀ ਪੀਂਦੇ ਆ ਉਹਨਾਂ ਨੂੰ ਮੇਰੀ ਬੇਨਤੀ ਆ ਵੀ ਪਾਣੀ ਪੀ ਕੇ ਜਿਹੜੀਆਂ ਟੂਟੀਆਂ ਨੇ ਉਹ ਚੰਗੀ ਤਰ੍ਹਾਂ ਟਾਈਟ ਕਰ ਦਿੱਤੀਆਂ ਜਾਣ, ਕਿਉਂਕਿ ਪਾਣੀ ਲੀਕ ਹੁੰਦਾ ਹੈ। ਮੇਰੀ ਬੇਨਤੀ ਹੈ ਵੀ ਪਾਣੀ ਜਿਹੜਾ ਵੇਸਟ ਨਹੀਂ ਜਾਣ ਦੇਣਾ, ਆਪਾਂ ਮੇਰੀ ਹੱਥ ਬੰਨ ਕੇ ਬੇਨਤੀ ਹੈ ਸਾਰੇ ਦਰਸ਼ਕ ਵੀਰਾਂ ਦੇ ਚਰਨਾਂ ਦੇ ਵਿੱਚ ਜਿੰਨੇ ਵੀ ਸਰੋਤੇ ਤੁਸੀਂ ਰੱਬ ਵਰਗੇ ਹੋ। ਔਰ ਵਾਕਈ ਕਹਿੰਦੇ ਵੀ ਜੇ ਕਲਾਕਾਰ ਹੈ ਨਹੀਂ ਤੇ ਸਰੋਤੇ ਨਹੀਂ, ਜੇ ਸਰੋਤੇ ਹੈ ਨਹੀਂ ਤੇ ਕਲਾਕਾਰ ਹੈ ਨਹੀਂਗਾ। ਇਹ ਮੇਰੀ ਬੇਨਤੀ ਹੈ ਵੀ ਜਿੰਨੇ ਵੀ ਦਰਸ਼ਕ ਵੀਰ ਪੁੱਜੇ ਹੋਏ ਨੇ ਆਪ ਸਭ ਦੇ ਵਿੱਚ ਵੀ ਪਾਣੀ ਪੀਂਦੇ ਹੋ ਤੁਸੀਂ ਟੂਟੀਆਂ ਟਾਈਟ ਕਰਦਿਆ ਕਰੋ, ਜਿਹੜਾ ਪਾਣੀ ਉਹ ਡੁੱਲਦਾ ਰਹਿੰਦਾ ਹੈ। ਮੇਰੀ ਹੱਥ ਬੰਨ ਕੇ ਬੇਨਤੀ ਹੈ। ਲੋ ਪਿੰਡਾਂ ਨੌਜਵਾਨ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਦੇ ਵਿੱਚ। ਲੋਪੋ ਤੇ ਦੱਦਾ ਊਰ ਦੀਆਂ ਟੀਮਾਂ ਦਾ ਮੈਚ ਖੇਡਿਆ ਜਾਣਾ ਹੈ। ਲੋਪੋ ਤੇ ਦੱਦਾ ਊਰ ਅਗਲਾ ਮੈਚ ਖੇਡ ਦੇ ਮੈਦਾਨ ਦੇ ਵਿੱਚ ਖੇਡਿਆ ਜਾਣਾ ਔਰ ਨਾਲ ਪ੍ਰਬੰਧਕ ਵੀਰਾਂ ਵੱਲੋਂ ਬੇਨਤੀ ਹੈ ਵੀ ਜਿਹੜੇ ਪਲੇਅਰ ਐਕਟਿਵ ਹੈ ਉਹ ਖੜੇ ਰਹਿਣ, ਬਾਕੀ ਜਿਹੜੇ ਵਾਧੂ ਪਲੇਅਰ ਹੈ ਉਹ ਕਿਰਪਾ ਕਰਕੇ ਬੈਠ ਜਾਣ। ਮੇਰੀ ਹੱਥ ਬੰਨ ਕੇ ਬੇਨਤੀ ਹੈ ਵੀ ਜਿਹੜੀ ਵਾਧੂ ਝੱਗਾ ਪਾਲਟੀ ਉਹ ਬਹਿ ਜਾਓ ਕਿਰਪਾ ਕਰਕੇ। ਲਓ ਸਾਹਮਣੇ ਹਿੰਮਤਪੁਰੇ ਵਾਲਾ ਨੌਜਵਾਨ ਕਹਿੰਦੇ ਵੀ ਅਗਲੀ ਕਬੱਡੀ ਪਾ ਰਹੇ ਆ। ਲਓ ਸਾਹਮਣੇ ਕਹਿੰਦੇ ਵੀ ਢੁੱਡੀ ਵਾਲੇ ਸਰਦਾਰ ਅਮਰ ਸਿੰਘ ਦਾ ਸਪੁੱਤਰ ਕਰਦਾ ਕੋਸ਼ਿਸ਼ ਡੱਕ ਲੈਣ ਦੀ। ਸਾਹਮਣੇ ਆਪਾਂ ਵੇਖਦੇ ਹਾਂ ਵੀ ਨੌਜਵਾਨ ਝਿੰਮੇ ਦੀ ਬੜੀ ਵਧੀਆ ਕੋਸ਼ਿਸ਼ ਹੈ। ਢੁੱਡੀ ਪਿੰਡ ਕਹਿੰਦੇ ਵੀ ਪੂਰੀ ਦੁਨੀਆ ਭਰ ਦੇ ਵਿੱਚ ਪ੍ਰਸਿੱਧ ਪਿੰਡ ਹੈ। ਵੇਟ ਲਿਫਟਰ ਕਰਨਪ੍ਰੀਤ ਬਰਾੜ ਉਹਦੇ ਤਾਏ ਵੱਲੋਂ 500 ਰੁਪਈਆ ਦਿੱਤਾ ਜਾਂਦਾ ਹੈ, ਉਹ ਸਾਡਾ ਵੀਰ ਆ ਕੇ ਲੈ ਜਾਵੇ। ਕਰਨਪ੍ਰੀਤ ਬਰਾੜ ਵੇਟ ਲਿਫਟਰ ਉਹਦੇ ਤਾਇਆ ਜੀ 500 ਰੁਪਈਆ ਕਰਨਪ੍ਰੀਤ ਦੇ ਲਈ ਭੇਜਦੇ ਆ, ਉਹ ਸਾਡਾ ਵੀਰ ਆ ਕੇ ਲੈ ਜਾਵੇ ਗਰਾਊਂਡ ਦੇ ਵਿੱਚੋਂ। ਸਾਡੀ ਬੇਨਤੀ ਆ ਕਰਨਪ੍ਰੀਤ ਬਰਾੜ ਵੇਟ ਲਿਫਟਰ ਹੈ ਉਹ ਆਪਣਾ ਆ ਕੇ 500 ਰੁਪਈਆ ਲੈ ਜਾਵੇ, ਉਹਦੇ ਤਾਇਆ ਜੀ ਵੱਲੋਂ ਮਾਨ ਸਨਮਾਨ ਪੁੱਜੇ ਹੈ। ਬੇਨਤੀ ਆ ਸਾਡੀ ਵੀ ਉਹ ਆ ਕੇ ਲੈ ਜਾਵੇ। ਕਰਨਪ੍ਰੀਤ ਬਰਾੜ ਵੇਟ ਲਿਫਟਰ ਹੈ,
ਉਹਦੇ ਤਾਇਆ ਜੀ 500 ਰੁਪਈਆ ਭੇਜ ਦਿਓ ਆ ਕੇ ਗਰਾਊਂਡ ਦੇ ਵਿੱਚੋਂ ਲੈ ਜਾਵੇ, ਮੇਰੀ ਹੱਥ ਬੰਨ ਕੇ ਬੇਨਤੀ ਹੈ। ਲਓ ਸਾਹਮਣੇ ਦੇਖਦੇ ਹਾਂ ਵੀ ਨੌਜਵਾਨ ਹਿੰਮਤਪੁਰੇ ਵਾਲਾ ਹੁਣ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਦੇ ਵਿੱਚ। ਹੁਣ ਚਾਰ ਜਾਫੀ ਦੇਖਦੇ ਹਾਂ ਵੀ ਬੁਰਜਾਂ ਵਰਗੇ ਹੈ, ਕੋਈ ਕਹਿੰਦਾ ਸਰਕਾਰੀ ਸਕੂਲ ਦੇ ਆ ਥੰਮਾਂ ਵਰਗੇ ਹੈ, ਪਰ ਕਹਿੰਦੇ ਵੀ ਵਿਉਂਤਬੰਦੀ ਪੂਰੀ ਬਣਾਈ ਹੋਈ ਹੈ। ਲਓ ਦੋ ਨੰਬਰ ਤੋਂ ਕਹਿੰਦੇ ਵੀ ਨੌਜਵਾਨ ਨੇ ਵੱਧ ਕੇ ਕੀਤੀ ਆ ਕੋਸ਼ਿਸ਼। ਵੱਡਾ ਵੀਰ ਕਹਿੰਦੇ ਵੀ ਕੈਨੇਡਾ ਰਹਿੰਦਾ ਹੈ ਤੇ ਆਹ ਵੀ ਕਹਿੰਦੇ ਕਬੱਡੀ ਨਾਲ ਇਸ਼ਕ ਕਰ ਬੈਠਾ, ਪਰ ਹੁਣ ਨਹੀਂ ਜਲਸਾ ਲੱਗਾ ਕਿਉਂਕਿ ਜਿਹੜਾ ਪੁਆਇੰਟ ਹਿੰਮਤਪੁਰੇ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ, ਹਿੰਮਤਪੁਰੇ ਦੀ ਟੀਮ ਦੇ ਉਸੇ ਬੜੇ ਵਧੀਆ ਪੁਆਇੰਟ ਦਾ ਜਿਹੜਾ ਵਾਧਾ ਹੁੰਦਾ ਹੋਇਆ। ਲਓ ਪਿੰਦੇ ਦੀ ਕਬੱਡੀ ਖੇਡ ਮੈਦਾਨ ਦੇ ਵਿੱਚ ਹੈ, ਪਿੰਦਾ ਨੌਜਵਾਨ ਕਹਿੰਦੇ ਵੀ ਕਬੱਡੀ ਪਾ ਰਹੇ ਹੈ, ਔਰ ਚਾਰ ਜਾਫੀ ਕਹਿੰਦੇ ਵੀ ਪਾਰਗਟ ਵੈਨਕੋਵਰ ਦੀ ਖੇਡ ਕਲੱਬ ਵੱਲੋਂ ਖੇਡਿਆ ਸੀ। ਲਓ ਦੂਜੇ ਪਾਸੇ ਕਹਿੰਦੇ ਵੀ ਗੁਰਦਰਸ਼ਨ ਗੋਲੂ ਲੋਕੀ ਗ੍ਰਿਪ ਆਖਦੇ ਹੈ। ਲਓ ਸਾਹਮਣੇ ਪਿੰਦੇ ਦੀ ਪਾਈ ਹੋਈ ਕਬੱਡੀ, ਮਚਾਕੀ ਵਾਲਾ ਸੇਵਾ ਸਿੰਘ ਦੱਸੇਗਾ ਵੀ ਪੁਆਇੰਟ ਜਿਹੜਾ ਰੇਡਰ ਦੇ ਉਸ ਇਹ ਪੁਆਇੰਟ ਜਿਹੜਾ ਪਿੰਦਾ ਸਾਫੂ ਵਾਲੀ ਆਪਣੀ ਟੀਮ ਲਈ ਜੋੜਦਾ ਹੋਇਆ ਖੇਡ ਮੈਦਾਨ ਦੇ ਵਿੱਚ। ਚੱਲੋ ਹਿੰਮਤਪੁਰੇ ਵਾਲਿਆ ਕਬੱਡੀ ਪਾ ਨੌਜਵਾਨ। ਲਓ ਸਾਹਮਣੇ ਦੇਖਦੇ ਵੀ ਠੰਡੇ ਠਾਰ ਪਾਣੀ ਦੀ ਘੁੱਟ ਭਰੀ ਆ ਨੌਜਵਾਨ ਦੇ, ਧਾਵਾ ਬੋਲਣ ਦੇ ਲਈ ਵਾਧਾ ਹੋਇਆ ਖੇਡ ਮੈਦਾਨ ਦੇ ਵਿੱਚ। ਜਿਵੇਂ ਗਿੱਦੜ ਵਾਹੇ ਵਾਲੇ ਬਾਬੇ ਬੋੜ ਨੇ ਆਖਿਆ ਸੀ ਵੀ ਜਾਂ ਤੂੰ ਮੇਰੇ ਯਾਰ ਦਾ ਪਿਆ ਦੇ ਜੂਠਾ ਪਾਣੀ, ਜਿਹਨੂੰ ਪੀ ਕੇ ਹੋ ਜਾ ਠੰਡੀ ਸੀਤ, ਸਖੀਏ ਸਹੇਲੀਏ ਨੀ ਗੁਰਾਂ ਦੀ ਏ ਚੇਲੀਏ, ਘੋਲ ਕੇ ਪਿਆਵੇ ਕੋਈ ਤਵੀਤ, ਸਖੀਏ ਸਹੇਲੀਏ ਨੀ ਗੁਰਾਂ ਦੀ ਏ ਚੇਲੀਏ, ਘੋਲ ਕੇ ਪਿਆਵੇ ਕੋਈ ਤਵੀਤ। ਲਓ ਸਾਹਮਣੇ ਹਿੰਮਤਪੁਰੇ ਵਾਲਾ ਕਹਿੰਦਾ ਵੀ ਪਹਿਲਾਂ ਠੰਡੇ ਠਾਰ ਪਾਣੀ ਦੀਆਂ ਦੋ ਤਿੰਨ ਘੁੱਟਾਂ ਭਰੀਆਂ ਤੇ ਹੁਣ ਕਹਿੰਦੇ ਵੀ 15-20 ਲਾਂਘਾਂ ਪੱਟੀਆਂ ਨੇ। ਆਹ ਕਹਿੰਦੇ ਵੀ ਮੀਕਾ ਭੇਖੇ ਪਿੰਡ ਵਾਲਾ ਬਹੁਤ ਸੁਣੀ ਕਰਦਾ ਕੋਸ਼ਿਸ਼, ਕੋਈ ਮੀਕ ਆਖਦਾ ਹੈ ਤੇ ਪੰਜਾਬ ਦੇ ਕਬੱਡੀ ਕੱਪ ਦੇ ਕਹਿੰਦੇ ਵੀ ਚਿੜਕ ਵਾਲੇ ਮੱਖਣ ਦੀ ਟੀਮ ਲਈ ਖੇਡਦਾ ਹੈ, ਅਮਨਾ ਐਂਡ ਅੰਬੀ ਅਠੂਰ ਇੰਟਰਨੈਸ਼ਨਲ ਕਬੱਡੀ ਕਲੱਬ ਮੋਗਾ ਦੀ ਟੀਮ ਲਈ ਖੇਡਦਾ। ਕਹਿੰਦੇ ਵੀ ਮੀਕਾ ਭੇਖੇ ਪਿੰਡ ਦਾ ਜਾਫਾ ਨਹੀਂ ਲਾ ਸਕੇ ਆ। ਲਓ ਦੇਖਦੇ ਵੀ ਸੁੱਖਾ ਕਬੱਡੀ ਪਾ ਰਿਹਾ ਉਸੇ ਟੀਮ ਦੇ ਲਈ, ਕਹਿੰਦੇ ਵੀ ਸੁੱਖੇ ਦੀ ਤੂਤੀ ਬੋਲਦੀ ਹੈ। ਲਓ ਸਾਹਮਣੇ ਨੌਜਵਾਨ ਕਹਿੰਦੇ ਵੀ ਸੁੱਖਾ ਇਸ ਵੇਲੇ ਕਬੱਡੀ ਪਾ ਰਿਹਾ, ਕਰਨਪ੍ਰੀਤ ਬਰਾੜ ਨੂੰ ਬੇਨਤੀ ਵੀ ਸਾਡਾ ਵੀਰ ਆ ਕੇ ਪੈਸੇ ਲੈ ਜਾਵੇ, ਕਰਨਪ੍ਰੀਤ ਬਰਾੜ ਨੂੰ ਬੇਨਤੀ ਹੈ। ਲਓ ਸਾਹਮਣੇ ਕੋਈ ਗੁਰਦਰਸ਼ਨ ਸਿੰਘ ਆਖਦਾ, ਕੋਈ ਗੋਲੂ ਆਖਦਾ, ਕੋਈ ਗ੍ਰੈਪ ਆਖਦਾ। ਲਓ ਸਾਹਮਣੇ ਗੱਜਣ ਵਾਲੇ ਪਿੰਡ ਦਾ ਕਹਿੰਦੇ ਵੀ ਨੌਜਵਾਨ ਇਸ ਵੇਲੇ ਗੁਰਦਰਸ਼ਨ ਗੋਲੂ ਵੇਟ, ਕਹਿੰਦੇ ਵੀ ਪੂਰਾ ਯੂਜ਼ ਕੀਤਾ ਨੌਜਵਾਨ ਨੇ, ਔਰ ਪੁਆਇੰਟ ਜਿਹੜਾ ਕਹਿੰਦੇ ਵੀ ਰੇਡਰ ਦੇ ਉਸੇ ਹੈ, ਪੁਆਇੰਟ ਸਾਫੂ ਵਾਲੇ ਦੀ ਟੀਮ ਦੇ ਉਸੇ। ਲਓ ਸਾਹਮਣੇ ਦੇਖਦੇ ਹਾਂ ਵੀ ਜਿਹੜਾ ਪੁਆਇੰਟ ਸਾਫੂ ਵਾਲੇ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ। ਵਾਕਈ ਜਿਹੜਾ ਕਹਿੰਦੇ ਜ਼ੋਰ ਬਿਸ਼ਰਮ ਹੁੰਦਾ, ਜਿਵੇਂ ਕਹਿੰਦੇ ਵੀ ਹਾਕੀ ਚੁਸਤੀ ਦੀ ਖੇਡ ਹੈ, ਕਰੈਕਟ ਬਾਏ ਚਾਂਸ, ਫੁੱਟਬਾਲ ਬਾਏ ਪਾਵਰ ਤੇ ਕਬੱਡੀ ਜ਼ੋਰ ਦੀ ਹੈ। ਤੇ ਗਾਜੀ ਵਾਲੀ ਇਹ ਕਾਲੇ ਦੇ ਵਿੱਚ ਕਹਿੰਦੇ ਵੀ ਇੰਨਾ ਜ਼ੋਰ ਸੀ, ਜੇ ਚਾਹੁੰਦਾ ਤੇ ਖੁੱਚ ਕੱਢ ਕੇ ਹਾਥੀ ਨੂੰ ਲੰਮਾ ਪਾ ਸਕਦਾ ਸੀ। ਲਓ ਸਾਹਮਣੇ ਦੇਖਦੇ ਵੀ ਆਹ ਹੁਣ ਹਿੰਮਤਪੁਰੇ ਵਾਲਾ ਨੌਜਵਾਨ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ। ਆਪਾਂ ਦੇਖਦੇ ਵੀ ਸਿਰੇ ਦਾ ਜਫਾ, ਕਹਿੰਦੇ ਵੀ ਧੱਕੇ ਮਾਰ ਕੇ ਬਾਹਰ ਕੱਢਿਆ, ਜਿਵੇਂ ਅਖੰਡ ਪਾਠ ਵਾਲੇ ਘਰੋਂ ਸ਼ਰਾਬੀ ਕੱਢੀਦਾ। ਤੇ ਪੁਆਇੰਟ ਜਿਹੜਾ ਕਹਿੰਦੇ ਵੀ ਉਹ ਜਾਫੀਆਂ ਦੇ ਹਿੱਸੇ ਹੈ, ਪੁਆਇੰਟ ਸਾਫੂ ਵਾਲੇ ਦੀ ਟੀਮ ਦੇ ਹਿੱਸੇ ਹੈ, ਕਿਉਂਕਿ ਸਾਫੂ ਵਾਲਾ ਗਵਾਂਢੀ ਪਿੰਡ ਹੈ, ਤਾਂ ਹੀ ਤੇ ਟੀਮ ਕਹਿੰਦੇ ਵੀ ਟੌਪ ਦੇ ਪਲੇਅਰਾਂ ਦੇ ਨਾਲ ਲੈਸ ਟੀਮ ਹੈ ਸਾਫੂ ਵਾਲੇ ਦੀ। ਤੇ ਸਾਹਮਣੇ ਕਹਿੰਦੇ ਵੀ ਗੋਲੂ ਹੈ, ਹੁਣ ਦੇਖਾਂਗੇ ਵੀ ਨੌਜਵਾਨ ਪਿੰਦਾ ਇਸ ਵੇਲੇ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਦੇ ਵਿੱਚ, ਪਿੰਦੇ ਦੀ ਪਾਈ ਹੋਈ ਕਬੱਡੀ ਤੇ ਕੌਣ ਡੱਕੂ ਕੌਣ ਰੱਖੂ ਇਹਦੇ ਸਮੇਂ ਨੇ ਦੱਸਣਾ। ਔਰ ਇੱਕ ਪਾਸੇ ਕਹਿੰਦੇ ਵੀ ਸਾਡੇ ਸਤਿਕਾਰਯੋਗ ਸੇਵਾ ਸਿੰਘ ਜੀ ਮਚਾਕੀ ਵਾਲੇ ਹੈ, ਨਾਲ ਕਹਿੰਦੇ ਵੀ ਕੀਪਾ ਚੰਨਣ ਵਾਲਾ ਪਿੰਡ ਦਾ ਕੀਪਿਆ, ਜੋ ਸਵਾਦ ਨਹੀਂ ਲਿਆਉਂਦਾ ਨੌਜਵਾਨ, ਜਿਵੇਂ ਸ਼ਾਲਾ ਕਹਿੰਦੇ ਆ, ਮੈਂ ਨਹੀਂ ਕਹਿੰਦਾ ਵੀ ਕੀਪੇ ਨੇ ਕੋਈ ਵੱਖਰਾ ਅੰਦਾਜ਼ ਨਹੀਂ ਦਿਖਾਇਆ ਅੱਜ, ਜਿਵੇਂ ਪਹਿਲਾਂ ਸ਼ਾਲਾ ਵਰਤੀ ਵੱਜਦੀਆਂ ਹੁੰਦੀਆਂ ਕੁਲਦੀਪ ਸਿੰਘ ਮਹਾਰਾਜ। ਅਗਲੀ ਕਬੱਡੀ ਕੌਣ ਪਾਵੇਗਾ ਹਿੰਮਤਪੁਰੇ ਦੀ ਤਰਫੋਂ, ਕੌਣ ਕਬੱਡੀ ਪਾਵੇਗਾ ਖੇਡ ਮੈਦਾਨ ਦੇ ਵਿੱਚ। ਲੈ ਵੀ ਗੋਲੂ ਨੌਜਵਾਨ ਆ, ਹੁਣ ਦੋ ਦੋ ਕੰਮ ਕਰਨੇ ਪੈਣੇ ਆ, ਜੱਫੇ ਵੀ ਲਾਉਣੇ ਪੈਣੇ ਆ, ਕਬੱਡੀਆਂ ਵੀ ਪਾਉਣੀਆਂ ਪੈਣੀਆਂ,
ਕਿਉਂਕਿ ਵੱਡੀ ਰਾਸ਼ੀ ਵੱਡਾ ਧਨ ਖਰਚ ਕੀਤਾ ਜਾ ਰਿਹਾ ਤੇ ਇੱਕ ਇੱਕ ਕਬੱਡੀ ਦਾ ਕਹਿੰਦੇ ਵੀ ਨਿਚੋੜ ਨਿਕਲਦਾ। ਲਓ ਸਾਹਮਣੇ ਦੇਖਦੇ ਆ ਵੀ ਹੁਣ ਗੁਰਦਰਸ਼ਨ ਸਿੰਘ ਗੋਲੂ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ। ਹੁਣ ਚਾਰ ਜਾਫੀ ਹੈ, ਚਾਰ ਜਾਫੀਆਂ ਦੇ ਵਿੱਚੋਂ ਕੌਣ ਰੱਖੂ, ਕੌਣ ਡੱਕੂਏ ਤੇ ਸਮੇਂ ਨੇ ਦੱਸਣਾ। ਲਓ ਸਾਹਮਣੇ ਗੁਰਦਰਸ਼ਨ ਸਿੰਘ ਗੋਲੂ ਇੱਥੇ ਰੱਖ, ਉਂਗਲ ਖੜੀ ਕਰ ਦਿੱਤੀ। ਦਾਦਾ ਹੂਰ ਦੇ ਨਾਲ ਮੇਰੀ ਬੇਨਤੀ ਆ ਵੀ ਕਿਰਪਾ ਕਰਕੇ ਉਹਦੀਆਂ ਟੀਮਾਂ ਜਿਹੜੀਆਂ ਅਗਲੇ ਮੈਚਾਂ ਲਈ ਟੀਮਾਂ ਤਿਆਰ ਰਹਿਣ। ਕਹਿੰਦੇ ਉਹਨੇ ਵਰਗੇ ਨੌਜਵਾਨ ਸਾਡੇ ਵੀਰ ਹੈ, ਨਾਲ ਕਹਿੰਦੇ ਵੀ ਪੀਤੋ ਮੀਨੀਆ ਪਿੰਡ ਦਾ ਪੁੱਜਾ ਹੋਇਆ, ਉਸ ਮੇਰੇ ਵੀਰ ਦਾ ਵੀ ਧੰਨਵਾਦ ਹੈ। ਐਰਕੀ ਪਰਮਾਤਮਾ ਕਰੇ ਵੀ ਜਹਾਜ਼ਾਂ ਦੇ ਝੂਟੇ ਮਿਲਣੇ ਨਾ ਸਾਰੇ ਪਲੇਅਰਾਂ ਨੂੰ, ਕਿਉਂਕਿ ਪਹਿਲੇ ਸਾਲ 2012 ਦੇ ਵਿੱਚ ਕਹਿੰਦੇ ਵੀ ਜਿਹੜੇ ਵੀਜ਼ੇ ਉਹ ਰਿਫਿਊਜ਼ ਹੋ ਗਏ ਸੀ, ਕਾਫੀ ਸਾਰੇ ਪਲੇਅਰ ਜਿਹੜੇ ਉਹ ਵਿਦੇਸ਼ਾਂ ਤੋਂ ਜਾਣ ਤੋਂ ਖੁੰਝ ਗਏ ਸੀ। ਬੇਨਤੀ ਕਰਦੇ ਆ ਵੀ ਜਿਹੜੇ ਸਾਰੇ ਪਲੇਅਰ ਐਰਕੀ ਕੈਨੇਡਾ ਅਮੈਰੀਕਾ ਖੇਡਣ ਕਿ ਕੌਡੀ ਖੇਡਣ ਲਈ ਮਿਲਦੇ ਰਹਿਣ, ਖੁੱਲੇ ਡੁੱਲੇ ਵੀਜ਼ੇ ਇਹਨਾਂ ਖਿਡਾਰੀਆਂ ਦੇ ਦਾਣੇ ਪਾਣੀ ਵਿੱਚ ਲਿਖਦੇ। ਕੈਨੇਡਾ ਦੇ ਤੂੰ ਬਰਗਰ ਪੀਜੇ, ਰਹਿਣ ਨਸ਼ਿਆਂ ਤੋਂ ਦੂਰ ਤੇ ਕਰਨ ਸਰੀਰ ਦੀ ਕੇਅਰ ਮਾਲਕਾ ਰੱਖ ਤੂੰ ਕਬੱਡੀ ਵੀ ਅਗਲੀ ਕਬੱਡੀ ਪਾਉਂਦਾ ਹੈ ਖੇਡ ਮੈਦਾਨ ਦੇ ਵਿੱਚ। ਸਾਹਮਣੇ ਦੇਖਦੇ ਆ ਵੀ ਹਿੰਮਤਪੁਰੇ ਵਾਲੇ ਨੌਜਵਾਨ ਦੀ ਪਾਈ ਹੋਈ ਕਬੱਡੀ ਤੇ ਹੁਣ ਚਾਰ ਜਾਫੀ ਕਹਿੰਦੇ ਵੀ ਪਿੱਛੇ ਨੂੰ ਹਟਦੇ ਜਾ ਰਹੇ ਨੇ, ਹਲਕਾ ਹਲਕਾ ਪਰੇਸ਼ਾਨ ਆ ਵੀ ਪਿੱਛੇ ਨੂੰ ਹਟਿਆ, ਕਿਉਂਕਿ ਸਾਫੂ ਵਾਲੇ ਦੀ ਟੀਮ ਕਹਿੰਦੇ ਵੀ ਟੌਪ ਦੇ ਪਲੇਅਰਾਂ ਦੇ ਨਾਲ ਲੈਸ ਟੀਮ ਹੈ। ਕਬੱਡੀ ਕਹਿੰਦੇ ਵੀ ਮੀਕੇ ਦੇ ਵਿੱਚ ਵੀ ਤੁੰਨ ਤੁੰਨ ਕੇ ਭਰੀ ਹੋਈ ਹੈ ਤੇ ਕਹਿੰਦੇ ਵੀ ਸਰੀਰ ਤੇ ਕੱਲਾ ਕੱਲਾ ਮਸਲ ਜਿਹੜਾ ਉਹ ਗੀਤ ਗਾਉਂਦਾ ਹੈ। ਆ ਸਾਹਮਣੇ ਕਹਿੰਦੇ ਵੀ ਬੜਾ ਚੀੜਾ ਜਾਫੀ ਹੈ ਜਿਹਨੇ ਹੁਣ ਕੋਸ਼ਿਸ਼ ਕੀਤੀ ਹੈ। ਲਓ ਸਾਹਮਣੇ ਆਪਾਂ ਦੇਖਦੇ ਹਾਂ ਵੀ ਨਾਲ ਹੀ ਸਾਊਂਡ ਵਾਲੇ ਵੀਰ ਨੂੰ ਬੇਨਤੀ ਹੈ ਵੀ ਸੋਹਣੇ ਵੀਰ ਆਵਾਜ਼ ਵਧਾ ਦੇ, ਕਿਉਂਕਿ ਮੈਨੂੰ ਤੇ ਕੋਈ ਪਤਾ ਨਹੀਂ ਲੱਗਦਾ ਵੀ ਨਿਹਾਲਾ ਕਿਹਦਾ ਮਾਸੜ ਹੈ। ਬੋਲੀ ਜ਼ਰੂਰ ਜਾਂਦਾ, ਆਵਾਜ਼ ਵਧਾ ਦੇ, ਦਰਸ਼ਕ ਵੀਰ ਵੀ ਕਹਿੰਦੇ ਹੈ, ਬਾਕਸੇ ਖੋਲ ਦੇਵੇ ਸਾਊਂਡ ਵਾਲੇ ਵੀਰ ਨੂੰ ਬੇਨਤੀ ਹੈ ਮੇਰੀ ਹੱਥ ਬੰਨ ਕੇ। ਸਾਫੂ ਵਾਲੇ ਦੇ ਪੁਆਇੰਟ ਹੈ ਜੀ 13 ਤੇ ਹਿੰਮਤਪੁਰੇ ਦੇ ਪੁਆਇੰਟ ਹੈ 21। ਹਿੰਮਤਪੁਰੇ ਦੀ ਟੀਮ ਇਸ ਮੈਚ ਦੇ ਵਿੱਚੋਂ ਜੇਤੂ ਟੀਮ ਹੈ, ਨੋਟ ਕਰ ਲਿਆ ਜਾਵੇ ਕਿਰਪਾ ਕਰਕੇ, ਟੀਮ ਇਸ ਮੈਚ ਦੇ ਵਿੱਚੋਂ ਜੇਤੂ ਰਹੀ ਹੈ, ਨੋਟ ਕਰ ਲਿਆ ਜਾਵੇ ਹਿੰਮਤਪੁਰੇ ਦੀ ਟੀਮ ਜੇਤੂ ਰਹੀ ਹੈ। ਪ੍ਰਬੰਧਕ ਵੀਰਾਂ ਨੂੰ ਬੇਨਤੀ ਹੈ ਵੀ ਨੋਟ ਕਰ ਲਓ, ਹਿੰਮਤਪੁਰੇ ਦੀ ਟੀਮ ਇਸ ਮੈਚ ਦੇ ਵਿੱਚੋਂ ਜੇਤੂ ਰਹੀ ਹੈ। ਸਾਊਂਡ ਵਾਲੇ ਵੀਰ ਨੂੰ ਮੇਰੀ ਬੇਨਤੀ ਆ ਵੀ ਉਹ ਲਾਡੀ ਇੱਕ ਵਾਰੀ ਗਰਾਊਂਡ ਦੇ ਵਿੱਚ ਆਵੇ, ਸਾਡਾ ਵੀਰ ਲਾਡੀ ਸਾਡਾ ਵੀਰ ਗਰਾਊਂਡ ਦੇ ਵਿੱਚ ਆਵੇ ਕਿਰਪਾ ਕਰਕੇ, ਸਾਡੀ ਹੱਥ ਬੰਨ ਕੇ ਬੇਨਤੀ ਆ ਲਾਡੀ ਨੂੰ, ਲਾਡੀ ਸਾਊਂਡ ਵਾਲਾ ਸਾਡਾ ਵੀਰ ਉਹ ਗਰਾਊਂਡ ਦੇ ਵਿੱਚ ਆਵੇ ਕਿਰਪਾ ਕਰਕੇ। ਵੇਖਾਂਗੇ ਵੀ ਇੱਕ ਪਾਸੇ ਲੋਪੋ ਦੀ ਟੀਮ ਹੈ ਤੇ ਦੂਜੇ ਪਾਸੇ ਟੀਮ ਕਹਿੰਦੇ ਵੀ ਜਿਹੜੀ ਦੱਦਾ ਹੂਰ ਦੀ ਟੀਮ ਹੈ, ਮੈਚ ਕਹਿੰਦੇ ਵੀ ਪੂਰਾ ਟੌਪ ਦਾ ਖੇਡਿਆ ਜਾਣਾ ਹੈ, ਦੱਦਾ ਹੂਰ ਵਰਸਿਜ ਲੋਪੋ ਦੋਨੇ ਟੀਮਾਂ ਦੇ ਵਿਚਕਾਰ ਕਹਿੰਦੇ ਵੀ ਟੌਪ ਦਾ ਮੈਚ ਖੇਡਿਆ ਜਾਵੇਗਾ। ਨਾਲ ਹੀ ਅਗਲੀਆਂ ਟਾਈਆਂ ਖੜੀਆਂ ਜਾਣ ਸਾਡੇ ਪਾਸ ਜੋਰਾ ਸਿੰਘ ਸੰਧੂ ਪਹੁੰਚੇ ਹੋਏ, ਅਸੀਂ ਉਹਨਾਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਕਰਦੇ ਹਾਂ ਜੀ। ਜੋਰਾ ਸਿੰਘ ਸੰਧੂ ਸਾਡੇ ਪਾਸ ਪਹੁੰਚੇ ਆ, ਅਸੀਂ ਇੱਥੇ ਪਹੁੰਚਣ ਤੇ ਉਹਨਾਂ ਦਾ ਉਹਨਾਂ ਨੂੰ ਜੀ ਆਇਆ ਆਖਦੇ। ਮੇਰੀ ਹੱਥ ਬੰਨ ਕੇ ਬੇਨਤੀ ਹੈ ਵੀ ਦਿਲਬਾਗ ਸਾਡਾ ਉਹ ਵੀਰ ਆ ਉਹ ਪਤਾ ਨਹੀਂ
ਬਈ ਸਿਕੰਦਰ ਸਿੰਘ ਤੂੰ ਜਿਹੜਾ ਹੈਲੋ 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 ਸਿਕੰਦਰ ਸਿਕੰਦਰ ਸਿੰਘ ਇੱਕ ਮਿੰਟ ਇੱਧਰ ਧਿਆਨ ਦਿਓ ਸਿਕੰਦਰ ਸਿੰਘ ਇੱਧਰ ਇੱਧਰ ਸਟੇਜ ਵੱਲ ਮਾੜਾ ਜਿਹਾ ਉਹ ਯਾਰ ਤੂੰ ਇੱਥੋਂ ਕਹਿੰਦਾ ਇਨਾਮ ਭੇਜਿਆ ਸੀਗਾ ਆਪਣੇ ਵੇਟ ਲਿਫਟਰ ਫਸਟ ਨੂੰ 500 ਰੁਪਈਆ ਉਹ ਕਿਹੜੇ ਮੁੰਡੇ ਨੂੰ ਫੜਾਇਆ ਸੀ ਅਸੀਂ ਉਸੇ ਨੂੰ ਕਹਿਤਾ ਵੀ ਜੇ ਥੱਲੇ ਜਾ ਕੇ ਦੇ ਦੇ ਹਾਂਜੀ ਉਹ ਕਰਨਪ੍ਰੀਤ ਲੈ ਗਿਆ ਜੀ ਉਹ ਯਾਦ ਕਰੀ ਤੇ ਉਹ ਮੁੰਡਾ ਇੱਥੇ ਲੈਣ ਆਇਆ ਉਸ ਅਸੀਂ ਆਪਦੇ ਕੋਲੇ ਨਹੀਂ ਸੀ ਰੱਖਿਆ ਤੇ ਇੱਥੋਂ ਹੀ ਲੈ ਲਓ ਜਿਹੜੇ ਮੁੰਡੇ ਨੂੰ ਫੜਾਇਆ ਸੀ ਮੁੰਡਾ ਕਰਨਪ੍ਰੀਤ ਲੈ ਗਿਆ ਜੀ ਉਹ 500 ਰੁਪਈਆ ਵੇਟ ਲਿਫਟਰ ਦਾ ਸੀਗਾ ਮੇਰੇ ਕੋਲੇ ਉਹ ਕਰਨਪ੍ਰੀਤ ਮੁੰਡਾ ਲੈ ਗਿਆ ਜੀ ਹੈਲੋ ਜੀ ਟੀਮਾਂ ਨੂੰ ਬੇਨਤੀ ਆ ਕਿ ਟਾਈਆਂ ਕੱਢਣ ਲੱਗੇ ਆ ਸਾਰੀਆਂ ਟੀਮਾਂ ਦਾ ਖਿਡਾਰੀ ਸਟੇਜ ਤੇ ਪਹੁੰਚੇ ਕਬੱਡੀ ਓਪਨ ਦੀਆਂ ਅਗਲੇ ਰਾਊਂਡ ਦੀਆਂ ਟਾਈਆਂ ਕੱਢਣ ਲੱਗੇ ਆ ਖਿਡਾਰੀ ਵੀਰਾਂ ਨੂੰ ਬੇਨਤੀ ਆ ਕਿ ਉਹ ਸਟੇਜ ਤੇ ਪਹੁੰਚ ਜਾਣ ਭਾਵੇਂ ਕਮੈਂਟਰੀ ਵਾਲੇ ਸੱਜਣ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਮੈਚ ਦੇ ਵਿੱਚ ਆਪਣਾ ਕੰਮ ਸ਼ੁਰੂ ਰੱਖੇ ਵੀ ਉਹਦਾ ਮਾਈਕ ਨਹੀਂ ਚੱਲ ਰਿਹਾ ਮਾਈਕ ਵਾਲੇ ਮੁੰਡੇ ਨੂੰ ਬੇਨਤੀ ਆ ਵੀ ਉਹਦਾ ਦੇਖੇ ਜਾ ਕੇ ਕੀ ਕੋਈ ਟੈਕਨੀਕਲ ਨੁਕਸ ਹੈ ਕਮੈਂਟਰੀ ਵਾਲੇ ਸੱਜਣ ਦਾ ਮਾਈਕ ਨਹੀਂ ਚੱਲ ਰਿਹਾ ਗਾ ਹਾਂ ਵੀ ਇੱਥੇ ਸਪੀਕਰ ਵਾਲੇ ਲੜਕੇ ਨੂੰ ਬੇਨਤੀ ਹੈ ਵੀ ਉਹ ਕਮੈਂਟਰੀ ਵਾਲੇ ਦਾ ਮਾਈਕ ਨਹੀਂ ਚੱਲ ਰਿਹਾ ਗਿਆ ਉਹਨੂੰ ਦੇਖੇ ਕੀ ਗੱਲ ਹੈ ਕੀ ਨੁਕਸ ਹੈ ਇੱਥੋਂ ਕੀ ਨੁਕਸ ਹੈ ਜਾਂ ਥੱਲੇ ਕੋਈ ਗੱਲ ਹੈ ਹਾਂਜੀ ਕਬੱਡੀ ਓਪਨ ਦੀਆਂ ਟੀਮਾਂ ਨੂੰ ਸਾਡੀ ਦੁਆਰਾ ਬੇਨਤੀ ਅਹਿਮਦਪੁਰਾ ਮਾਲਾ ਅਤੇ ਘਲਕਲਾਂ ਇਹਨਾਂ ਤਿੰਨਾਂ ਟੀਮਾਂ ਦਾ ਹੈਗਾ ਖਿਡਾਰੀ ਸਟੇਜ 'ਤੇ ਪਹੁੰਚੇ ਸੀ ਟਾਈਆਂ ਕੱਢਣ ਲੱਗੇ ਹਾਂ
ਬਈ ਮਾਲਾ ਘਲਕਲਾਂ ਤੇ ਹਿੰਮਤਪੁਰਾ ਦੀਆਂ ਟੀਮਾਂ ਤੇ ਖਿਡਾਰੀ ਇੱਥੇ ਸਟੇਜ ਤੇ ਆਉਣ, ਇੱਕ ਅੱਧੇ ਮਿੰਟ ਦੇ ਵਿੱਚ ਹੀ ਅਸੀਂ ਟਾਈਆਂ ਕੱਢਣ ਲੱਗੇ ਹਾਂ। ਮਾਲਾ ਘਲਕਲਾਂ ਤੇ ਹਿੰਮਤਪੁਰਾ ਦੇ ਖਿਡਾਰੀ ਸਟੇਜ ਤੇ ਪਹੁੰਚਣ, ਹੁਣੇ ਹੁਣੇ ਅਸੀਂ ਇੱਕ ਅੱਧੇ ਮਿੰਟ 'ਚ ਟਾਈਆਂ ਕੱਢ ਦੇਣੀਆਂ। ਹਲੇ 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 ਹਾਂਜੀ ਲੋਕੋ ਹਲੇ 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 ਮਾਲੇ ਦੀ ਟੀਮ ਦਾ ਕੋਈ ਵੀ ਪਲੇਅਰ ਇੱਥੇ ਸਟੇਜ ਦੇ ਉੱਤੇ ਪਹੁੰਚ ਜਾਵੇ। ਮਾਲਾ ਕਲਾਂ ਇਹਨਾਂ ਦੀਆਂ ਹਿਟਾਈਆਂ ਕੱਢਣ ਲੱਗੇ ਆ ਤੇ ਉਹ ਮਾਲੇ ਕਲਾਂ ਦਾ ਕੋਈ ਵੀ ਪਲੇਅਰ ਇੱਥੇ ਹੋਵੇ ਤਾਂ ਸਟੇਜ ਦੇ ਉੱਤੇ ਪਹੁੰਚ ਜਾਵੇ। ਹਲੇ 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 ਹਲੋ ਲਓ ਇਸ ਸਮੇਂ ਚੱਲਦਾ ਹੋਇਆ ਮੁਕਾਬਲਾ ਇੱਧਰ ਪਿੰਡ ਵਾਲੇ ਪਾਸੇ ਟੀਮ ਜਿਹੜੀ ਦੱਦਾ ਹੂਰ ਦੀ ਹੈ ਦੂਸਰੇ ਪਾਸੇ ਵੇਖਦੇ ਵੀ ਲੋਪੋ ਦੀ। ਲਓ ਇੱਧਰਲੇ ਬੰਨੇ ਵੇਖਦੇ ਵੀ ਨੌਜਵਾਨ ਨੱਥੂ ਕੇ ਪਿੰਡ ਹੈ, ਕਹਿੰਦੇ ਚੈਣੇ ਦਾ ਪਿੰਡ ਹੈ, ਰਿੱਕੀ ਮਾਸਟਰ ਦਾ ਪਿੰਡ ਹੈ, ਨੌਜਵਾਨ ਸੋਨੂੰ ਵੀ ਕਹਿੰਦੇ ਦੁਨੀਆਂ ਦੇ ਸੁਪਰ ਜਾਫੀਆਂ ਦੇ ਵਿੱਚ ਨਾਮ ਹੈ। ਲਾਡੀ ਤੋਂ ਸਾਡੇ ਵੀਰ ਲੋਪੋ ਦੀ ਟੀਮ ਦੇ ਲਈ 100 ਰੁਪਏ ਦਾ ਮਾਣ ਪਿਆਰ ਭੇਜਦੇ ਹੈ। ਲੋਪੋ ਦੀ ਟੀਮ ਦੇ ਲਈ 100 ਰੁਪਿਆ ਸਾਡੇ ਵੀਰ ਲਾਡੀ ਵੱਲੋਂ ਹੈ। ਇੱਧਰ ਵੇਖਦੇ ਵੀ ਲੋਪੋ ਪਿੰਡ ਹੈ, ਨੌਜਵਾਨ ਗੱਭਰੂ ਦਾ, ਪਰ ਦੂਸਰੇ ਪਾਸੇ ਦੱਦਾ ਹੂਰ ਪਿੰਡ ਹੈ। ਕਿ ਆਵੀਂ ਬਾਬਾ ਨਾਨਕਾ ਤੂੰ ਆਵੀਂ ਬਾਬਾ ਨਾਨਕਾ, ਇਹੋ ਜਿਹੀਆਂ ਖੁਸ਼ੀਆਂ ਲਿਆਵੀਂ ਬਾਬਾ ਨਾਨਕਾ। ਪ੍ਰਸਿੱਧ ਗੀਤਕਾਰ ਕਹਿੰਦੇ ਰਾਤਾ ਪਿੰਡ ਹੈ। ਇੱਧਰਲੇ ਪਾਸੇ ਨੌਜਵਾਨ ਗੱਭਰੂ ਦੱਦਾ ਹੂਰ ਦੀ ਟੀਮ ਵੱਲੋਂ ਕਬੱਡੀ ਪਾ ਰਿਹਾ ਹੈ। 4 ਜਾਫੀ ਹੈ, ਪਰ ਵੇਖਦੇ ਵੀ ਮੀਨੀਆਂ ਪਿੰਡ, ਕਹਿੰਦੇ ਲੱਖੇ ਦਾ ਪਿੰਡ ਹੈ, ਪੀਤੋ ਦੁਨੀਆਂ ਦੇ ਸੁਪਰ ਜਾਫੀਆਂ ਦੇ ਵਿੱਚ ਨਾਮ ਹੈ, ਕੋਸ਼ਿਸ਼ ਕਰਦਾ ਹੈ ਪਰ ਪੁਆਇੰਟ ਧਾਵੀ ਦਾ ਹੈ। ਲਓ ਇਸ ਸਮੇਂ ਸੁੱਖਾ ਵਾ ਲੋਪੋ ਵਾਲਾ ਦੇਖਦੇ ਵੀ ਛੇਦਾ, ਕਹਿੰਦੇ ਕੈਨੇਡਾ ਦੇ ਐਮ ਸਪੋਰਟ ਦੇ ਵਿੱਚ ਪੱਕੇ ਤੌਰ ਤੇ ਜਾ ਵਸਿਆ ਹੈ। ਇੱਧਰ ਜੱਸਾ ਦੱਦਾ ਹੂਰ ਪਿੰਡ ਦਾ ਕੋਸ਼ਿਸ਼ ਕਰਦਾ ਹੈ ਪਰ ਪੁਆਇੰਟ ਲੋਪੋ ਦੇ ਸੁੱਖੇ ਦਾ ਹੈ। ਚੱਲ ਵੀ ਸੱਤਿਆ ਪਾ ਵੀ ਨੌਜਵਾਨ ਕਬੱਡੀ ਇੱਕ ਮਾਣੂਕੇ ਦਾ। ਹਾਂਜੀ
ਗੁਰਪ੍ਰੀਤ ਸਿੰਘ ਗੋਰਾ ਕੈਨੇਡਾ ਵੱਲੋਂ ਜੋ ਆਪਣੇ ਪਿੰਡ ਦਾ ਪ੍ਰਗਟ ਸਿੰਘ ਕਬੱਡੀ ਖਿਡਾਰੀ ਹੈ ਉਹਦਾ ਮਾਣ ਸਨਮਾਨ ਕੀਤਾ ਜਾ ਰਿਹਾ ਸਟੇਜ ਦੇ ਥੱਲੇ। ਗੁਰਪ੍ਰੀਤ ਸਿੰਘ ਗੋਰਾ ਕੈਨੇਡਾ ਵੱਲੋਂ ਪ੍ਰਗਟ ਸਿੰਘ ਕਬੱਡੀ ਖਿਡਾਰੀ ਦਾ ਮਾਣ ਸਨਮਾਨ ਕੀਤਾ ਜਾ ਰਿਹਾ ਸੀ ਅਤੇ ਨਾਲ ਹੀ ਕਿਸੇ ਸੱਜਣ ਦੀ ਮੋਟਰਸਾਈਕਲ ਦੀ ਚਾਬੀ ਗੁਆਚੀ ਹੈ, ਜੇ ਕਿਸੇ ਨੂੰ ਮਿਲੀ ਹੋਵੇ ਤਾਂ ਸਟੇਜ 'ਤੇ ਪਹੁੰਚਦੀ ਕਰ ਦੇਵੇ। ਚੱਲ ਵੀ ਭਾਵੀ ਜਵਾਨਾਂ ਕਬੱਡੀ ਇੱਧਰਲੇ ਬੰਨੇ ਵੇਖਦੇ ਹਾਂ, ਲੋਪੋ ਪਿੰਡ ਕਹਿੰਦੇ ਵੀ ਕੇਵਲ ਦਾ ਪਿੰਡ ਹੈ, ਗੱਗੀ ਦਾ ਪਿੰਡ ਹੈ, ਇਸ ਸਮੇਂ ਪਾਈ ਹੋਈ ਕਬੱਡੀ ਕਹਿੰਦੇ ਅਮਨੇ ਦਾ ਪਿੰਡ ਹੈ, ਨੌਜਵਾਨ ਸੋਹਣੇ ਬੋਲ ਬੋਲਦਾ ਮਾਈਕ ਦੇ ਉੱਪਰ, ਇੱਧਰਲੇ ਬੰਨੇ ਪਾਈ ਹੋਈ ਕਬੱਡੀ ਹੈ ਗੋਰਾ ਨਿਸ਼ੋਰਾ ਰੰਗ ਮੁੰਡੇ ਦਾ, ਔਰ ਦੂਸਰੇ ਪਾਸੇ ਇੱਧਰ ਦਾ ਹੋਰ ਪਿੰਡ ਕਹਿੰਦੇ ਵੀ ਮੰਨੂ ਦਾ ਪਿੰਡ ਹੈ, ਔਰ ਇੱਕ ਪਾਸੇ ਜੱਸਾ ਹੈ। ਵਾਹ ਦੇਖਦੇ ਹਾਂ ਇੱਧਰਲੇ ਬੰਨੇ ਪੁਆਇੰਟ ਜਿਹੜਾ ਨੌਜਵਾਨ ਧਾਵੀ ਦੇ ਹਿੱਸੇ ਜੁੜਦਾ ਹੋਇਆ। ਚੱਲ ਵੀ ਜਵਾਨਾਂ ਪਾ ਵੀ ਕਬੱਡੀ ਵੀ ਆ ਗਈ ਜਵਾਨ, ਵੇਖੋ ਖਿੱਚ ਕੇ ਤਿਆਰੀਆਂ ਮਿਹਨਤਾਂ ਦੇ ਨਾਲ ਕਿਵੇਂ ਬਾਡੀਆਂ ਸ਼ਿੰਗਾਰੀਆਂ। ਹਾਂਜੀ, ਗੁਰਪ੍ਰੀਤ ਸਿੰਘ ਗੋਰਾ ਵੱਲੋਂ ਪ੍ਰਗਟ ਸਿੰਘ ਕਬੱਡੀ ਖਿਡਾਰੀ ਦਾ ਕੱਪ ਦੇ ਨਾਲ ਸਨਮਾਨ ਕੀਤਾ ਜਾ ਰਿਹਾ ਅਤੇ ਬਹੁਤ ਬਹੁਤ ਧੰਨਵਾਦ ਜੀ ਗੁਰਪ੍ਰੀਤ ਗੋਰਾ ਜੀ। ਹਾਂਜੀ, ਇੱਧਰ ਮਾਸਟਰ ਹਜੂਰਾ ਸਿੰਘ ਜੀ, ਕਿਰਪਾ ਕਰਕੇ ਅਗਲੀਆਂ ਟੀਮਾਂ ਵੀ ਜਿਹੜੀਆਂ ਅਨਾਊਂਸ ਕਰ ਦਿਓ ਜੀ, ਕਿਉਂਕਿ ਇਸ ਤੋਂ ਬਾਅਦ ਗਰਾਊਂਡ ਜਿਹੜਾ ਆਪਣਾ ਖਾਲੀ ਹੋ ਜਾਣਾ ਹੈ। ਬਸ ਜੀ ਟਾਈਆਂ ਕੱਢ ਰਹੇ ਆ, ਇੱਕ ਮਿੰਟ ਜੀ ਤੁਹਾਨੂੰ ਦੱਸਣ ਲੱਗੇ। ਠੀਕ ਹੈ ਜੀ, ਲਓ ਇੱਧਰਲੇ ਪਾਸੇ ਵੇਖਦੇ ਵੀ ਸੁੱਖਾ, ਵਾਹ ਲੋਪੋ ਦੀ ਧਰਤੀ ਦਾ। ਔਰ ਨਾਲ ਹੀ ਮੇਰੀ ਬੇਨਤੀ ਹੈ ਵੀ ਜਿਹੜੇ ਸਪੇਅਰ ਖਿਡਾਰੀ ਹੈ ਕਿਰਪਾ ਕਰਕੇ ਮੇਰੇ ਵੀਰ ਬਾਕਸਾਂ ਦੇ ਵਿੱਚ ਖੜ ਜਾਓ, ਭਲਵਾਨ ਸੱਤੇ ਬਾਕਸਾਂ 'ਚ ਹੋ ਜਾਓ ਮੇਰੇ ਵੀਰ, ਬਾਕਸਾਂ ਦੇ ਵਿੱਚ ਹੋ ਜਾਣ ਜਿਹੜੇ ਸਪੇਅਰ ਖਿਡਾਰੀ ਹੈ। ਕੋਈ ਗੱਲ ਨਹੀਂ, ਗੁੱਸਾ ਨਹੀਂ, ਖੇਡ ਨੂੰ ਖੇਡ ਦੀ ਭਾਵਨਾ ਨਾਲ ਖੇਡਣਾ ਜੱਸੇ, ਕੋਈ ਗੱਲ ਨਹੀਂ, ਪੁਆਇੰਟ ਤੁਹਾਨੂੰ ਮਿਲ ਗਿਆ ਮੇਰੇ ਵੀਰ, ਸਾਈਡ 'ਤੇ ਹੋ ਜਾਓ। ਚੱਲ ਵੀ ਪਾ ਵੀ ਜਵਾਲਾ ਕਬੱਡੀ ਇੱਧਰਲੇ ਬੰਨੇ, ਹਰਮਨ ਕਬੱਡੀ ਪਾ ਰਿਹਾ ਹੈ, ਵਾਹ ਇੱਧਰਲੇ ਬੰਨੇ ਵੇਖਦੇ ਹੈ ਨੌਜਵਾਨ ਗੱਭਰੂ ਕਬੱਡੀ ਪਾਉਂਦਾ ਹੋਇਆ ਕਿ ਜਿੱਥੇ ਵੱਡੇ ਵੱਡੇ ਹੋਏ ਭਲਵਾਨ ਵੀ, ਬੜੀ ਉੱਚੀ ਹੈ ਪੰਜਾਬ ਦੀ ਤਾਂ ਸ਼ਾਨ ਵੀ, ਜਿੱਥੇ ਹੁੰਦੀ ਹੈ ਕਬੱਡੀ ਹੁੰਦੇ ਘੋਲ ਮਿੱਤਰੋ, ਹੈ ਨਹੀਂ ਲੰਘਣੇ ਪੰਜਾਬ ਜਿਹਾ ਹੋਰ ਮਿੱਤਰੋ। ਆਹ ਵੇਖਦੇ ਵੀ ਦੁਨੀਆ ਦਾ ਤੇਜ ਤਰਾਰ ਜਾਫੀ ਹੈ, ਪੀਤੋ ਮੀਨੀਆਂ ਵਾਲਾ ਭਰਿੰਡ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਹੰਦੇ ਨੇੜੇ ਹੈ, ਵਾਹ। ਹਾਂਜੀ, ਕਬੱਡੀ ਖਿਡਾਰੀ ਕਰਮ ਸਟੇਜ ਤੇ ਪਹੁੰਚੇ, ਕਬੱਡੀ ਖਿਡਾਰੀ ਕਰਮ ਕੀ ਸੀਰੇ ਦੇ ਆ ਪਿੰਡਾਂ ਕੋਲੇ ਪਿੰਡ ਯੋਧੇ ਆ, ਜਾਫੀ ਕਾਹਦਾ ਡੇਰਾ ਹੀ ਭਰਿੰਡ ਯੋਧੇ ਆ, ਭਰਿੰਡ ਵਰਗਾ ਜਾਫੀ ਆ ਕਹਿੰਦੇ ਪੀਤੋ ਮੀਨੀਆਂ ਪਿੰਡ ਦਾ। ਇੱਧਰਲੇ ਪਾਸੇ ਵੇਖਦੇ ਹੈ ਅੱਜ ਖਿਡਾਰੀਆਂ ਦੀ ਧਰਤੀ ਹੈ, ਕਲਕਲਾ ਨਗਰ ਹੈ, ਰੌਣਕਾਂ ਬਹਾਰਾਂ ਨੇ, ਔਰ ਦੇਖਦੇ ਵੀ ਪੁਆਇੰਟ ਧਾਵੀ ਦਾ ਹੈ। ਚੱਲ ਵੀ ਜਵਾਨਾ ਪਾ ਵੀ ਕਬੱਡੀ ਇੱਧਰਲੇ ਬੰਨੇ ਵੇਖਦੇ ਹੈ ਕਿ ਗੱਭਰੂ ਦੇਸ਼ ਮੇਰੇ ਦੇ ਸੋਹਣੇ, ਚੌੜੀਆਂ ਹਿੱਕਾਂ ਤੇ ਮਨਮੋਹਣੇ, ਜਦ ਆਉਂਦੇ ਵਿੱਚ ਮੈਦਾਨਾਂ ਦੇ ਫਿਰ ਵੇਖਣ ਵਾਲੇ ਹੁੰਦੇ ਦੋਸਤੋ, ਜੌਹਰ ਜਵਾਨਾਂ ਦੇ ਪੁਆਇੰਟ ਦੱਦਾ ਹੂਰ ਦੀ ਧਰਤੀ ਦਾ ਹੈ। ਸੁੱਖਾ ਕਹਿੰਦੇ ਇੱਕ ਪੰਡਾਲ ਦਾ ਪ੍ਰਸਿੱਧ, ਇੱਕ ਗਾਲਬ ਦਾ, ਇੱਕ ਵਕੀਲਾਂ ਵਾਲੇ ਦਾ, ਇੱਕ ਸਾਪੂ ਵਾਲੇ ਦਾ, ਇੱਕ ਕੜਿਆਲ ਵਾਲਾ ਸੋਹਣੇ ਬੋਲ ਬੋਲਦਾ ਮਾਈਕ ਦੇ ਉੱਪਰ। ਇੱਧਰਲੇ ਬੰਨੇ ਵੇਖਦੇ ਹੈ ਲੋਪੋ ਦਾ ਸੁੱਖਾ, ਔਰ ਦੂਸਰੇ ਪਾਸੇ ਨੌਜਵਾਨ ਕੀਪਾ ਦੱਦਾ ਹੂਰ ਪਿੰਡ ਦਾ, ਪੂਰੀ ਕੋਸ਼ਿਸ਼ ਕਰਦਾ ਹੈ ਵੀ ਧੱਕਮ ਧੱਕੇ ਹੁੰਦੀ ਜਵਾਨੀ, ਦੁਨੀਆਂ ਸਾਰੀ ਮੰਨੇ, ਹੱਟ ਕਬੱਡੀ ਬੰਨੇ ਹੈ ਵੀ ਹੱਟ ਕਬੱਡੀ ਬੰਨੇ। ਨੌਜਵਾਨ ਉਂਗਲ ਖੜੀ ਕਰਦਾ ਹੈ ਕਿ ਮੈਂ ਵੀ ਪੁੱਤ ਹਾਂ ਅਰਜੁਨ ਵਰਗਾ, ਅੱਖਾਂ ਬੰਨ ਕੇ ਤੀਰ ਟਿਕਾਣੇ ਲਾ ਦੂੰਗਾ। ਚੱਲ ਵੀ ਜਵਾਨਾ ਸੱਤਾ
ਕਬੱਡੀ ਕਬੱਡੀ ਕਰਦਾ ਹੋਇਆ ਇੱਕ ਮਾਣੂ ਕੇ ਗਿੱਲਾਂ ਦਾ ਪ੍ਰਸਿੱਧ ਹੈ। ਔਰ ਦੂਸਰੇ ਪਾਸੇ ਵੇਖਦੇ ਵੀ ਨੌਜਵਾਨ ਸੋਨੂ ਨੱਥੋ ਕੇ ਪਿੰਡ ਦਾ ਸਾਧੂ ਸੋ ਬਰਾੜ ਦੀ ਟੀਮ ਲਈ ਖੇਡਦਾ ਹੈ, ਮੇਜਰ ਬਰਾੜ ਹੋਣਾ ਦੀ ਟੀਮ ਦੇ ਲਈ। ਨੌਜਵਾਨ ਕਹਿੰਦੇ ਵੀ ਡਰੋਲੀ ਭਾਈ ਦੇ ਪਿਛਲੇ ਸਾਲ ਦੇ ਕੱਪ ਦਾ ਬੈਸਟ ਜਾਫੀ ਹੈ ਨੌਜਵਾਨ ਕਬੱਡੀ ਅਕੈਡਮੀਆਂ ਦਾ ਸੋਨੂ ਨੱਥੋ ਕੇ ਪਿੰਡ ਦਾ। ਪਰ ਇਸ ਸਮੇਂ ਲੋਪੋ ਵਾਲੇ ਦੀ ਕਬੱਡੀ ਹੈ, ਨੌਜਵਾਨ ਗੱਭਰੂ ਕਬੱਡੀ ਪਾ ਰਿਹਾ ਹੈ ਖੇਡ ਮੈਦਾਨ ਦੇ ਅੰਦਰ। ਚਾਰ ਜਾਫੀ ਦੱਦਾਹੂਰ ਪਿੰਡ ਕਹਿੰਦੇ ਵੀ ਰਾਜੂ ਦਾ ਪਿੰਡ ਹੈ, ਮਨਪ੍ਰੀਤ ਮੰਨੂ ਦਾ ਪਿੰਡ ਹੈ। ਇੱਕ ਪਾਸੇ ਵੇਖਦੇ ਵੀ ਬਲਤੇਜ ਸਿੰਘ, ਲੋਕੀ ਪਿਆਰ ਨਾਲ ਰੱਬੋ ਆਖ ਦਿੰਦੇ ਹੈ, ਪਰ ਇਸ ਸਮੇਂ ਪੁਆਇੰਟ ਜਿਹੜਾ ਨੌਜਵਾਨ ਧਾਵੀ ਦੇ ਹਿੱਸੇ ਜੁੜਦਾ ਹੋਇਆ ਹੈ। ਚੱਲ ਵੀ ਜਵਾਨਾ ਪਾ ਵੀ ਕਬੱਡੀ। ਇਸ ਸਮੇਂ ਵੇਖਦੇ ਵੀ ਨੌਜਵਾਨ ਗੱਭਰੂ ਦਾ ਗੁੰਦਮਾ ਸਰੀਰ ਹੈ ਕਿ ਗੁੰਦਮੇ ਸਰੀਰਾਂ ਵਾਲੇ ਵੇਖ ਲਓ ਕਬੱਡੀ ਖੇਡਦੇ, ਇਹਨਾਂ ਦੇ ਨਖਰੇ ਨਾ ਜਾਣ ਸੰਭਾਲੇ ਵੇਖ ਲਓ ਕਬੱਡੀ ਖੇਡਦੇ। ਅੱਜ ਧੰਨਵਾਦ ਹੈ, ਮੁਬਾਰਕਬਾਦ ਹੈ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਸਭ ਨੂੰ ਜੀ ਆਇਆਂ ਆਖਦੀ ਹੈ। ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਾਂਦਾ ਹੈ ਇਧਰਲੇ ਬਣੇ ਪੁਆਇੰਟ ਧਾਵੀ ਦਾ, ਉਧਰ ਸੋਨੀ ਸਵਦੀ ਜੀ, ਸੋਨੀ ਦਾ। ਹਾਂਜੀ ਦਿਲਬਾਗ ਜੀ। ਹਾਂਜੀ ਲਓ ਜੀ, ਸੈਮੀਫਾਈਨਲ ਮੈਚ ਦੀਆਂ ਟਾਈਆਂ ਨਿਕਲ ਚੁੱਕੀਆਂ। ਪਹਿਲਾ ਮੈਚ ਮਾਲਾ ਕਲਾਂ ਤੇ ਵਰਸਜ ਅਹਿਮਦਪੁਰਾ, ਦੂਜਾ ਮੈਚ ਘੱਲ ਕਲਾਂ ਤੇ ਇਹਨਾਂ ਚੋਂ ਜੇਤੂ, ਨੋਟ ਕਰੋ ਜੀ। ਮਾਲਾ ਕਲਾਂ ਤੇ ਹਿੰਮਤਪੁਰੇ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ, ਇਸ ਮੁਕਾਬਲੇ ਵਿੱਚੋਂ ਲੋਪੋ ਜਿੱਤ ਗਈ ਜੀ, ਲੋਪੋ ਲੋਪੋ ਵਰਸੀ ਘੱਲ ਕਲਾਂ। ਹਿੰਮਤਪੁਰਾ ਤੇ ਮਾਲੇ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਜਲਦੀ ਦੇ ਨਾਲ ਦੋਨੋਂ ਹੀ ਟੀਮਾਂ ਜਿਹੜੀਆਂ ਗਰਾਊਂਡ ਦੇ ਨੇੜੇ ਆ ਜਾਣ, ਦੋਨੋਂ ਹੀ ਟੀਮਾਂ ਹਿੰਮਤਪੁਰਾ ਵਰਸੀ ਮਾਲਾ ਕਲਾਂ, ਮਾਲਾ ਕਲਾਂ ਤੇ ਹਿੰਮਤਪੁਰੇ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਜਲਦੀ ਦੇ ਨਾਲ ਗਰਾਊਂਡ ਦੇ ਨੇੜੇ ਆ ਜਾਣ, ਹਿੰਮਤਪੁਰਾ ਵਰਸੀ ਮਾਲਾ ਕਲਾਂ। ਆਪਣਾ ਹਿੰਮਤਪੁਰਾ ਤੇ ਮਾਲਾ ਇੱਕ ਟੀਮ ਦਾ ਨਾਮ ਹੈ ਮੇਰੇ ਕੋਲੇ, ਮੇਰੇ ਵੀਰ ਲੈ ਜਾਓ ਆ ਕੇ। ਲੋਪੋ ਦੀ ਟੀਮ, ਲੋਪੋ ਦੀ ਟੀਮ ਦਾ ਇਨਾਮ ਹੈ ਮੇਰੇ ਕੋਲੇ, ਮੇਰੇ ਵੀਰ ਆ ਕੇ ਲੈ ਜਾਓ, ਲੋਪੋ ਦੀ ਟੀਮ ਦਾ ਇਨਾਮ ਹੈ, ਲੋਪੋ ਦੀ ਟੀਮ ਆਪਣਾ ਇਨਾਮ ਲੈ ਜੇ। ਵੀਰ ਮਾਲਾ ਕਲਾਂ ਤੇ ਮਾਲੇ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਆ ਜਾਣ। ਇੱਧਰ ਕਾਲਾ ਕਲੀ ਵਾਲਾ, ਇਹਦਾ ਵੀ ਧੰਨਵਾਦ ਹੈ।